ਮੈਂ ਦਾਅਵੇ ਨਾ ਕਰੀਂ ਨਾ ਕਿ ਮੈਂ ਮਾਨ ਸਾਹਿਬ ਨੂੰ ਸਨਮਾਨਤ ਕਰੂੰਗਾ ਜੇਲ੍ਹਾਂ ਦੇ ਵਿੱਚੋਂ ਨਸ਼ਾ ਤੇ ਟੈਲੀਫੋਨ ਬੰਦ ਕਰ ਤੇ ਜੇ ਤੁਸੀਂ ਜੇਲ੍ਹਾਂ ਇਹਨਾਂ ਨੂੰ ਸੁਧਾਰ ਸਕੀ ਤੇ ਫਿਰ ਆਪਣੇ ਹੱਥ ਵੀ ਖੜੇ ਕਰਦੇ ਹੋ ਵੀ ਸਾਡੇ ਨਹੀਂ ਬਸਦੀ ਗੱਲ ਕੋਈ ਇੱਕ ਅੱਧਾ ਕੰਮ ਤੁਹਾਨੂੰ ਲੱਗਦਾ ਇਹਦੇ ਤੋਂ ਪਹਿਲਾਂ ਮੈਂ ਕਹਾਂ ਤੁਸੀਂ ਸਰਕਾਰ ਨੂੰ ਛਿੱਲਣ ਲੱਗੋ ਮੈਂ ਕਹਾਂ ਇੱਕ ਅੱਧਾ ਕੰਮ ਪੁੱਛ ਲਾਂ ਕਿ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਤੁਹਾਨੂੰ ਲੱਗਦਾ ਕਿ ਠੀਕ ਕੀਤਾ ਸਾਡਾ ਕੰਮ ਬੋਲਦਾ ਆ ਇਹਦੇ ਨਾਲ ਨਹੀਂ ਅਸਰ ਕੋਈ ਹੋਣਾ ਜਿਹੜੇ ਅਰਵਿੰਦ ਕੇਜਰੀਵਾਲ ਦੀਆਂ ਉਹ ਦਿਖਾਈਆਂ ਕਰਦੀ ਹੈ ਕਾਂਗਰਸ ਪਾਰਟੀ ਉਹ ਕਹਿੰਦੇ ਸੀ ਜੇ ਮੈਂ ਦਿੱਲੀ 'ਚ ਕੰਮ ਕੀਤਾ ਤਾਂ ਵੋਟਾਂ ਪਾ ਦੇਉ ਨਹੀਂ ਤਾਂ ਰਹਿਣ ਤੇ ਥੋੜੇ ਕੋਈ ਦੱਸਣ ਹੋਇਆ ਕਰੇ। ਇਹੀ ਇਹੀ ਗੱਲ ਗੁਰਜੀਤ ਔਜਲਾ ਕਹੇਗਾ। ਵੀ ਜੇ ਗੁਰਜੀਤ ਔਜਲੇ ਨੇ ਅੰਮ੍ਰਿਤਸਰ 'ਚ ਕੰਮ ਕੀਤਾ ਜੀ ਤਾਂ ਵੋਟਾਂ ਪਾ ਦੇ ਜੇ ਨਹੀਂ ਕੀਤਾ ਤੇ ਨਾ ਵਈ। ਥੋੜਾ ਲੋਕ ਸਭਾ ਹਲਕਾ ਪਿਛਲੇ ਦਿਨਾਂ ਦੇ ਵਿੱਚ ਇੱਕ ਬੀਬੀ ਦੀ ਵੀਡੀਓ ਆਈ ਸੀ। ਉਹ ਖੜੀ ਹੋਈ ਐ ਕਰੀ ਜਾਂਦੀ ਸੀ ਨਸ਼ੇ ਦੇ ਨਾਲ। ਫਿਰ ਮੁੰਡਿਆਂ ਦੀਆਂ ਵੀਡੀਓਜ਼ ਆਉਂਦੀਆਂ। ਫਿਕਤਾ ਨਸ਼ਾ। ਆ ਚੀਜ਼ ਅੰਮ੍ਰਿਤਸਰ ਦੇ ਵਿੱਚ ਜਦੋਂ ਆ ਬਾਹਰ ਜਾਂਦੀ ਹੈ ਤਾਂ ਸਾਡੇ ਪੱਲੇ ਕੀ ਰਹ ਤੁਸੀਂ ਕਿਹਾ ਜੀ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਅਸੀਂ ਜੰਤਰ ਮੰਤਰ ਤੇ ਬੈਠੇ ਰਾਤ ਨੂੰ ਤਾਂ ਘਰੇ ਜਾ ਕੇ ਸੌਂਦੇ ਹਣੇ ਸਰਕਾਰੀ ਕੋਠੀਆਂ ਮਿਲੀਆਂ ਔਜਲਾ ਸਾਹਿਬ ਹੁਣ ਮੁਕਰਿਓ ਨਾ ਇਸ ਗੱਲ ਤੋਂ ਵੀ ਜਦੋਂ ਮੀਡੀਆ ਮੁਡੀਆ ਆਉਂਦਾ ਸੀ ਮੁਕਰ ਨਹੀਂ ਮੁਕਰਨਾ ਨਹੀਂ ਔਜਲਾ ਸਾਹਿਬ ਕੀ ਅਫਸਰਸ਼ਾਹੀ ਨੂੰ ਕੰਟਰੋਲ ਨਹੀਂ ਕਰ ਸਕਦਾ ਇੱਕ ਪੋਲੀਟਿਸ਼ੀਅਨ ਜਿਹਦੇ ਕੋਲ ਵੱਡੀ ਤਾਕਤ ਹੈ ਜੇ ਉਹ ਚਾਹੇ ਸਾਰੀ ਬਾਗਡੋਰ ਮੇਰਾ ਮੰਨਣਾ ਹੈ ਕਿ ਸਾਰੀ ਅਫਸਰਸ਼ਾਹੀ ਦੇ ਕੋਲ ਹੈ ਠੀਕ ਹੈ ਹੁਣ ਤੱਕ ਵੀ ਅੱਜ ਤੱਕ ਵੀ ਟਿਲ ਨਾ ਵੀ ਹੂੰ ਹੂੰ ਥੋੜੇ ਲੋਕ ਸਭਾ ਹਲਕੇ ਚੋਂ ਸਾਭ ਤੋਂ ਵੱਧ ਟੈਲੀਫੋਨ ਆਉਂਦੇ ਆ ਜੀ ਸਾਡੇ ਪਿੰਡ ਚਾਹ ਹੋ ਗਿਆ ਜੀ ਸਾਡੇ ਪਿੰਡ ਚਾਹ ਗਿਆ ਸਰਕਾਰ ਚਾਹੇ ਤੁਹਾਡੀ ਪਾਰਟੀ ਦੀ ਸੀ ਆ ਹੁਣ ਵਾਲੀ ਸਰਕਾਰ ਵੇਲੇ ਵੀ ਆਉਂਦੇ ਆ ਯਾਨੀ ਕਹਾਣੀ ਨਹੀਂ ਸਮਝ ਆਉਂਦੀ ਪਰ ਮੈਨੂੰ ਅਫਸੋਸ ਹੀ ਇਸ ਗੱਲ ਦਾ ਕਿ ਕਪਤਾਨ ਸਾਹਿਬ ਸਾਡੇ ਬਹੁਤ ਹੀ ਸੀਨੀਅਰ ਔਰ ਬੜਾ ਵੱਡਾ ਇੱਕ ਤਜਰਬਾ ਰੱਖਣ ਵਾਲੇ ਇੱਕ ਥੰਮ ਨੇ ਰਾਜਨੀਤੀ ਦਾ ਪਰ ਅਮਰਸਰ ਵਾਲ ਜਿਸ ਤਰੀਕੇ ਨਾਲ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਸੀ ਨਹੀਂ ਦਿੱਤਾ ਉਹਨਾਂ ਨੇ ਆਮ ਹੀ ਗੱਲ ਚੱਲਦੀ ਔਜਲਾ ਸਾਹਿਬ ਸਾਰੇ ਪੰਜਾਬ ਚ ਚਰਚੇ ਚੱਲਦੇ ਹੁੰਦੇ ਆ ਕਿ ਕਿੱਥੇ ਜੀ 5 ਲੱਖ ਆਇਆ ਹੀ ਕਿੰਨੇਕ ਤਾਂ ਦੇਣੇ ਪੈਗਾ ਕਿੰਨੇ ਕ ਪਰਸੈਂਟ ਹੁੰਦੇ ਜਿਹੜੇ ਜੇਬ ਚ ਆਉਂਦੇ ਆ ਤੇ ਸਾਡੇ ਤਾਂ ਆਪਣੀਆਂ ਜੇਬਾਂ ਖਾਲੀ ਹੋਈਆਂ ਪਈਆਂ ਇਸ ਕੰਮ ਚ ਮੈਂ ਹੁਣ ਇਹ ਨਹੀਂ ਰੋਣਾ ਰੋਣਾ ਜਾ ਕੇ ਕਿ ਮੇਰੇ ਉੱਤੇ ਬੀਜੇਪੀ ਸੀ ਮੈਨੂੰ ਮਿਲਿਆ ਕੱਖ ਨਹੀਂ ਇਥਰੋਂ ਹੋਇਆ ਕੱਖ ਨਹੀਂ ਆਮ ਆਦਤ ਹੁੰਦੀ ਕਿ ਕੰਮ ਲੈ ਆਈਦਾ ਤੇ ਬਾਅਦ ਚ ਆ ਕੇ ਇਥੇ ਕਹਿੰਦਾ ਜੀ ਔਜਲੇ ਨੇ ਕਰਾ ਦਿੱਤਾ ਤੇ ਬਾਕੀ ਉਹ ਉਹ ਤੇ ਐਨੀ ਕੋਸ਼ਿਸ਼ ਨਹੀਂ ਸਹੀ ਮੈਨੇਜ ਕਰਪਸ਼ਨ ਫੜਨੀ ਹੈ ਪੰਜਾਬ ਦੀ ਕਿੱਥੇ ਗਈ ਹੈ ਜੀ ਤਾਂ ਦਿੱਲਾ ਚੰਡੀਗੜ੍ਹ ਦਾ ਆਲਾ ਦੁਆਲਾ ਸਾਰਾ ਫਰੋਲੋ ਅਜੇ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤਾ ਸੀ ਹੁਣ ਬੰਦ ਕਿਉਂ ਹੋ ਗਿਆ ਜੀ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਰੀ ਸ਼ਾ ਟੀਵੀ ਮੈਂ ਪਰਮਜੀਤ ਸਿੰਘ ਬਾੜਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਸਾਹਿਬ ਦੇ ਨਾਲ ਗੱਲਬਾਤ ਕਰਨੀ ਹੈ ਅੰਮ੍ਰਿਤਸਰ ਤੋਂ ਤਿੰਨ ਚਾਰ ਕਾਰਨਾਂ ਦੇ ਕਰਕੇ ਨਾ ਅੱਜ ਦੀ ਇਹ ਗੱਲਬਾਤ ਜਿਹੜੀ ਹੈ ਇੰਪੋਰਟੈਂਟ ਹੋਣੀ ਹੈ ਮਹੱਤਵਪੂਰਨ ਹੋਣੀ ਹੈ ਇੱਕ ਤਾਂ ਸਾਡਾ ਉਹ ਬਾਰਡਰ ਵਾਲਾ ਇਲਾਕਾ ਈ ਦੂਸਰਾ ਧਾਰਮਿਕ ਤੌਰ ਦੇ ਉੱਤੇ ਜਿਹੜੀ ਇੰਪੋਰਟੈਂਸ ਹੈ ਉਹ ਬਹੁਤ ਜ਼ਿਆਦਾ ਹੈ ਤੀਸਰਾ ਹੈ ਕਿ ਜਿਹੜੀ ਚਾਰ ਪੰਜ ਧਿਰ ਲੜਾਈ ਪੰਜਾਬ ਚ ਕਈ ਜਗ੍ਹਾ ਤੇ ਸਿਆਸੀ ਤੌਰ ਦੇ ਉੱਤੇ ਹੋਣੀ ਹੈ ਉਹਦੇ ਵਿੱਚ ਅੰਮ੍ਰਿਤਸਰ ਬੜਾ ਹੀ ਅਹਿਮ ਹੋਣਾ ਹੈ ਤੇ ਸਭ ਤੋਂ ਅਹਿਮ ਗੱਲ ਇਹ ਹੁੰਦੀ ਆ ਕਿ ਭਾਈ ਅਸੀਂ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਕਿ ਭਾਈ ਵੋਟਾਂ ਪਾਈਆਂ ਲੋਕਾਂ ਨੇ ਆਸਾਂ ਉਮੀਦਾਂ ਹੁੰਦੀਆਂ ਕਿ ਕੋਈ ਭਲੇ ਦਾ ਕੰਮ ਕਰਨਗੇ ਸਾਡੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਛਾਣੀ ਜੀ ਲੈ ਕੇ ਜਦਾ ਆਟਾ ਛਾਣੀ ਦਾ ਛਾਣ ਲੈਣੀ ਆ ਬਾਕੀ ਤੁਸੀਂ ਦੇਖਣਾ ਉਹਦੇ ਵਿੱਚੋਂ ਆਟਾ ਕਿੰਨਾ ਕੁ ਨਿਕਲਿਆ ਬੂਰਾ ਕਿੰਨਾ ਕੁ ਨਿਕਲਿਆ ਫਿਰ ਗੱਲਬਾਤ ਕਰ ਲਾਂਗੇ ਔਜਲਾ ਸਾਹਿਬ ਸਵਾਗਤ ਹੈ ਜੀ ਸ਼ੁਕਰੀਆ ਬਾਦ ਸਾਹਿਬ ਔਰ ਪਿਆਰ ਭਰੀ ਸਤਿ ਸਾਲੀ ਗਾਲ ਸਾਰੇ ਤੁਹਾਡੇ ਪ੍ਰਾਇਮੇਸ਼ੀਆ ਦੇ ਜਿੰਨੇ ਵੀ ਦਰਸ਼ਕ ਨੇ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਜੀ ਬਹੁਤ ਮਿਹਰਬਾਨੀ ਅਜਲਾ ਸਾਹਿਬ ਗੱਲਾਂ ਤਾਂ ਸਾਰੀਆਂ ਗੰਭੀਰ ਕਰਨੀਆਂ ਪਰ ਪਹਿਲਾਂ ਮੈਨੂੰ ਐਂ ਲੱਗਦਾ ਕਿ ਲੀਡਰਾਂ ਨੂੰ ਹੁੰਦੀਆਂ ਤਾਂ ਮੌਜਾਂ ਹੀ ਨੇ ਨਾ ਮੈਂ ਇਹ ਮੌਜਾਂ ਤੋਂ ਪਹਿਲਾਂ ਅੱਜ ਜਿਹੜਾ ਇਹਾ ਸ਼ੁਭ ਦਿਹਾੜਾ ਗੁਰਾਮਦਾਸ ਜੀ ਦੇ ਗੁਰਪੁਰਬ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਜੀ ਔਰ ਪ੍ਰਮਾਤਮਾ ਕਰੇ ਸਾਰਿਆਂ ਦੇ ਖੁਸ਼ੀਆਂ ਖੇੜੇ ਬਰਕਰਾਰ ਰਹਿਣ ਤੇ ਜਿਹੜਾ ਤੁਹਾਡਾ ਇਹ ਕੁਐਸਚਨ ਹੈ ਜੀ ਕਿ ਜਿਹੜੀਆਂ ਮੌਜਾਂ ਹੁੰਦੀਆਂ ਨੇ ਮੈਂ ਤੇ ਕਹੂੰਗਾ ਕਿ ਤੁਸੀਂ ਕਿਸੇ ਦਿਨ ਸਵੇਰ ਤੋਂ ਸ਼ਾਮ ਤੱਕ ਸਾਡੇ ਨਾਲ ਰਹੋ ਜਿਹੜੀਆਂ ਮੌਜਾਂ ਅਸੀਂ ਮੰਨਦੇ ਤੁਸੀਂ ਵੀ ਜ਼ਰੂਰ ਮੰਨੋ ਤੇ ਜਿਆਦਾ ਬੈਟਰ ਤੇ ਬੰਦਾ ਜਦੋਂ ਉਸ ਤਜਰਬੇ ਚ ਲੰਗੇ ਫਿਰ ਪਤਾ ਲੱਗਦਾ ਹੈ ਨਹੀਂ ਅਸੀਂ ਤਾਂ ਅਜਲਾ ਸਾਹਿਬ ਇਹ ਦੇਖਦੇ ਆਂ ਵੀ ਚਲੋ ਜੀ ਗੱਡੀ ਦਿੱਲੀ ਨੂੰ ਚਲੋ ਜੀ ਸਲੂਟ ਹਾਰ ਪੈਂਦੇ ਆ ਜੀ ਸਾਨੂੰ ਤਾਂ ਐ ਲੱਗਦਾ ਕਿ ਮੌਜਾ ਹੀ ਨਹੀਂ ਜੀ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤੇ ਵੀ ਕੋਈ ਸ਼ੱਕ ਨਹੀਂ ਹੈਗੀਆਂ ਕਿ ਇਹ ਉਸ ਚੀਜ਼ ਦਾ ਹਿੱਸਾ ਨੇ ਜੀ ਪਰ ਇੱਥੋਂ ਤੱਕ ਪਹੁੰਚਣ ਵਾਸਤੇ ਜਿਹੜਾ ਬੰਦਾ ਜਿਹੜਾ ਸਮਾਨ ਜਿਹੜਾ ਜਾਣਦਾ ਨਾ ਜਿਹੜਾ ਲਾਈਫ ਦਾ ਜਿਹੜਾ ਨਿਕਲਦਾ ਆ ਚਾਹੇ ਉਹ ਲੋਕ ਮੁੱਦਿਆਂ ਦੀ ਗੱਲ ਹੋਵੇ ਸਮਾਜਿਕ ਚੇਤਨਾ ਦੀ ਗੱਲ ਹੋਵੇ ਚਾਹੀਏ ਉਹਨਾਂ ਨੂੰ ਬਾਰਨ ਵਾਸਤੇ ਬੰਦਾ ਹੌਲੀ ਹੌਲੀ ਕੋਸ਼ਿਸ਼ ਕਰਦਾ ਇੱਥੋਂ ਤੱਕ ਪਹੁੰਚਦਾ ਔਰ ਬੜਾ ਪਰਮਾਤਮਾ ਦੀ ਬਖਸ਼ਿਸ਼ ਹੋਵੇ ਕਿਉਂਕਿ ਜਦੋਂ ਮੈਂਬਰ ਪਾਰਲੀਮੈਂਟ ਤੁਸੀਂ ਮੈਨੂੰ ਹੀ ਗੈਨ ਲੋ ਤੇ ਮੈਂ ਕੋਈ ਮਤਲਬ ਇਹ ਨਹੀਂ ਕਹਿ ਸਕਦਾ ਕਿ ਕਦੀ ਸੁਪਨੇ ਜਿਹੀ ਸੋਚਿਆ ਹੋਵੇਗਾ ਬਣਾਂਗੇ ਜੀ ਸੋ ਇਹ ਬੜਾ ਕੁਝ ਇਕੱਠਾ ਹੋ ਕੇ ਕੋਈ ਜਹੀ ਹੈ ਪਰਮਾਤਮਾ ਵੱਲੋਂ ਜਾਂ ਲੋਕਾਂ ਵੱਲੋਂ ਇੱਕ ਜਹੀ ਬੇਵੰਦੀ ਹੈ ਕਿ ਪਰਮਾਤਮਾ ਉੱਥੇ ਉਸ ਜਗ੍ਹਾ ਤੇ ਬੰਦੇ ਨੂੰ ਲੈ ਜਾਂਦਾ ਤੇ ਬਾਕੀ ਜਿਤ ਤੱਕ ਮੌਜਾਂ ਦੀ ਗੱਲ ਹੈ ਜਾਂ ਤੁਨ ਫਿਰਨ ਦੀ ਗੱਲ ਹੈ ਉਹ ਤੇ ਚਲੋ ਇੱਕ ਹਿੱਸਾ ਆ ਜਿਹੜਾ ਜੋ ਕਾਨੂੰਨੀ ਤੌਰ ਤੇ ਚੀਜ਼ਾਂ ਮਿਲੀਆਂ ਨੇ ਉਹਦੇ ਅੰਦਰ ਰਹਿ ਕੇ ਹੀ ਕਰੀਤੀਆਂ ਨੇ ਔਜਲਾ ਸਾਹਿਬ ਜਦੋਂ ਕਿਤੇ ਰੀਬਨ ਕੱਟਦੇ ਹਾਂ ਜਦੋਂ ਕਿਤੇ ਇਨਾਮ ਵੰਡਦੇ ਹਾਂ ਸਾਨੂੰ ਉਸ ਗੱਲ ਦਾ ਕੋਈ ਲੈਣ ਦੇਣ ਲੋਕ ਸੱਜਦੇ ਨੇ ਤੁਸੀਂ ਜਾਣਦੇ ਹੋ ਪਰ ਜਦੋਂ ਇੱਕ ਮੈਂਬਰ ਪਾਰਲੀਮੈਂਟ ਬੰਦਾ ਬਣਦਾ ਹੈ ਖਾਸ ਤੌਰ ਤੇ ਅੰਮ੍ਰਿਤਸਰ ਵਰਗੇ ਲੋਕ ਸਭਾ ਹਲਕੇ ਚ ਕਿਉਂਕਿ ਸੁਖਨਾ ਲੋਕਾਂ ਨੇ ਦੂਜੀ ਵਾਰੀ ਵੀ ਵੋਟਾਂ ਪਾਈਆਂ ਜਦੋਂ ਕਿਉਂਕਿ ਮੈਂ ਪੋਲੀਟੀਕਲ ਸਾਇੰਸ ਦਾ ਸਟੂਡੈਂਟ ਰਹਾ ਹਾਂ ਉੱਥੇ ਹੁੰਦਾ ਸੀ ਜੀ ਇੱਕ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਦੇ ਵਿੱਚ ਜਾਣਾ ਹੈ ਉੱਥੇ ਜਾ ਕੇ ਸਵਾਲ ਚੁੱਕਣੇ ਆ ਉੱਥੇ ਜਾ ਕੇ ਬਹਿਸ ਵਿੱਚ ਹਿੱਸਾ ਲੈਣਾ ਆ ਸਾਰਾ ਕੁਝ ਕਰਨਾ ਹੈ ਪਰ ਕਈ ਵਾਰੀ ਜਦੋਂ ਪੱਤਰਕਾਰੀ ਵਾਲੇ ਖੇਤਰ 'ਚ ਆ ਗਏ ਅਸੀਂ ਸਾਲਵਾਦ ਰਿਪੋਰਟ ਪੜੀਦੀ ਕਈ MP MLA ਸੁਚੇਮੂ ਹੀ ਆ ਜਾਂਦੇ ਆ ਜਾਨੀ ਕਿ ਮੈਂ ਗੁਰਜੀਤ ਸਿੰਘ ਔਜਲਾ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦੇ ਬਾਰੇ ਜੇ ਜਾਣਨਾ ਹੋਵੇ ਕਿ ਕਦੇ ਗੁਰਜੀਤ ਸਿੰਘ ਔਜਲਾ ਸਾਹਿਬ ਆਪਣੀ ਟਰਮ ਦੇ ਵਿੱਚੋਂ ਸੁਚੇਮੂ ਤਾਂ ਨਹੀਂ ਮੁੜਿਆ ਦੇਖੋ ਬਾਦ ਸਾਹਿਬ ਜਦੋਂ ਸਮਾਂ ਜਦੋਂ ਸੱਚੇ ਮੂ ਵੜਦੇ ਸੀ ਨਾ ਉਹ ਸਮਾਂ ਹੋਰ ਸੀ ਜੀ ਹੁਣ ਯੁੱਗ ਬਦਲ ਗਿਆ ਹੈ ਠੀਕ ਹੈ ਜੀ ਤੇ ਕੁਦਰਤੀ ਚਲੋ ਜਦੋਂ ਦਾ ਪ੍ਰਮਾਤਮਾ ਨੇ ਮੈਨੂੰ ਬਖਸ਼ਿਸ਼ ਕੀਤੀ ਹੈ ਮੇਰੇ ਤੇ ਮੇਰੇ ਪਰੇ ਹੱਥ ਹੋਇਆ ਜਦੋਂ ਦਾ ਮੈਂ ਚੁਣ ਕੇ ਗਿਆ ਹਾਂ ਤੇ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਾਰਲੀਮੈਂਟ ਦੇ ਅੰਦਰ ਕੋਈ ਵੀ ਜਿਹੜਾ ਮੌਕਾ ਨਹੀਂ ਜਾਣ ਦਿੱਤਾ ਜਿੱਥੇ ਗੁਰੂ ਨਗਰੀ ਦੀ ਆਵਾਜ਼ ਨਾ ਉਠਾਈ ਹੋਵੇ ਜਿੱਥੇ ਪੰਜਾਬ ਦੇ ਮੁੱਦਿਆਂ ਦੀ ਗੱਲ ਨਾ ਕੀਤੀ ਹੋਵੇ ਜਿੱਥੇ ਦੇਸ਼ ਦੇ ਮੁੱਦਿਆਂ ਦੀ ਗੱਲ ਨਾ ਕੀਤੀ ਹੋਵੇ ਜਿੱਥੇ ਵਿਦੇਸ਼ ਬੈਠੇ ਭੈਣ ਭਰਾਵਾਂ ਦੀ ਗੱਲ ਨਾ ਕੀਤੀ ਹੋਵੇ ਸੋ ਅੱਜ ਯੁੱਗ ਬਦਲ ਗਿਆ ਅੱਗੇ ਵਾਲਾ ਯੁੱਗ ਨਹੀਂ ਰਿਹਾ ਹੁਣ ਮੈਂ ਗੁਰਜੀਤ ਔਜਲਾ ਝੂਠ ਵੀ ਨਹੀਂ ਮਾਰ ਸਕਦਾ ਜੀ ਤੇ ਗੁਰਜੀਤ ਔਜਲਾ ਕੁਐਸਚਨ ਤੋਂ ਭੱਜ ਵੀ ਨਹੀਂ ਸਕਦਾ ਕਿਉਂਕਿ ਸਾਰਾ ਕੁਝ ਅੱਜ ਕੱਲ ਤੁਸੀਂ ਅ ਅੱਗੇ ਤੇ ਆਰਟੀਆ ਹੀ ਪੈਂਦੀ ਹੈ ਹੁਣ ਸਾਡੇ ਡਿਪਾਰਟਮੈਂਟ ਨੇ ਤੁਸੀਂ ਆਨਲਾਈਨ ਗੂਗਲ ਤੋਂ ਸਰਚ ਕਰ ਲਓ ਸਿੱਧਾ ਹੀ ਚੱਕ ਲਓ ਸਿੱਧਾ ਹੀ ਚੁੱਕ ਲਓ ਜੇ ਹੁਣ ਤੇ ਕੋਈ ਮਸਲਾ ਰਹੀ ਨਹੀਂ ਗਿਆ ਨਾ ਕਿ ਕੌਣ ਕਿ ਕਿੰਨਾ ਸਮਾਂ ਰਿਹਾ ਕਿੰਨਾ ਸਮਾਂ ਉਹ ਬੋਲਿਆ ਕਿੰਨਾ ਸਮਾਂ ਨਹੀਂ ਬੋਲਿਆ ਹਾਂ ਮੈਂ ਇਹ ਤੁਹਾਨੂੰ ਮਤਲਬ ਵਾਦੇ ਨਾਲ ਗੱਲ ਕਰਦਾ ਆ ਕਿ ਪ੍ਰਮਾਤਮਾ ਨੇ ਜੇ ਬਖਸ਼ਿਸ਼ ਕੀਤੀ ਹੈ ਤੇ ਇਸ ਗੱਲ ਦਾ ਮਤਲਬ ਹੈ ਕਿ ਜੇ ਤੁਸੀਂ ਬਾਕੀ ਕੰਪੇਅਰ ਕਰੋਗੇ ਜੀ ਤੇ ਤੁਹਾਡਾ ਭਰਾ ਕਿਸੇ ਕੰਮ ਤੋਂ ਪਿੱਛੇ ਹੀ ਨਹੀਂਗਾ ਤੁਹਾਡਾ ਭਾਰੀ ਹੋਊਗਾ ਮੈਂ ਨਾ ਜੇ ਅੱਗੇ ਨਹੀਂ ਹੋਵਾਂਗੇ ਤੇ ਪਿੱਛੇ ਵੀ ਨਹੀਂ ਹੋਵਾਂਗੇ ਪਿੱਛੇ ਵੀ ਨਹੀਂ ਹੋਵਾਂਗੇ ਮੈਂ ਔਜਲਾ ਸਾਹਿਬ ਵੈਸੇ ਤਾਂ ਕੱਲੀ-ਕੱਲੀ ਗੱਲ ਤੇ ਆਉਣਾ ਨਸ਼ਾ ਖੇਤੀ ਬੇਰੋਜ਼ਗਾਰੀ ਪੰਜਾਬ ਦੇ ਲਈ ਕੇਂਦਰ ਤੋਂ ਕੁਝ ਲੈ ਕੇ ਆਉਣਾ ਕੋ ਪ੍ਰੋਜੈਕਟ ਮੰਗਣਾ ਸੜਕਾਂ ਸੁੜਕਾਂ ਇਹ 4-5 ਵੱਡੇ ਮੁੱਦੇ ਨੇ ਕਦੇ ਇਹਨਾਂ ਮੁੱਦਿਆਂ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਜੇ ਅਸੀਂ ਔਨ ਰਿਕਾਰਡ ਕਢਾਉਣਾ ਹੋਵੇ ਤਾਂ ਗੁਰਜੀਤ ਸਿੰਘ ਔਜਲਾ ਨੇ ਇਹਨਾਂ ਚ ਕੋਈ ਮੁੱਦਾ ਚੁੱਕਿਆ? ਇਹ ਸਾਰਿਆਂ ਚ ਹੀ ਹੈ। ਕੋਈ ਵੀ ਮੁੱਦਾ ਇਹ じゃ ਨਹੀਂ ਕਿ ਨਸ਼ੇ ਤੇ ਵੀ ਆਪਾਂ ਗੱਲ ਪਾਰਲੀਮੈਂਟ 'ਚ ਰੱਖੀ ਹੈ। ਸਰਕਾਰ ਕੋ ਪ੍ਰੋਜੈਕਟ ਮੰਗਿਆ ਕਿਸਰਤੀ ਖੇਤਰ ਹੈ। ਜੀ। ਬੱਚੇ ਸਾਡੇ ਅਸੀਂ ਕਿਉਂਕਿ ਲੜਾਈਆਂ 'ਚ ਹਰ ਤੁਸੀਂ ਹਿੱਸਾ ਆਇਆ, ਦੇਸ਼ ਦੀ ਵੰਡ ਵੇਲੇ ਵੀ ਅਸੀਂ ਵੱਧ ਤੋਂ ਵੱਧ ਸਾਡੀਆਂ ਮਤਲਬ ਕੁਰਬਾਨੀਆਂ ਹੋਈਆਂ ਨੇ। ਆਜ਼ਾਦੀ 'ਚ ਵੀ ਹਿੱਸਾ ਵੱਧਿਆ ਤੇ ਸਾਨੂੰ ਰੁਜ਼ਗਾਰ ਮਈਆ ਹੋਣਾ ਚਾਹੀਦਾ। ਕੋਈ ਸਰਕਾਰ ਕੋਈ ਸਾਨੂੰ ਕੋਈ ਸਪੈਸ਼ਲ ਪੈਕੇਜ ਦੇਵੇ। ਬੇਰੋਜ਼ਗਾਰੀ ਦੇ ਮੁੱਦੇ ਤੇ ਵੀ ਗੱਲ ਰੱਖੀ ਹੈ ਕਿ ਸਾਨੂੰ ਬਾਰਡਰ ਏਰੀਆ ਨੂੰ ਤਰਜੀਹ ਦੇਣੀ ਚਾਹੀਦੀ ਹੈ ਠੀਕ ਹੈ ਕਿਸਾਨੀ ਦੇ ਮੁੱਦੇ ਤੇ ਵੱਡਾ ਸੰਘਰਸ਼ ਲੜਿਆ ਜਦੋਂ ਕਿਸਾਨੀ ਦੇ ਬਿੱਲਾਂ ਦਾ ਸੀ ਤੁਸੀਂ ਦੇਖ ਲਓ ਜਿੱਦਨ ਬਿੱਲ ਪੇਸ਼ ਹੋਏ ਉਤੋਂ ਲੈ ਕੇ ਉਤੋਂ ਪਹਿਲੋਂ ਵੀ ਹਮਮ ਤੇ ਜਿੱਦਨ ਵਾਪਸ ਹੋਏ ਉਦੋਂ ਤੱਕ ਅਸੀਂ ਲਗਾਤਾਰ ਇੱਕ ਸਾਲ ਧਰਨਾ ਵੀ ਦਿੱਤਾ ਹੈ ਔਰ ਪਾਰਲੀਮੈਂਟ ਦੇ ਅੰਦਰ ਵੀ ਔਰ ਬਾਹਰ ਵੀ ਠੀਕ ਹੈ ਸਰਕਾਰ ਨੂੰ ਮਜਬੂਰ ਕੀਤਾ ਕਿ ਵਾਪਸ ਲਵੇ ਉਸ ਤੋਂ ਇਲਾਵਾ ਕਿਸਾਨੀ ਜਿਹੜੇ ਖੇਤਰ ਦੇ ਨਾਲ ਬਾਰਡਰ ਦੇ ਨਾਲ ਤਾਰੋਂ ਪਾਰ ਮਸਲੇ ਨਹੀਂ ਉਹਨਾਂ ਦੀ ਗੱਲ ਅਮੇਸ਼ਾ ਕਰਦੇ ਰਹੇ ਨੇ ਪਾਣੀ ਥੱਲੇ ਜਾਂਦਾ ਹੈ ਪੋਲੂਸ਼ਨ ਹੈ ਖੇਤੀ ਦੀ ਵਿਭਿੰਨਤਾ ਵਾਸਤੇ ਜਿਵੇਂ ਹੁਣ ਬਾਰਡਰ ਏਰੀਆ ਤੇ ਸਾਡੇ ਇੰਟਰਨੈਸ਼ਨਲ 에ਰਪੋਰਟ ਹੈ ਅਸੀਂ ਚਾਹੁੰਦੇ ਕਿ ਇਥੋਂ ਸਬਜ਼ੀਆਂ ਬਾਹਰ ਜਾਣ ਐਕਸਪੋਰਟ ਹੋਣ ਸਾਡੇ ਜਿਹੜੀ ਸਬਜ਼ੀਆਂ ਨੇ ਜਿਵੇਂ ਰਸ਼ੀਆ ਜਾ ਸਕਦੀਆਂ ਨੇ ਰਸ਼ੀਆ ਹੁਣ ਦੇਖੋ ਸਾਊਥ ਅਮਰੀਕਾ ਤੋਂ ਮੰਗਾਉਂਦਾ ਹੈ 14 ਘੰਟੇ ਦੀ ਫਲਾਈਟ ਹੈ ਤੇ ਅਸੀਂ ਕਿਉਂ ਨਹੀਂ 3 ਘੰਟੇ ਦੀ ਫਲਾਈਟ ਤੇ ਭੇਜ ਸਕਦੇ ਸੋ ਜਏ ਮੁੱਦੇ ਤੁਹਾਨੂੰ ਕੋਈ ਵੀ ਮੁੱਦਾ ਜਏ ਅੰਮ੍ਰਿਤਸਰ ਨਾਲ ਜੁੜਿਆ ਨਹੀਂ ਮਿਲੂਗਾ ਜਿੱਥੇ ਗੁਰਜੀਤ ਨੇ ਤੁਹਾਡੇ ਇਸ ਨਗਰੀ ਦੇ ਸੇਵਾਦਾਰ ਨੇ ਗੱਲ ਨਾ ਰੱਖੀ ਹੋਵੇ ਔਰ ਕਾਰਡ ਕਢਾ ਲਈ ਲੱਭੂ ਰਕਾਰਡ ਚ ਮੈਨੇ ਜੇ ਨਾ ਰਕਾਰਡ ਲੱਭੇਗਾ ਤੇ ਤੁਸੀਂ ਇੱਕ ਟੈਰੇ ਚ ਖੜਾ ਕਰਦੇ ਹੋ ਔਰ ਮਾਨ ਦੀ ਗੱਲ ਹੈ ਮੈਨੂੰ ਦੇਖੋ ਲੋਕਾਂ ਨੇ ਬਖਸ਼ਿਸ਼ ਕੀਤੀ ਹੈ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਕਿਉਂਕਿ ਇੰਨੀ ਵੱਡੀ ਕਨਸਿਸਟੈਂਸੀ ਜੋ ਕੋਈ ਪਿਛੋਕੜ ਨਹੀਂ ਸੀ ਪੋਲੀਟੀਕਲ ਤੇ ਲੋਕਾਂ ਨੇ ਜੇ ਦੋਰੀ ਮੌਕਾ ਦਿੱਤਾ ਹੈ ਜੀ ਤੇ ਮੇਰਾ ਵੀ ਫਰਜ਼ ਬਣਦਾ ਸੀ ਮੈਂ ਕੋਈ ਇਸਾਨ ਨਹੀਂ ਕੀਤਾ ਮੈਂ ਤੇ ਜੋ ਉਹਨਾਂ ਨੇ ਮੇਰੇ ਲਈ ਕੀਤਾ ਮੈਂ ਤੇ ਅਜੇ ਉਹਦਾ ਹੀ ਹਿਸਾਬ ਕਦਵ ਦੇ ਰਿਹਾ ਠੀਕ ਹੈ ਜੀ ਬੈਲੈਂਸ ਹੀ ਕਰ ਰਹੇ ਹੈ। ਬੈ ਨਹੀਂ ਦੇਖੋ ਜੇ ਨਾ ਕਿਸੇ ਆਸ ਉਮੀਦ ਨਾ ਮੈਨੂੰ ਜੁੜਿਆ ਕਿਉਂਕਿ ਰਾਜਨੀਤਿਕ ਤੌਰ ਤੇ ਜਦੋਂ ਬੰਦਾ ਚੁਣਿਆ ਜਾਂਦਾ ਤਾਂ ਫਰਜ਼ ਬਣਦਾ ਹੈ। ਇਲਾਕੇ ਵਾਸਤੇ ਦੇਖੋ ਜੇ ਲੋਕ ਸਭਾ ਮੈਂਬਰ ਹੈ ਤਾਂ ਸਾਡਾ ਫਰਜ਼ ਹੈ ਜਿਹੜੇ ਕੇਂਦਰ ਨਾਲ ਜੁੜੇ ਮੁੱਦੇ ਨੇ ਉਹਨਾਂ ਤੇ ਕੇਂਦਰ ਦਾ ਧਿਆਨ ਲਿਉਣਾ ਨਾ ਪਲੱਸ ਜਿਹੜੇ ਸਟੇਟ ਨਾਲ ਜੁੜੇ ਮੁੱਦੇ ਨੇ ਸਟੇਟ ਦਾ ਧਿਆਨ ਵੀ ਲਿਉਣਾ। ਜੇ ਐਮ ਐਲ اے ਦੇ ਐਮ ਐਲ اے ਦਾ ਫਰਜ਼ ਬਣਦਾ ਹੈ ਉਹ ਵਿਧਾਨ ਸਭਾ ਨਾਲ ਜੁੜੇ ਮੁੱਦੇ ਜਿਹੜੇ ਪੰਜਾਬ ਨਾਲ ਜੁੜੇ ਮੁੱਦੇ ਨੇ ਜਿਹੜੇ ਨਾਲ ਜੁੜੇ ਮੁੱਦੇ ਨੇ ਉਹਨਾਂ ਦੇ ਤੇ ਗੱਲ ਕਰੇ। ਔਰ ਇਦੇ ਵਾਸਤੇ ਅਸੀਂ ਤਕਰੀਬਨ ਜਿਹੜਾ ਪਿਛਲਾ 5.5 ਸਾਲ ਕਰੀਬ ਹੋ ਗਏ ਨੇ 2 ਸਾਲ ਬਾਈ ਇਲੈਕਸ਼ਨ ਚ ਤੇ 3.5 ਸਾਲ ਹੀ ਹੋ ਗਏ ਨੇ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਔਰ ਅਸੀਂ ਕੋਈ ਵੀ ਜਿਹੜਾ ਮੁੱਦਾ ਨਹੀਂ ਛੱਡਿਆ ਔਰ ਕੋਈ ਵੀ ਜਿਹੜਾ ਮੁੱਦਾ ਔਰ ਕੰਮ ਹੱਲ ਵੀ ਹੋਏ ਨੇ ਇੱਕ ਤੇ ਮੁੱਦਾ ਚੁੱਕਣਾ ਇੱਕ ਅਲੱਗ ਗੱਲ ਹੈ ਜੀ ਔਰ ਪ੍ਰਮਾਤਮਾ ਨੇ ਬਹੁਤ ਵੱਡੇ ਵੱਡੇ ਕਾਰਜ ਜਿਹੜੇ ਨੇ ਉਹ ਆਪ ਵਿੱਚ ਸਾਈ ਹੋ ਕੇ ਕਰਾਈ ਨੇ ਅਗਲਾ ਸਮਾਂ ਇੱਕ ਇੱਕ ਕਰਕੇ ਗੱਲਾਂ ਕਰਨੀਆਂ ਇੱਕ ਨਾ ਸਾਨੂੰ ਕਈ ਵਾਰੀ ਰਿਪੋਰਟਾਂ ਪੜ੍ਹਣੀਆਂ ਪੈਂਦੀਆਂ ਨੇ ਤਾਂ ਸਵਾਦ ਲੈ ਖਬਰਾਂ ਕਰੀ ਦੀਆਂ ਵਾਹ ਬੰਦੇ ਨੂੰ ਇੰਨੇ ਪੈਸੇ ਮਿਲੇ ਸੀ ਉਹਨਾਂ ਨੇ ਵੰਡੇ ਹੀ ਨਹੀਂ ਫੰਡ ਲੈਪਸ ਹੋ ਗਿਆ ਸਾਨੂੰ ਐਂ ਲੱਗਦਾ ਹੁੰਦਾ ਕਿ ਜਦੋਂ ਬੰਦਾ ਮੈਂਬਰ ਪਾਰਲੀਮੈਂਟ ਬਣ ਜਾਂਦਾ ਨਾ ਉਹ ਕਿ ਸਿੱਧਾ ਲੋਕਾਂ ਨੇ ਕਿੱਥੇ ਆਉਣਾ ਹੁੰਦਾ ਮੈਂਬਰ ਪਾਰਲੀਮੈਂਟ ਕੋਲ ਬਹੁਤਾ ਉਹ 8 9 ਵਿਧਾਨ ਸਭਾ ਹਲਕੇ ਆ ਐਮ ਐਲ ਏ ਸਭ ਨਾਲ ਸਿੱਧਾ ਵਾਹ ਹੁੰਦਾ ਗੁਰਜੀਤ ਸਿੰਘ ਔਜਲਾ ਸਾਹਿਬ ਨੂੰ ਜਿੰਨੇ ਕ ਫੰਡ ਆਉਂਦੇ ਰਹੇ ਉਹਦੇ ਵਿੱਚੋਂ ਲੋਕਾਂ ਤੱਕ ਕਪੜਾ ਆਉਪੜਾ ਵੀ ਕੋਈ ਰੁਪਈਆ ਜਾਂ ਪਿੱਛੇ ਨੂੰ ਮੁੜਦੇ ਰਹੇ ਆ ਨਹੀਂ ਸਾਡੇ ਕੋ ਘਟ ਜਾਂਦੇ ਆ ਜੀ ਸਾਡੇ ਕੋ ਘਟ ਜਾਂਦੇ ਆ ਸਾਡੇ ਕੋ ਡਿਮਾਂਡ ਜਿਆਦੀ ਘਟ ਜਾਂਦੇ ਆ ਰੀਜ਼ਨ ਹੈ ਦੇਖੋ ਜਿੱਦਾਂ ਤੁਸੀਂ ਕੇ ਐਮਐਲਏ ਐਮਪੀ ਸਰਬਾਨ ਸੌਰੀ ਜੀ ਜਦੋਂ ਬਣਦੇ ਸੀ ਉਦੋਂ ਇੱਕ ਜਿਵੇਂ ਬਾਹਰੋਂ ਬਹੁਤ ਵੱਡੇ ਫਿਗਰ ਦੇ ਬੰਦੇ ਆਉਂਦੇ ਹੁੰਦੇ ਸੀ ਉਹਨਾਂ ਕੋਲ ਜਿਆਦਾ ਟਾਈਮ ਘਟ ਸੀ ਉਹ ਨਹੀਂ ਧਿਆਨ ਦਿੰਦੇ ਇਹ ਫੰਡ ਮੁੜਦੇ ਰਹੇ ਨਾ ਮੁੜਦੇ ਸੀ ਜੀ ਬਿਲਕੁਲ ਮੁੜੇ ਨਹੀਂ ਔਰ ਅਸੀਂ ਜ਼ਮੀਨ ਨਾਲ ਜੁੜੇ ਹਾਂ ਕੁਦਰਤੀ ਗੱਲ ਹੈ ਕਿ ਜਿਲਾ ਪ੍ਰਧਾਨ ਰਹੇ ਆ ਕੌਂਸਲਰ ਰਹੇ ਉਹਦੇ ਕਰਕੇ ਲੋਕਾਂ ਦਾ ਸਿੱਧਾ ਰਾਪਤਾ ਬਹੁਤ ਹੈ ਠੀਕ ਹੈ ਉਹ ਸਿੱਧਾ ਰਾਪਤਾ ਹੋਣ ਕਰਕੇ ਜੇ ਐਮਐਲਏ ਸੇ ਬਾਣ ਵੀ ਗਿਆ ਉਹਨਾਂ ਦੀ ਵੀ ਮੰਨੀਦੀ ਹੈ ਜੇ ਕੋਈ ਸਿੱਧਾ ਵੀ ਕੋਈ ਗੱਲ ਕਰੇ ਕੋਈ ਭੈਣ ਭਰਾ ਆਵੇ ਤੇ ਉਹਦੀ ਵੀ ਗੱਲ ਮੰਨੀਦੀ ਹੈ ਜੀ ਸੋ ਪੈਸੇ ਸਾਡੇ ਕੋ ਘਟ ਜਾਂਦੇ ਨੇ ਠੀਕ ਹੈ ਸਾਡੇ ਕੋ ਤੇ ਪੈਸੇ ਟਿਕਦੇ ਨਹੀਂ ਅਸੀਂ ਤੇ ਪਹਿਲੋ ਮਤਲਬ ਜੇ ਸਾਡੇ ਕੋ 5 ਕਰੋੜ ਨਾਲ ਤੇ ਸਾਡੇ ਕੋ 25 ਕਰੋੜ ਦੀ ਡਿਮਾਂਡ ਹੈ ਅੱਛਾ ਜੀ ਉਹ ਅਸੀਂ ਪੈਸੇ ਜਦੋਂ ਤੁਸੀਂ ਹਿਸਾਬ ਲਓਗੇ ਇੱਕ ਇੱਕ ਪੈਣੀ ਜਿਹੜੀ ਆ ਉਹ ਔਰ ਵੱਡੀ ਗੱਲ ਮੈਂ ਔਨ ਰਿਕਾਰਡ ਕਹਿ ਕਿ ਜਿੰਨੇ ਪੈਸੇ ਮਿਲੇ ਉਹਦੇ ਤੋਂ ਵੱਧ ਕੰਮ ਹੋਏ ਨੇ। ਕੀ ਬਾਤ ਹੈ। ਠੀਕ ਹੈ ਅਸੀਂ ਅਸੀਂ ਚੋਰ ਮਰੀ ਨਹੀਂ ਰਹਿਣ ਦਿੱਤੀ ਕਿਸੇ ਕੰਮ 'ਚ ਵੀ। ਇਹ ਪੂਰਾ ਡਟ ਗਿਆ। ਹਾਂ। ਠੀਕ ਹੈ ਕਿਤੇ ਕੋਈ ਆਪਣੇ ਲੈਵਲ ਦੇ ਕੋਈ ਅਖੋ ਪ੍ਰੋਖੇ ਕਰ ਗਿਆ ਹੋਵੇ ਗੱਲ ਬੱਕਰੀ ਹੈ। ਜੀ। ਹੁਣ ਮੈਕਸਿਮਮ ਫੰਡ ਜਿਹੜੇ ਆ ਉਹ ਸਕੂਲਾਂ ਤੇ ਲਾਈ ਨੇ। ਅੱਛਾ ਜਾਨੀ ਕਿ ਇੱਕ ਲੋਕ ਸਭਾ ਮੈਂਬਰ ਹੋਣ ਦੇ ਨਾਤੇ ਜਿੰਨਾ ਤੁਹਾਡਾ ਫੰਡ ਦਾ ਕੋਟਾ ਸੀ। ਹਾਂਜੀ। ਜਾਨੀ ਉਹ ਤੁਸੀਂ ਸਕੂਲਾਂ ਤੇ ਲਾਈ ਦਾਬੇ ਨੇ ਮੈਕਸਿਮਮ ਹਾਂ ਮੈਕਸਿਮਮ ਜੀ ਹੁਣ ਕਿਉਂ 100% ਨਹੀਂ ਕਹੇ ਸਰਦ ਕਿਉਂਕਿ ਵਿੱਚ ਵਿੱਚ ਸਾਰਿਆਂ ਨੂੰ ਰੱਖਣਾ ਪੈਂਦਾ ਹੈ ਨੀ ਸਾਰਿਆਂ ਦੀ ਮੰਨਣੀ ਪੈਂਦੀ ਹੈ ਕਿਸੇ ਵੇਲੇ ਕੋਈ ਭੈਣ ਭਰਾ ਦੀ ਮੰਨਣੀ ਪੈਂਦੀ ਕੋਈ ਆ ਕੋਈ ਸਾਡੇ ਲੀਡਰ ਸਹਿਬਾਨ ਕਹਿ ਦੇਣਗੇ ਇਦਾਂ ਕਰਨਾ ਉਹ ਕਰਨਾ ਪੈਂਦਾ ਠੀਕ ਹੈ ਪਰ ਮੇਰੀ ਕੋਸ਼ਿਸ਼ ਇਹ ਹੈ ਕਿ ਲੋਕਾਂ ਨੂੰ ਵੀ ਚੇਤਨਾ ਇਹ ਲੈ ਜਾਈ ਦੀ ਵੀ ਦੇਖੋ ਸਕੂਲ ਬਣਾਉਣੇ ਜਿਆਦਾ ਜ਼ਰੂਰੀ ਨਹੀਂ ਜੀ ਜਿੰਨਾ ਚਿਰ ਐਜੂਕੇਸ਼ਨ ਨਹੀਂ ਤਗੜੀ ਹੋਗੀ ਮਾਹੌਲ ਨਹੀਂ ਬਣੂਗਾ ਅਜੇ ਟੀਚਰ ਹੈਗੇ ਨਹੀਂ ਜੇ ਬਿਲਡਿੰਗ ਹੀ ਨਹੀਂ ਹੈਗੀ ਤੇ ਟੀਚਰ ਵਿਚਾਰੇ ਕੀ ਕਰਨਗੇ ਠੀਕ ਹੈ ਸੋ ਟੀਚਰਾਂ ਵਾਸਤੇ ਇੱਕ ਮਾਹੌਲ ਪੈਦਾ ਕਰਨਾ ਪੈਂਦਾ ਕਿ ਉਹਨੂੰ ਇਸ ਮਾਹੌਲ ਦੇ ਵਿੱਚ ਰਹਿ ਕੇ ਉਹ अच्छी ਵਿੱਦਿਆ ਦੇ ਸਕਦਾ ਹੈ ਜੀ ਔਰ ਬੱਚੇ ਵੀ ਵਿਦਿਆਲਿਆਣ ਕੇ ਸਾਡਾ ਜੇ ਕਿਸੇ ਕੌਮ ਨੇ ਕਿਸੇ ਸਮਾਜ ਨੇ ਤਰੱਕੀ ਕਰਨੀ ਹੈ ਤੇ ਉਹ ਤਾਦੀ ਹੋ ਸਕਦੀ ਜੇ ਉਹ ਪੜਿਆ ਲਿਖਿਆ ਹੋਊਗਾ ਅਦਰਵਾਇਜ਼ ਤੁਸੀਂ ਦੇਖੋ ਜੋ ਮਰਜ਼ੀ ਆਪਾਂ ਕਹੀ ਜਾਈਏ ਐਜੂਕੇਸ਼ਨ ਤੋਂ ਇਲਾਵਾ ਕੁਝ ਨਹੀਂ ਹੈਗਾ ਐਜੂਕੇਸ਼ਨ ਹੋਏਗੀ ਤੇ ਅਸੀਂ ਅੱਗੇ ਵੱਧ ਸਕਦੇ ਹਾਂ ਅਸੀਂ ਕੋਈ ਮਸਲੇ ਦਾ ਹੱਲ ਕਰ ਸਕਦੇ ਹਾਂ ਅਸੀਂ ਕਿਸੇ ਵੀ ਪੋਜੀਸ਼ਨ ਤੇ ਜਾ ਸਕਦੇ ਹਾਂ ਅਸੀਂ ਵਰਲਡ ਓਵਰ ਅਸੀਂ ਰਾਜ ਕਰ ਸਕਦੇ ਹਾਂ ਜੀ ਫੰਡ ਥੋੜਾ ਤੁਸੀਂ ਦੇ ਦਿੱਤਾ ਆਮੀ ਗੱਲ ਚੱਲਦੀ ਔਜਲਾ ਸਾਹਿਬ ਸਾਰੇ ਪੰਜਾਬ ਚ ਚਰਚੇ ਚੱਲਦੇ ਹੁੰਦੇ ਆ ਕਿ ਕਿੱਥੇ ਜੀ 5 ਲੱਖ ਆਇਆ ਹੀ ਇੰਨੇ ਕ ਤਾਂ ਦੇਣੇ ਪੈਗਾ ਕਿੰਨੇ ਕ ਪਰਸੈਂਟ ਹੁੰਦੇ ਜਿਹੜੇ ਜੇਬ ਚ ਆਉਂਦੇ ਆ ਦੇਖੋ ਪਤਾ ਨਹੀਂ ਕਿੰਨਾਂ ਦੀ ਜੇਬਾਂ ਚ ਪੈਂਦੇ ਹੋਣਗੇ ਤੇ ਸਾਡੇ ਤਾਂ ਆਪਣੀਆਂ ਜੇਬਾਂ ਖਾਲੀ ਹੋਈਆਂ ਪਈਆਂ ਇਸ ਕੰਮ ਚ ਕਿਉਂਕਿ ਜਦੋਂ ਤੁਸੀਂ ਲੋਕ ਸੇਵਾ ਕਰਨੀ ਹੈ ਤੇ ਇਹ ਇੱਕ ਸੇਵਾ ਆ ਠੀਕ ਹੈ ਔਰ ਮੇਰਾ ਮੰਨਣਾ ਹੈ ਕਿ ਜਿਹੜੇ ਇਹ ਪੈਸੇ ਨੇ ਬੜੀ ਦਸਾਂ ਨੌ ਦੀ ਕਿਰਤੇ ਲੋਕਾਂ ਦੀ ਕਿਉਂਕਿ ਲੋਕ ਟੈਕਸ ਦਿੰਦੇ ਨੇ ਠੀਕ ਹੈ ਲੋਕਾਂ ਦੇ ਟੈਕਸ ਦਾ ਪੈਸਾ ਟੈਕਸ ਭਰਨਾ ਤੁਹਾਨੂੰ ਪਤਾ ਇੱਕ ਵਪਾਰੀ ਆਸਤੇ ਜਾਂ ਇੱਕ ਜੇ ਕੋਈ ਜੋਬ ਵੀ ਕਰਦਾ ਉਹਦੇ ਹੱਥੇ ਕਿੰਨਾ ਟਫ ਹੁੰਦਾ ਉਹਨੇ ਆਪਣੀ ਮਿਹਨਤ ਦੇ ਵਿੱਚੋਂ ਆਪਣੀ ਕਮਾਈ ਚੋਂ ਦੇਣਾ ਹੁੰਦਾ ਮੈਂ ਮੰਨਦਾ ਕਿ ਉਹ ਦਸਵੰਤ ਤੋਂ ਵੀ ਜ਼ਿਆਦਾ ਉਤੋਂ ਮੈਂ ਜੀ ਸੋ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮੈਂ ਪਰਮਾਤਮਾ ਦੀ ਮਤਲਬ ਨਗਰੀ ਦਾ ਐਮਪੀ ਵੀ ਹਾਂ ਔਰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਤੁਹਾਨੂੰ ਕੋਈ ਬੰਦਾ ਇਹੋ ਜਿਹਾ ਮਿਲੇਗਾ ਨਹੀਂ ਜੀ ਤੇ ਜੇ ਮਿਲੇਗਾ ਮੈਨੂੰ ਵੀ ਜ਼ਰੂਰ ਮਿਲਾ ਦਿਓ ਠੀਕ ਤੇ ਮੈਂ ਦੇਂਦਾ ਰਿਆ ਜੇ ਕੋਈ ਬੰਦਾ ਇਹੋ ਜੀ ਗੱਲ ਹੋਵੇ ਜੀ ਜਿੰਨੇ ਐਮਪੀ ਲਾਈਡ ਫੰਡ ਮਿਲੇ ਜੀ ਔਰ ਇੱਕ ਇੱਕ ਪੈਸਾ ਜਿਹੜਾ ਆ ਉਹਥੇ ਲੈ ਤੁਹਾਨੂੰ ਦੱਸਦਾ ਸਕੂਲ ਜਵੇਂ ਨਹੀਂ ਹੁਣ 7.5 ਲੱਖ ਰੁਪਏ ਸਰਕਾਰ ਕਹਿੰਦੀ ਹੈ ਕਿ 7.5 ਚ ਸਕੂਲ ਬਣਾਓ ਇੱਕ ਕਮਰਾ ਠੀਕ ਹੈ ਬਰਾਂਡਾ ਹੂੰ ਉਹਦਾ ਫਰਨੀਚਰ 7.5 ਲੱਖ ਰੁਪਏ ਕ੍ਰਾਈਟੇਰੀਆ ਉਹਨਾਂ ਦਾ ਕ੍ਰਾਈਟੇਰੀਆ ਜੀ ਉਹ ਚੋਂ ਮਤਲਬ ਉਹ ਬਣ ਮਤਲਬ ਵੀ 7.5 ਚ ਸਾਨੂੰ ਕੋਈ ਪੁੱਛ ਨਹੀਂ ਸਕਦਾ 7.5 ਬਣਾਤਾ ਜੀ ਅਸੀਂ 7.5 ਚ ਦੋ ਕਮਰੇ ਬਣਾ ਦਿੰਨੇ ਅੱਛਾ ਜੀ ਉਹ ਤੁਸੀਂ ਇਹ ਦੇਖ ਲਓ ਵੀ ਕਿੰਨੇ ਖਾਦੇ ਹੋਣਗੇ ਵਿੱਚੋਂ ਕਿ ਕਮਰੇ ਦੋ ਬਣ ਕੇ ਆਪੇ ਪੌਣਾ ਨਹੀਂ ਬਣਾਇਆ ਦੋ ਬਣਾ ਦਿੰਨੇ ਦੋ ਬਣਾ ਦਿੰਨੇ ਕਿਉਂਕਿ ਉਹ ਜਿਹੜੀ ਚੋਰ ਮੋਰੀਆਂ ਸਾਰੀਆਂ ਬੰਦ ਕੀਤੀਆਂ ਮੈਂ ਇੱਕ এডਿਕੇਸ਼ਨ ਤੇ ਇੱਕ ਅਜਿਹੇਆ ਮਤਲਬ ਫੀਲਡ ਹੈ ਜਿਹਦੇ ਚ ਤਕਰੀਬਨ ਸਾਰੇ ਪੈਸੇ ਜਿਹੜੇ ਆ ਉਹ ਸਹੀ ਲੱਗ ਜਾਂਦੇ ਆ ਜਾਂ ਪੰਚਾਇਤ ਜਿਹੜੇ ਚੰਗੇ ਸਾਡੇ ਸਰਪੰਚ ਨੇ ਸਰਪੰਚ ਬਹੁਤ ਬਹੁਤ ਵਧੀਆ بڑے ਵਧੀਆ ਕੰਮ ਕੀਤੇ ਚਲੋ ਧੁੱਕਾ ਧੁੱਕਾ ਸਾਰੀ ਜਗ੍ਹਾ ਹੁੰਦੇ ਨੇ ਜੀ ਬਾਕੀ ਉਹਨਾਂ ਦੇ ਥਰੂ ਵੀ ਜਿੰਨੇ ਕੰਮ ਹੁੰਦੇ ਉਹ ਉੱਥੇ ਜ਼ਰੂਰ ਪੂਰੇ ਲੱਗਦੇ ਨੇ ਪਰ ਇੱਕ ਜਗ੍ਹਾ ਆ ਜਿੱਥੇ ਡਿਪਾਰਟਮੈਂਟ ਸਰਕਾਰੀ ਇਨਵੋਲਵ ਹੋ ਜਾਂਦੇ ਪੀ ਡਬਲਯੂ ਡੀ ਹੋਗੀ ਕਾਰਪੋਰੇਸ਼ਨ ਹੋਗੀ ਟਰਸਟ ਹੋਗੀ ਉਹਨਾਂ ਦੇ ਲਗਾਮ ਸਾਡੀ ਨਹੀਂ ਹੁੰਦੀ ਕਿਉਂਕਿ ਉਹ ਕਹਿੰਦੇ ਕੋ ਹੁੰਦੇ ਵੀ ਵਿੱਚੋਂ ਕਿਤੇ ਨਾ ਕਿਤੇ ਦਈਆ ਮਾਰ ਜਾਂਦੇ ਨੇ ਬਾਕੀ ਮੈਂ ਮਤਲਬ ਬਾਕੀ ਕਿਤੇ ਵੀ ਹਿੱਲਣ ਨਹੀਂ ਦੇਈਦਾ ਲੋ ਜੀ ਪ੍ਰਾਈਮੇਰੀ ਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰ ਮੈਂ ਦੱਸਦੇ ਆ ਕਿ ਅੱਜ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਦੂਸਰੀ ਵਾਰ ਲਗਾਤਾਰ ਚੁਣੇ ਗਏ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਸਾਹਿਬ ਦੇ ਨਾਲ ਗੱਲਬਾਤ ਚੱਲ ਰਹੀ ਹੈ ਪਹਿਲਾ ਦਾਵਾ ਕਿ ਬਹੁਤੇ ਰੁਪਏ ਉਹ ਕਹਿੰਦੇ ਜੀ ਅਸੀਂ ਖਰਚੇ ਆ ਸਕੂਲ ਬਣਾਉਣ ਤੇ এডਿਕੇਸ਼ਨ ਦੇ ਜੇ ਖਰਚੇ ਆ ਦੂਸਰੀ ਗੱਲ ਉਹ ਕਹਿੰਦੇ ਜੀ ਜੇ 5 ਲੱਖ ਜਾਂਦਾ ਤੇ 5 ਲੱਖ ਜਾਂਦਾ ਉਹਦੇ ਵਿੱਚੋਂ ਐ ਟੇਡਾ ਹੋ ਕੇ ਜੇਬ ਦੇ ਵਿੱਚ ਕੋਈ ਨਹੀਂ ਆਉਂਦਾ ਉਹ ਕਹਿੰਦੇ ਜੇ ਬੰਦਾ ਮਲਾ ਦਿਓ ਜੇ ਕਿਸੇ ਤੋਂ ਲਾਇਆ ਹੁਣ ਦੋ ਚੀਜ਼ਾਂ ਚੰਗੀਆਂ ਲੱਗੀਆਂ ਔਜਲਾ ਸਾਹਿਬ ਇੱਕ ਚੀਜ਼ ਹੋਰ ਦੱਸਿਓ ਗੁਰੂ ਕੀ ਨਗਰੀ ਹੈ ਤੇ ਗੁਰੂ ਸਾਹਿਬ ਕਹਿੰਦੇ ਜੀ ਇੱਕ ਅੱਖ ਨਾ ਦੇਖਣਾ ਹੁਣ ਤਾਂ ਆ 7-8 ਮਹੀਨੇ ਹੋ ਗਏ ਆ ਬਹੁਤੇ ਜਿਹੜੇ ਐਮਐਲਏ ਆ ਦੂਸਰੀ ਦੂਸਰੀਆਂ ਪਾਰਟੀਆਂ ਦੇ ਚੁਣਕੇ ਆਗੇ ਥੋੜੀ ਪਾਰਟੀ ਦੇ ਨਹੀਂ ਹੈਗੇ ਬਹੁਤੇ ਜੀ ਜੀ ਮੰਨ ਲਓ ਕਿਸੇ ਐਮਐਲਏ ਦਾ ਫੋਨ ਆ ਜਾਂਦਾ ਜੀ ਕਿ ਔਜਲਾ ਸਾਹਿਬ ਤੁਹਾਡੇ ਕੋਲੇ ਫੰਡ ਹੈਗੇ ਆ ਮੇਰੇ ਹਲਕੇ ਦੇ ਵਿੱਚ ਆਹ ਕੰਮ ਕਰਨ ਵਾਲਾ ਤੇ ਤੁਸੀਂ ਟਕੇ ਵਰਗਾ ਜਵਾਬ ਦੇ ਦਿੰਦੇ ਹੋਣੇ ਕਿ ਭਾਈ ਤੁਸੀਂ ਦੂਜੀ ਪਾਰਟੀ ਦੇ ਚੁਣ ਕੇ ਮੈਂ ਨਹੀਂ ਦਿੰਦਾ ਫੰਡ ਉੱਥੇ ਦੇਖੋ ਮੈਂ ਨਾ ਖੁਦ ਜਿਵੇਂ ਪਰਮਾਤਮਾ ਕੁਦਰਤੀ ਕਹਿ ਸਕਦੇ ਜੀ ਕਿ ਜਿੱਦੋਂ ਦੇ ਵੀ ਚੁਣੇ ਹੈ ਨਾ ਇਹ ਤੇ ਚਲੋ ਹੁਣ ਸਰਕਾਰ ਮੈਂ ਸਰਕਾਰ ਚ ਹੀ ਸੀ ਚੁਣਿਆ ਜੀ ਇੱਕ ਮਨ ਦੇ ਵਿੱਚ ਹੀ ਰਹੀ ਹੈ ਕਿ ਜਿੰਨਾ ਵੀ ਕੰਮ ਕਰਨਾ ਉਹ ਇਸ ਨਗਰੀ ਨੂੰ ਸਮਰਪਿਤ ਹੋ ਕੇ ਕਰਨਾ ਕਿਉਂਕਿ ਇਹ ਕੱਲਾ ਸਾਡਾ ਕੇਂਦਰ ਨਹੀਂ ਇਹ ਸਾਰੇ ਲੋਕਾਂ ਦਾ ਸਾਰੇ ਧਰਮਾਂ ਦਾ ਸਾਰੇ ਵਰਗਾਂ ਦਾ ਆਸਥਾ ਦਾ ਕੇਂਦਰ ਹੈ ਠੀਕ ਹੈ ਇਕੱਲਾ ਮੇਰਾ ਨੀਗਾ ਕਹਿ ਸਕਦੇ ਕਿ ਅਸੀਂ ਸਿੱਖਾਂ ਦਾ ਹੀ ਆ ਇਹਨਾਂ ਨੂੰ ਕਿਉਂਕਿ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਬਹੁਤ ਸਾਰੇ ਧਰਮਾਂ ਦੇ ਲੋਕ ਨਾਤਮਸਤਕ ਹੁੰਦੇ ਨੇ ਸੋ ਜਿੰਨਾ ਕੰਮ ਇਹਦੇ ਵਾਸਤੇ ਕੀਤਾ ਆ ਜਾਂ ਜੇ ਕੋਈ ਦੂਸਰੀ ਪਾਰਟੀ ਕੋ ਵੀ ਲੈ ਕੇ ਆਏ ਅੱਜ ਜੇ ਮੈਂ ਇੱਕ ਮੰਚ 'ਤੇ ਇਹ ਹਮੇਸ਼ਾ ਹੀ ਹਾਰੀ ਜਗ੍ਹਾ ਜਾਨਣਾ ਕਿ ਜਦੋਂ ਤੁਸੀਂ ਚੁਣਤਾ ਨਾ ਹੁਣ ਜ਼ਿੰਮੇਵਾਰੀਆਂ ਸਾਡੀਆਂ ਨੇ ਜੀ ਮੈਂ ਹੁਣ ਇਹ ਨਹੀਂ ਰੋਣਾ ਰੋਣਾ ਜਾ ਕੇ ਕਿ ਮੇਰੇ ਉੱਤੇ ਬੀਜੇਪੀ ਸੀ ਮੈਨੂੰ ਮਿਲਿਆ ਕੱਖ ਨਹੀਂ ਇਥੋਂ ਹੋਇਆ ਕੱਖ ਨਹੀਂ ਸੋ ਮੈਨੂੰ ਉਪਰੋ ਸਪੋਰਟ ਮਿਲੀ ਜੀ ਮੈਂ ਵੱਡੇ ਪ੍ਰੋਜੈਕਟ ਲੈ ਕੇ ਆਇਆ ਵੱਡੇ ਪ੍ਰੋਜੈਕਟ ਕੀਤੇ ਅਮਰitsar ਲਈ ਐਕਸਪ੍ਰੈਸ ਵੇ ਹੋ ਗਿਆ ਨਹੀਂ ਤੁਸੀਂ ਤੁਹਾਨੂੰ ਕਿਦਾਂ ਪ੍ਰੋਜੈਕਟ ਕਰਦੇ ਰਹੇ ਬਸ ਬਸ ਇਹ ਇਹ ਤੁਹਾਡੀ ਮੋਸ ਗੱਲ ਤੇ ਆਉਣ ਲੱਗਾ ਨਾ ਕਿ ਬੰਦਾ ਕਿਉਂ ਕਿਉਂ ਫਿਰ ਬੰਦੇ ਦੀ ਕਰਨੀ ਚ ਕਿਉਂ ਫਰਕ ਪੈਂਦਾ ਹੂੰ ਹੂੰ ਕਿਉਂਕਿ ਸਾਡੇ ਹੰਜ ਦਾ ਹਰਦੀਪ ਪੁਰ ਇਲੈਕਸ਼ਨ ਲੜੇ ਸੀ ਜੀ ਤੇ ਛੋਟੇ ਖਿਲਾਫ ਲੜੇ ਬਿਲਕੁਲ ਲੜੀ ਸੀ ਆਪਣਾ ਉਹਨਾਂ ਨਾਲ ਬਹੁਤ ਅੱਛਾ ਰਿਸ਼ਤਾ ਹੈ ਇਹ ਇਹ ਕਿ ਮਨਨ ਜੋ ਗੱਲ ਨਹੀਂ ਨਾ ਗੱਲ ਇਹ ਮੰਨਣ ਜੋ ਗੱਲ ਇਸ ਕਰਕੇ ਤੁਸੀਂ ਦੇਖੋ ਕਿ ਕਿੰਨੀਆਂ ਫਲਾਈਟਾਂ ਚੱਲੀਆਂ ਨੇ ਤੁਹਾਡੇ ਠੀਕ ਹੈ ਇਹ ਇਹ ਮੈਂ ਮਤਲਬ ਸਹਿਮਤੀ ਦੇ ਨਾਲ ਹੀ ਹੋਈ ਹੈ ਜੇ ਮੈਂ ਲੜਦਾ ਤੁਸੀਂ ਮੈਂ ਤੇਰੇ ਨਹੀਂ ਬਿਲਕੁਲ ਮਿਲਦਾ ਮੈਂ ਹਰ ਮਨਿਸਟਰ ਨੂੰ ਮਿਲਦਾ ਹਮ ਜਿਹੜਾ ਜਿੱਦਾਂ ਨਾ ਮੈਨੂੰ ਕੰਮ ਪੈਂਦਾ ਹੈ ਜੀ ਔਰ ਹਰ ਇੱਕ ਦਾ ਮੈਂ ਕੰਮ ਕਰਨ ਤੋਂ ਬਾਅਦ ਧੰਨਵਾਦ ਮੀਡੀਆ ਤੇ ਵੀ ਕਰਦਾ ਹਾਂ ਜੀ ਔਰ ਮੈਂ ਉਹਨਾਂ ਦਾ ਸਪੈਸ਼ਲੀ ਵੀ ਕਰਕੇ ਆਉਂਦਾ ਠੀਕ ਹੈ ਆਮ ਗੱਤ ਹੁੰਦੀ ਕਿ ਕੰਮ ਲੈ ਆਈਦਾ ਤੇ ਬਾਅਦ ਚ ਆ ਕੇ ਇੱਥੇ ਕਹਿੰਦਾ ਜੀ ਔਨਲਾਈਨੇ ਕਰਾ ਦਿੱਤਾ ਤੇ ਬਾਕੀ ਉਹ ਉਹ ਉੱਤੇ ਐ ਨਹੀਂ ਕੋਈ ਚੀਜ਼ ਹੁਣ ਜਿਹੜੇ ਪੈਸੇ ਜਿੰਨੇ ਦੇਣੇ ਉਹਨੇ ਦੇਣੇ ਦੂਸਰੇ ਨਹੀਂ ਤੇ ਦੇਣੇ ਨਹੀਂਗੇ ਹਮ ਹਮ ਸੋ ਬਹੁਤ ਕੰਮ ਜਿਹੜੇ ਆ ਕੇਂਦਰ ਤੋਂ ਮੈਂ ਕਰਾ ਔਰ ਔਰ ਸਿਰਫ ਇੱਕ ਹੀ ਮਤਲਬ ਉਹਨਾਂ ਨੂੰ ਰਿਕੁਐਸਟ ਕਰਦਾ ਉਹਨਾਂ ਕਿ ਗੁਰੂ ਨਗਰੀ ਮੇਰੀ ਇਕੱਲੇ ਦੀ ਨਹੀਂਗੀ ਤੁਹਾਡੀ ਸਾਰਿਆਂ ਦੀ ਸਾਂਝੀ ਠੀਕ ਹੈ ਔਰ ਸਾਂਝੀ ਨਗਰੀ ਵਾਸਤੇ ਕੰਮ ਕਰਨਾ ਅੱਜ ਜੇ ਸਰਕਾਰ ਦੇ ਜੇ ਐਮਐਲਏ ਦੂਸਰੀਆਂ ਪਾਰਟੀਆਂ ਦੇ ਵੀ ਨੇ ਤੇ ਕੋਈ ਵੀ ਮੇਰੇ ਕੋ ਆਊਗਾ ਤੇ ਮੈਂ ਕਦੀ ਨਾ ਨਹੀਂ ਇਹ ਕਰੂੰਗਾ ਕਿਉਂਕਿ ਮੈਨੂੰ ਕਿਸੇ ਨੇ ਨਾ ਨਹੀਂ ਕੀਤੀ ਤੇ ਮੈਂ ਕਿਸੇ ਨੂੰ ਨਾ ਨਹੀਂ ਕਰਨੀ ਇਹ ਵਹਿ ਹੌਲਾ ਸਭ ਮੰਨਣ ਵਾਲੀ ਗੱਲ ਤਾਂ ਹੈ ਨਹੀਂ ਕਿ ਦੂਜੀ ਪਾਰਟੀ ਦੇ ਮੰਤਰੀ ਹੁਣ ਤੁਹਾਡੇ ਕੰਮ ਕਰੀ ਜਾਣ ਜਣੀ ਜਿਵੇਂ ਗਟਕਰੀ ਸਾਹਿਬ ਦੀ ਜਿੱਦਣ ਐਕਸਪ੍ਰੈਸਵੇ ਉਹਨਾਂ ਨੇ ਸਾਨੂੰ ਐਕਸਪ੍ਰੈਸਵੇ ਅੰਮ੍ਰਿਤਸਰ ਦਿੱਲੀ ਹੂੰ ਹੂੰ ਦਿੱਲੀ ਅਮਰਸਰ ਅਮਰਸਰ ਕਟੜਾ ਐਕਸਪ੍ਰੈਸ ਵੇ ਬਣਿਆ ਸੀ ਹੂੰ ਹੂੰ ਅਨਾਉਂਸਮੈਂਟ ਹੋਈ 2016 ਦੀ ਠੀਕ ਹੈ ਹੁਣ ਆਕੇ ਫਾਈਨਲ ਹੋਣਾ ਸੀ ਤੇ ਸਾਨੂੰ ਬਾਹਰ ਕੱਢ ਗਏ ਸੀ ਅਮਰਸਰ ਨੂੰ ਜੀ ਬਾਰੋ ਬਾਰ ਜਲੰਧਰ ਨੂੰ ਲੈ ਗਏ ਬਾਰੋ ਜਲੰਧਰ ਨੂੰ ਲੈ ਗਏ ਸੀ ਗੁਰਦਾਸਪੁਰ ਨੂੰ ਇਹ ਸਭਨਾਂ ਨੂੰ ਪਤਾ ਹੋਂ ਰਿਕਾਰਡ ਹੈ ਹੂੰ ਹੂੰ ਔਰ ਇੱਕ ਮਹੀਨਾ ਪੂਰਾ ਕਰੋਨਾ ਦੇ ਵਿੱਚ ਅਸੀਂ ਐਜੀਟੇਸ਼ਨ ਵੀ ਕੀਤੇ ਲੀਡਰਾਂ ਨੂੰ ਵੀ ਮਿਲੇ ਹਰ ਪਾਰਟੀ ਦੇ ਲੀਡਰ ਕੋ ਗਏ ਹਰ ਇੱਕ ਦੇ ਕੋਲ ਹੀ ਗਏ ਹੂੰ ਹੂੰ ਤੇ ਹਰ ਇੱਕ ਨੂੰ ਬੇਨਤੀ ਕੀਤੀ ਤੇ ਤੁਸੀਂ ਵੇਖੋ ਉਹਨਾਂ ਨੇ ਆਨ ਰਿਕਾਰਡ ਕਿਹਾ ਸੀ ਕਿ ਲੋਕ ਸਭਾ ਮੈਂਬਰ ਨੇ ਸਾਡੇ ਵੰਪੀ ਨਹੀਂ ਬਹੁਤ ਵੱ ਪੀਅਰ ਕਾਰਟ ਆਨ ਰਿਕਾਰਡ ਆਉਂ ਚੀਜ਼ ਆਨ ਰਿਕਾਰਡ ਠੀਕ ਹੈ ਤੇ ਜੇ ਉਹਨਾਂ ਨੇ ਜਿੰਨੇ ਕੰਮ ਹੋਰ ਗੜਕਰੀ ਸਾਹਿਬ ਨੇ ਕੀਤੇ ਆ ਉਹ ਵੀ ਉਹਨਾਂ ਨੇ ਪਾਰਲੀਮੈਂਟ ਚ ਆਨ ਰਿਕਾਰਡ ਨੇ ਜੀ ਜੇ ਰੇਲ ਦੇ ਕੰਮ ਹੋਏ ਤੇ ਉਹਨਾਂ ਦੇ ਮਿਨਿਸਟਰ ਨੇ ਆਨ ਰਿਕਾਰਡ ਕਿਹਾ ਕਿ ਤੁਹਾਨੂੰ ਹੀ ਆ ਡਿਮਾਂਡ ਕੀਤੀ ਸੀ ਅਸੀਂ ਕਰਤਾ ਠੀਕ ਹੈ ਸੋ ਇਹ ਗੱਲਾਂ ਮੰਨਣ ਦੀ ਗੱਲ ਹੀ ਹੁੰਦੀ ਜੀ ਵੇਖੋ ਜਦੋਂ ਤੁਸੀਂ ਇੱਕ ਦੇਖੋ ਕਿਸੇ ਕੋਈ ਬੈਨੀਫਿਟ ਲੈ ਕੇ ਕਿਸੇ ਦੀ ਆ ਕੇ ਬੁਖਤੋ ਹੀ ਕਰੋਗੇ ਨਾ ਫਿਰ ਬੰਦਾ ਦੁਬਾਰਾ ਨਹੀਂ ਕਰਦਾ ਦੁਬਾਰਾ ਨਹੀਂ ਕਰਦਾ ਜਦੋਂ ਤੁਸੀਂ ਕਾ ਕੇ ਕਹਿੰਦੇ ਜੇ ਹਾਂਜੀ ਠੀਕ ਹੈ ਜੀ ਤੁਸੀਂ ਕੀਤਾ ਤੁਹਾਡਾ ਸ਼ੁਕਰੀਆ ਸਾਡੀ ਨਗਰੀ ਆਸ ਤੇ ਤੁਸੀਂ ਕੰਮ ਕਰਤਾ ਜੀ ਮੈਂ ਇਹ ਕਹਿੰਦਾ ਜਦੋਂ ਤੁਹਾਨੂੰ ਬਣਾ ਦਿੱਤਾ ਲੋਕਾਂ ਦੀ ਇਹ ਜ਼ਿੰਮੇਵਾਰੀ ਨਹੀਂ ਹੈਗੀ ਉੱਤੇ ਬੀਜੇਪੀ ਹੈ ਉੱਤੇ ਕਾਂਗਰਸ ਹੈ ਉੱਤੇ ਸੀਪੀਆਈ ਹੈ ਉਹਨਾਂ ਦੇ ਗੁਰਜੀਤ ਔਲੇ ਉਹਨਾਂ ਲੋਕ ਸਭਾ ਮੈਂਬਰ ਬਣਾ ਦੇ ਲੋਕ ਸਭਾ ਮੈਂਬਰ ਦਾ ਕੰਮ ਬਣਦਾ ਹੈ ਕਿ ਕੰਮ ਕਰਨੇ ਆ ਜਿੱਥੋਂ ਮਰਜ਼ੀ ਲੈ ਆ ਜਿੱਥੋਂ ਮਰਜ਼ੀ ਉਹ ਮੇਰਾ ਕੰਮ ਹੈ ਮੈਂ ਕਿਸੇ ਦੇ ਗੋਡੇ ਫੜਨੇ ਨਹੀਂ ਮੈਂ ਧਰਨਾ ਦੇਣਾ ਮੈਪ ਕੋਚਨ ਪੁੱਟ ਕਰਨਾ ਹੈ ਮੈਂ ਕਿਸ ਤਰ੍ਹਾਂ ਕਰਨਾ ਇਹ ਮੇਰੀ ਮੇਰੀ ਹਿੰਮਤ ਹੈ ਜੀ ਇੱਥੇ ਤੇ ਮੈਂ ਵੇਖਣਾ ਕਿ ਮੈਨੂੰ ਕਿਹੜਾ ਰਾਹ اختیار ਕਰਨਾ ਪਵੇ ਛੋਟੀ ਪਾਰਟੀ ਵਾਲੇ ਨਹੀਂ ਔਖੇ ਹੁੰਦੇ ਜਦ ਤੁਸੀਂ ਫਿਰ ਧੰਨਵਾਦ ਕਰਨ ਜਾਂਦੇ ਹੋਗੇ ਜਾਂ ਮੀਡੀਆ 'ਚ ਕਦੀ 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 ਕਿਸੇ ਨੇ ਕਦੀ ਕੋਈ ਗੱਲ ਨਹੀਂ ਕੀਤੀ इवन ਕਦੋਂ ਸੀਐਮ ਕੈਪਟਨ ਅਮਰਿੰਦਰ ਸਿੰਘ ਸੀ ਜਿਆਦਾ ਸਮਾਂ ਤੇ ਮੇਰੇ ਖਲ ਕਦੀ ਖੈਰ ਉਹਨਾਂ ਨੂੰ ਤੇ ਮੇਲ ਵੀ ਘੱਟ ਹੋਇਆ ਸੀ ਪਰ ਕਦੀ ਕੰਪਲੇਂਟ ਮੇਰੇ ਖਲ ਕਦੀ ਕਿਸੇ ਨੇ ਕੀਤੀ ਨਹੀਂ ਨਾ ਕਦੀ ਹੋਈ ਹੈ ਤੇ ਤੁਸੀਂ ਹੁਣ ਕਿਸੇ ਵੀ ਪਾਰਟੀ ਦੇ ਸਾਡੇ ਜੇ ਅਮਰਸਰ ਗੁਰੂ ਨਗਰੀ ਹੈ ਤੇ ਕੋਈ ਇਹ ਨਹੀਂ ਕਹਿ ਸਕਦਾ ਕਿ ਸਾਡੇ ਐਮਪੀ ਨੇ ਸਾਡੀ ਗੱਲ ਨਹੀਂ ਸੁਣੀ ਜਾਂ ਐਮਪੀ ਕੋ ਗਏ ਸਾਂ ਉਹ ਖੜੇ ਮੱਥੇ ਨਹੀਂ ਮਿਲਿਆ ਜੀ ਦੇਖੋ ਬੜੀ ਵੱਡੀ ਗੱਲ ਹੈ ਕਿ ਇੱਕ ਸਧਾਰਨ ਪਰਿਵਾਰ ਦੇ ਬੱਚੇ ਨੂੰ ਰੱਬ ਨੇ ਮੌਕਾ ਦਿੱਤਾ ਤੇ ਮੈਂ ਮੇਰੀ ਕੋਸ਼ਿਸ਼ ਰਹਿੰਦੀ ਕਿ ਮੈਂ ਸਮਝ ਲੈਂਦਾ ਕਿ ਸੇਵਾ ਹੀ ਹੋ ਗਈ ਹੈ ਸਮਝ ਲਓ ਕਿ ਜਿੰਨੀ ਕਰ ਸਕਦੇ ਆ ਓਨੀ ਕਰੀਏ ਬਸ ਉਹ ਲਾਸਟ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਤੁਸੀਂ ਐਮਪੀ ਕਿੱਦਾਂ ਬਣ ਗਏ ਜਾਨੀ ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਹੁੰਦਾ ਵੱਡਾ ਲੀਡਰ ਮੈਂ ਅੰਤ ਜਾਊਂਗਾ ਉਧਰ ਇੱਕ ਚੀਜ਼ ਜ਼ਰੂਰ ਦੱਸਿਆ ਆਮ ਤੌਰ ਤੇ ਨਾ ਕੋ ਬੜਾ ਹੁੰਦਾ ਜੀ ਬਹੁਤ ਤੇ ਤਕੜਾ ਗੱਠ ਜੋੜਾ ਹੈ ਲੋਕਾਂ ਨੂੰ ਲੁੱਟਣ ਦਾ ਰਾਜਸੀ ਲੀਡਰ ਤੇ ਅਫਸਰ ਮਿਲੇ ਹੋਏ ਚਣੀ ਰੋਜ਼ ਚਰਚਾ ਚੱਲਦੀ ਐ ਆ ਪਿੱਛੇ ਜੇ ਤੁਹਾਡੇ ਕਈ ਬਿਆਨ ਸੁਣੇ ਤੁਸੀਂ ਅਫਸਰਾਂ ਦੇ ਗੱਲ ਪੈਂਦੇ ਸੀ ਦੇਖੋ ਬਾਦ ਸਾਬ ਮਸਲਾ ਇਹ ਹੈ ਕਿ ਮੈਂ ਹਮੇਸ਼ਾ ਇੱਕ ਗੱਲ ਨੂੰ ਤੁਹਾਨੂੰ ਮੈਂ ਥੋੜਾ ਜਿਹਾ ਡੀਪਲੀ ਚਲੇ ਜਾਣਾ ਕਿ ਜਦੋਂ ਦਾ ਅ ਪਿਛਲੇ ਕਾਲਾ ਦੌਰ ਨੰਘਿਆ ਨਾ ਸਾਡਾ ਪੰਜਾਬ ਦਾ ਜੀ ਉਸ ਤੋਂ ਬਾਅਦ ਸਾਰੀ ਬਾਗਡੋਰ ਮੇਰਾ ਮੰਨਣਾ ਹੈ ਕਿ ਸਾਰੀ ਅਫਸਰਸ਼ਾਹੀ ਦੇ ਕੋਲ ਹੈ ਠੀਕ ਹੈ ਜੀ ਹੁਣ ਤੱਕ ਵੀ ਅੱਜ ਤੱਕ ਵੀ ਟਿਲ ਨਾਉ ਵੀ ਹੂੰ ਹੂੰ ਕਿਉਂਕਿ ਅ ਸਾਰਾ ਪ੍ਰਬੰਧ ਇਹਨਾਂ ਕੋਲ ਹੂੰ ਹੂੰ ਠੀਕ ਹੈ ਸਰਕਾਰਾਂ ਆਉਂਦੀਆਂ ਨੇ ਸੀਐਮ ਬੜੇ ਨੇ ਸੀਐਮ ਦੇ ਮਤਲਬ ਉਹਨਾਂ ਦੇ ਉੱਤੇ ਠੇਕਰਾ ਭੱਜ ਕੇ ਕੰਮ ਚੜੇ ਜਾਂਦਾ ਜੀ ਪਰ ਅਫਸਰ ਸਹਿਬਾਨ ਤੋਂ ਥੀ ਤੇ ਉੱਥੇ ਰਹਿੰਦੇ ਨੇ ਠੀਕ ਹੈ ਪਾਲਿਸੀ ਐਨਾ ਬਣਾਉਣੀ ਹੈ ਸਭ ਕੁਝ ਐਨਾ ਕਰਨਾ ਹੈ ਅੱਜ ਵੀ ਤੁਸੀਂ ਚੈੱਕ ਕਰ ਲਓ ਕਿ ਜਿੰਨਾ ਭ੍ਰਿਸ਼ਟਾਚਾਰ ਦਾ ਪੈਸਾ ਜੇ ਪੋਲਿਟੀਕਲ ਬੰਦੇ ਕੋਲ ਨਿਕਲੂਗਾ ਤੇ ਉਤੋਂ ਮੇਰੇ ਹਿਸਾਬ ਦੇ ਨਾਲ 4-5 ਗੁਣਾ ਐਨਾ ਕੋ ਵੀ ਨਿਕਲਉਣਾ ਹੈ ਅਫਸਰਾਂ ਕੋਲ ਬਿਲਕੁਲ 100% ਨਿਕਲੂਗਾ ਜੀ ਤੁਸੀਂ ਚੈੱਕ ਕਰ ਲਓ ਔਰ ਗਾੜਾਖਾਨ ਨੂੰ ਸਿਰਫ ਇੱਕ ਪੋਲੀਟੀਕਲ ਬੰਦਾ ਰਹਿ ਜਾਂਦਾ ਕਿ ਇਹਨੂੰ ਘੱਡ ਦਿਓ ਵੀ ਇਹ ਸੌਖਾ ਕਾਬੂ ਆ ਜਾਂਦਾ ਕਿਉਂਕਿ ਇਹਨੇ ਲੋਕਾਂਗੇ ਹੱਥ ਜੋੜਨ ਜਾਣਾ ਹੀ ਆ ਇਹਨਾਂ 25 ਸਾਲੀ ਨੇ ਪਹੁੰਚਣ ਇਹਦਾ 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 ਕੰਮ ਤੈਅ ਲੱਗ ਜਾਂਦੀ ਹਾਂ ਉੱਥੇ ਪੋਲੀਟੀਕਲ ਬੰਦਿਆਂ ਦੀ ਬਿਲ ਪਾਵਰ ਜਿਹੜੇ ਉੱਪਰ ਸੀ ਬੈਠੇ ਕਿਉਂਕਿ ਦੇਖੋ ਪਾਵਰ ਸੈਂਟਰ ਤੇ ਸੀਐਮਐ ਦੇ ਨਾਲ ਉਹਦੇ 5-7 ਮੰਤਰੀ ਜਿਨ੍ਹਾਂ ਕੋ ਪਾਵਰ ਹੁੰਦੀ ਹੈ ਬਾਕੀ ਦੇ ਸਿਸਟਮ ਜਿੱਦਾਂ ਚੱਲਦਾ ਉਹ ਪਤਾ ਹੀ ਹੈ ਸਭ ਨੂੰ ਉਹੀ ਚਲਾਉਂਦੇ ਨੇ ਹਾਂ ਹਾਂ ਉਹਨਾਂ ਉਹਨਾਂ ਨੇ ਕਿੰਨਾ ਪੰਜਾਬ ਲਈ ਕੀਤਾ ਕਿੰਨਾ ਕੋ ਕਰ ਪਾਏ ਨੇ ਅਫਸਰਾਂ ਦੇ ਥਰੂ ਕਿੰਨਾ ਕੋ ਉਹਨਾਂ ਨੇ ਕਾਬੂ ਉਹ ਜਿਹੜੀਆਂ ਚੀਜ਼ਾਂ ਨੇ ਉਹ ਹੁਣ ਜੇ ਉਹ ਕਾਬੂ ਹੋਏ ਹੁੰਦੇ ਜਾਂ ਕੀਤਾ ਹੁੰਦਾ ਤੇ ਦੁਬਾਰਾ ਸਰਕਾਰਾਂ ਰਿਪੀਟ ਹੋ ਜਾਂਦੀਆਂ ਨੇ ਸਭ ਕੁਝ ਹੁੰਦਾ ਉਹ ਨਹੀਂ ਹੋਈਆਂ ਨਹੀਂ ਹੋਈਆਂ ਕਾਰਨ ਕਾਰਨ ਇੱਕ ਕਾਰਨ ਇੱਕ ਹੀ ਆ ਹੁਣ ਤੁਸੀਂ ਵੇਖੋ ਕੋਈ ਵੀ ਜਾਂਚ ਹੈ ਕਦੀ ਵੀ ਵੱਡੇ ਅਫਸਰਾਂ ਨੂੰ ਨਹੀਂ ਜਾਂਦੀ ਥੱਲੇ ਵਿਚਾਰਾ ਐਕਸੀਡੈਂਟ ਤੱਕ ਬੱਤ-ਬਾਤ ਰਗੜੇ ਜਾਂਦੇ ਐਸਡੀਓ ਤੱਕ ਉੱਤੇ ਤਾਂ ਤੁਰਨੀ ਨਹੀਂ ਹੂੰ ਹੂੰ ਕਿਉਂਕਿ ਤੁਰਨੀ ਕੋ ਤੁਰੂਗੀ ਤੇ ਫਿਰ ਉਹ ਰਗੜੇ ਜਾਂਦੇ ਬਾਦਸ਼ਾਹ ਵਾਲੇ ਵੱਡੇ ਨਹੀਂ ਮੈਨ ਕਿੰਗ ਨਹੀਂ ਬੇਸਿਕਲੀ ਉਹ ਤੇ ਹੋਰ ਰਗੜੇ ਜਾਂਦੇ ਨੇ ਆਜਲਾ ਸਾਹਿਬ ਕੀ ਅਫਸਰਸ਼ਾਹੀ ਨੂੰ ਕੰਟਰੋਲ ਨਹੀਂ ਕਰ ਸਕਦਾ ਇੱਕ ਪੋਲੀਟੀਸ਼ੀਅਨ ਜਿਹਦੇ ਕੋਲ ਵੱਡੀ ਤਾਕਤ ਹੈ ਜੇ ਉਹ ਚਾਹੇ ਉਹ ਅਫਸਰਸ਼ਾਹੀ ਕੰਟਰੋਲ ਹੋ ਸਕਦੀ ਆ ਉਹਦੇ ਚ ਵਿਲ ਪਾਵਰ ਚਾਹੀਦੀ ਹੈ ਜਿਹੜਾ ਪੋਲੀਟੀਕਲ ਪਾਰਟੀ ਜਿਹੜੀ ਰਾਜ ਕਰ ਰਹੀ ਹੈ ਜੀ ਤੇ ਉਹ ਨਾਲ ਆਪੋਜੀਸ਼ਨ ਨੂੰ ਨਾਲ ਲੈ ਕੇ ਚੱਲੇ ਸਾਨੂੰ ਕਦੇ ਕਦੇ ਜਦੋਂ ਮੇਰੇ ਕੋ ਜਦੋਂ 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 ਕੋਈ ਸਰਕਾਰ ਬਣਦੀ ਉਹਦਾ ਪਹਿਲਾ ਟਾਰਗੇਟ ਹੁੰਦਾ ਕਿ ਆਪੋਜੀਸ਼ਨ ਨੂੰ ਖਤਮ ਕਰੋ ਕਿਸੇ ਵੀ ਤਰੀਕੇ ਨਾਲ ਤੁਸੀਂ ਕੋਈ ਚੈੱਕ ਕਰ ਲੋ ਪੀ ਆਪੋਜੀਸ਼ਨ ਦਾ ਮਲਿਆ ਮੀਟ ਕਰ ਦੋ ਗੱਲ ਕਰਨ ਜੋਗਾ ਨਹੀਂ ਬਸ ਗੱਲ ਕਰਨ ਜੋਗਾ ਨਾ ਵੀ ਅਸੀਂ ਵੋਟਾਂ ਸਾਨੂੰ ਸੌਖੇ ਮਿਲ ਜਾਣ ਜਦ ਕੋ ਮਿਲਦੀਆਂ ਨਹੀਂ ਹੂੰ ਹੂੰ ਉਹਦਾ ਰਿਜ਼ਲਟ ਇਹ ਹੁੰਦਾ ਕਿ ਲੋਕਾਂ ਜਨਾਰਕੀ ਪੈਦਾ ਹੋ ਜਾਂਦੀ ਮਸਲੇ ਹੱਲ ਹੁੰਦੇ ਨਹੀਂ ਭ੍ਰਿਸ਼ਟਾਚਾਰ ਉੱਥੇ ਦਾ ਉੱਥੇ ਰਹਿੰਦਾ ਹੈ ਉਹ ਸਿਰਫ ਇੱਕ ਬੰਦੇ ਦੋ ਮੰਤਰੀ ਅੰਦਰ ਦਿੱਤੇ ਭ੍ਰਿਸ਼ਟਾਚਾਰ ਥੋੜਾ ਖਤਮ ਹੋ ਗਿਆ ਹੂੰ ਹੂੰ ਦੋ ਅਫਸਰ ਅੰਦਰ ਦਿੱਤੇ ਭ੍ਰਿਸ਼ਟਾਚਾਰ ਥੋੜਾ ਨਾ ਖਤਮ ਹੋਇਆ ਇਹ ਤਾਂ ਜੜਾ ਤੋਂ ਜੜਾ ਤੋਂ ਲੈਣਾ ਪਊਗਾ ਜੀ ਤੇ ਜੜਾ ਤੋਂ ਲੈਣ ਵਾਸਤੇ ਮੇਰਾ ਮੰਨਣਾ ਹੈ ਕਿ ਜਿੰਨਾ ਚਿਰ ਸਾਰੀਆਂ ਪਾਰਟੀਆਂ ਸਿਰਦੋ ਕੇ ਇੱਕ ਚੰਗੀ ਪਾਰਟੀ ਜਿਹੜੀ ਅੱ ਕਿ ਸਾਰਿਆਂ ਨੂੰ ਕੌਨਫੀਡੈਂਸ ਚ ਲੱਭੇ ਉਹ ਤੇ ਸਾਰਾ ਯੋਰ ਲਾਏ ਇਸ ਕੰਮ ਤੇ ਲਾ ਦਿੰਦੀਆਂ ਨੇ ਕਿ ਜਿਹੜਾ ਬੰਦਾ ਜਿਹੜੇ ਦੂਜੀ ਪਾਰਟੀ ਇਹ ਚੋਰ ਸੀ ਸਾਰੀ ਇਹ ਚੱਕਦੀ ਮੈਂ ਸਾਫ ਸੀ ਠੀਕ ਹੈ ਵੀ ਇਹੋ ਇਹੋ ਹੀ ਸਭ ਤੋਂ ਮਾੜੇ ਸੀ ਮੈਂ ਸਾਫ ਸੀ ਉਹਨਾਂ ਦੋਹਾਂ ਦੀ ਲੜਾਈ ਦੇ ਵਿੱਚ ਜਿੰਨਾ ਇਹਨਾਂ ਨੂੰ ਫਾਇਦਾ ਆ ਇਹ ਤਕਰੀਬਨ ਅਫਸਰ ਸ਼ਾਈ ਜਿਹੜੀ ਹੈ ਲਾਲ ਫੀਤਾ ਸ਼ਾਈ ਜਿਹੜੀ ਹੈ ਇਹ ਇਹਨੂੰ ਪਹੁੰਚਦਾ ਕਿਉਂਕਿ ਇਹਨਾਂ ਨਾਲ ਧਿਆਨ ਨਹੀਂ ਜਾਂਦਾ ਠੀਕ ਹੈ ਇਹ ਕਰੀ ਇੱਕ ਦੂਜੇ ਦੇ ਦੋਸ਼ ਲਾਈ ਜਾਣੇ ਅਫਸਰ ਪਰੇ ਰਹਿ ਜਾਂਦੇ ਆ ਹਮੇਸ਼ਾ ਇਦਾਂ ਹੁੰਦਾ ਜੀ ਤੁਸੀਂ ਤੁਸੀਂ ਛੱਡ ਕੇ ਦੇਖ ਲਓ ਕੋਈ ਜਾਂਚ ਵੀ ਜਿਹੜੇ ਜੇ ਆਪਣੇ ਮੁਕਾਮ ਤੱਕ ਨਹੀਂ ਪਹੁੰਚੀ ਉੱਚ ਸਿੱਧਾ ਹਸਾਬ ਲਾ ਲਓ ਕਿ ਦੋ ਚਾਰ ਅਫਸਰ ਵੱਡੇ ਰਗੜੇ ਜਾਂਦੇ ਹੋਣਗੇ ਉਹ ਮੁਕਾਮ ਤੱਕ ਜੇ ਪਹੁੰਚ ਜੂਗੀ ਤੇ ਫਿਰ ਉਹ ਦੋ ਚਾਰ ਅੰਦਰ ਦੇਣੇ ਪੈਣੇ ਉਹ ਹੋਣੇ ਨਹੀਂ ਕਿਉਂਕਿ ਉਹਨਾਂ ਦੇ ਆਕਾ ਇੱਥੇ ਨੂੰ ਉਹਨਾਂ ਦੇ ਆਕਾ ਦਿੱਲੀ ਤੱਕ ਵੀ ਨਹੀਂ ਠੀਕ ਹੈ ਸ਼ੈਲਟਰ ਹੈਗਾ ਇਹ ਤੇ ਇਹ ਤੇ ਬੜੀ ਵੱਡੀ ਮਤਲਬ ਇੱਕ ਸਾਡੀ ਤਰਾਸ ਦੀ ਹੈ ਇਸ ਕੰਮ ਦੀ ਕਿਉਂਕਿ ਅੱਜ ਤੁਸੀਂ ਜੇ ਮੈਂ ਫੇਰ ਤੁਹਾਨੂੰ ਕਹਿੰਦਾ ਮੈਂ ਤੇ ਹਮੇਸ਼ਾ ਕਹਿੰਦਾ ਕਿ ਤੁਸੀਂ ਜੇ ਸਹੀ ਮੈਨੇਜ ਕਰਪਸ਼ਨ ਫੜਨੀ ਹੈ ਪੰਜਾਬ ਦੀ ਕਿੱਥੇ ਗਈ ਆ ਜੀ ਤਾਂ ਦਿੱਲੀ ਚੰਡੀਗੜ੍ਹ ਦਾ ਆਲਾ ਦੁਆਲਾ ਸਾਰਾ ਫਰੋਲੋ ਅਜਬ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤਾ ਸੀ ਹੁਣ ਬੰਦ ਕਿਉਂ ਹੋ ਗਿਆ ਜੀ ਤਾਰੀਵਾਲ ਸਾਹਿਬ ਬਣੀ ਕਿ ਜਾਂਦੇ ਸੀ ਜੀ ਜ਼ਮੀਨਾਂ ਨੂੰ ਡੋਟ ਬੰਦ ਕਿਉਂ ਹੋ ਗਏ ਚਲੋ ਉਹ ਤਾਂ ਇੱਕ ਵੱਖਰੀ ਚੀਜ਼ ਹੈ ਵੀ ਚਲੋ ਕਿਸੇ ਨੇ ਦੱਬੀਆਂ ਨੇ ਉਹਨਾਂ ਨੂੰ ਛਡਾਉਣਾ ਇੱਕ ਵੱਖਰੀ ਚੀਜ਼ ਹੈ ਉਸ ਤੋਂ ਇਲਾਵਾ ਵੀ ਵੀ ਇੱਕ ਬੰਦੇ ਦੀ ਆਮਦਨ ਕਿੰਨੀ ਹੈ ਤੇ ਸੋਰਸ ਬਣਿਆ ਬਣ ਕਿੱਦਾਂ ਗਿਆ ਇਥੋਂ ਤੱਕ ਕਿੱਥੋਂ ਆਏ ਪੈਸੇ ਉਹਦੇ ਜਣੀ ਜੇ ਨਾ ਦੇ ਘਰਾਂ ਤੇ ਛਾਪੇ ਮਾਰੀਏ ਪਤਾ ਲੱਗ ਜਾਊ ਘਰਾਂ ਤੋਂ ਨਹੀਂ ਤੁਹਾਨੂੰ ਲੱਭਣਾ ਉਹ ਤੇ ਜੇ ਜੇ ਕਿਸੇ ਤਕੀਕਾਤ ਕਰਨੀ ਉਹਨੂੰ ਪਤਾ ਸਰਕਾਰਾਂ ਨੂੰ ਪਤਾ ਦਾ ਤਕੀਕਾਤ ਕਿੱਦਾਂ ਹੋਣੀ ਆ ਕਿ ਕਿਹੜਾ 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 ਲੱਗ ਗਿਆ ਕਿੱਥੋਂ ਦੀ ਕਿੱਧਰ ਨੂੰ ਜਾਣਾ ਕੀ ਕਰਨਾ ਇਹ ਸਭ ਪਤਾ ਹੈ ਮੈਂ ਇੱਕ ਗੱਲ ਤੁਹਾਡੇ ਤੋਂ ਪੁੱਛਣੀ ਆ ਇਹ ਹੁਣ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟਾ ਜਦੋਂ ਦੀ ਪੰਜਾਬ ਚ ਸਰਕਾਰ ਬਦਲੀ ਐ ਉਦੋਂ ਹੀ ਇਹ ਗੱਲ ਕਹਿਣ ਲੱਗੇ ਆ ਕਿ ਭਾਈ ਅਫਸਰ ਸ਼ਾਹੀ ਖਾਂਦੀ ਆ ਤੇ ਰਾਜਸੀ ਲੀਡਰ ਉਹਨਾਂ ਨੂੰ ਨਾਥ ਨਹੀਂ ਪਾਉਂਦੇ ਕਿ ਜਦੋਂ ਤੁਹਾਡੀ ਪਾਰਟੀ 5 ਸਾਲ ਰਹੀ ਉਦੋਂ ਵੀ ਕਿਹਾ ਕਿ ਮੈਂ ਦੇਖੋ ਔਨ ਰਿਕਾਰਡ ਐ ਮੈਂ ਹਮੇਸ਼ਾ ਹੀ ਜਿਹੜੀ ਗੱਲ ਐ ਦੇਖੋ ਜੇ ਉਸ ਨਗਰੀ ਤੋਂ ਆਏ ਆ ਤੇ ਇਹ ਗੱਲ ਪਹਿਲੋਂ ਵੀ ਇਦਾਂ ਹੀ ਕੀਤੀ ਤੇ ਹੁਣ ਵੀ ਇਦਾਂ ਹੀ ਐ ਇਹ ਚ ਗੱਲ ਚ ਨਹੀਂ ਕੋਈ ਬਕਰੇਵਾ ਆਏਗਾ ਠੀਕ ਐ ਪਹਿਲੋਂ ਵੀ ਇਦਾਂ ਕਰਦੇ ਚੰਗੇ ਅਫਸਰ ਵੀ ਹੈਗੇ ਉਹਨਾਂ ਦੀ ਮੈਂ ਸ਼ਹਿਤ ਤਾਰੀਫ ਕਰਦੇ ਜੀ ਚੰਗੇ ਅਫਸਰ ਵੀ ਅੱਗੇ ਲੈ ਕੇ ਚ ਕੋ ਸਿਸਟਮ ਚੱਲ ਰਿਹਾ ਆਫ ਚੰਗੀ ਬੰਦੀ ਵੀ ਹੈ ਜਿਹੜੇ ਪੰਜਾਬ ਲਈ ਕੰਮ ਕੀਤੇ ਆ ਜਿਨ੍ਹਾਂ ਨੇ ਆਪਣੇ ਜਿੰਨੇ ਵੀ ਡਿਪਾਰਟਮੈਂਟ ਚੰਗਾ ਕੰਮ ਕਰਦੇ ਆ ਠੀਕ ਹੈ ਬਟ ਬਹੁਤਾਤ ਜਿਹੜੀ ਹੈ ਉਹਨਾਂ ਦੀ ਹੈ ਅੱਛਾ ਔਰਜਨਾ ਸਾਹਿਬ ਇੱਕ ਚੀਜ਼ ਹੋਰ ਸਮਝਾਓ ਕਿ ਹਾਲਾਤ ਜੇ ਹੁਣ ਸੁਧਾਰਨੇ ਆ ਕਿਉਂਕਿ ਨਸ਼ੇ ਦਾ ਬੜਾ ਰੌਲਾ ਥੋੜੇ ਲੋਕ ਸਭਾ ਹਲਕੇ ਚੋਂ ਸਭ ਤੋਂ ਵੱਧ ਟੈਲੀਫੋਨ ਆਉਂਦੇ ਆ ਜੀ ਸਾਡੇ ਪਿੰਡ ਚਾਹ ਹੋ ਗਿਆ ਜੀ ਸਾਡੇ ਪਿੰਡ ਚਾਹ ਹੋ ਗਿਆ ਸਰਕਾਰ ਚਾਹੇ ਤੁਹਾਡੀ ਪਾਰਟੀ ਦੀ ਸੀ ਆ ਹੁਣ ਵਾਲੀ ਸਰਕਾਰ ਵੇਲੇ ਵੀ ਆਉਂਦੇ ਆ ਯਾਨੀ ਕਹਾਣੀ ਨਹੀਂ ਸਮਝ ਆਉਂਦੀ ਯਾਨੀ ਕਿ ਕਸੂਰ ਕਿਹਦਾ ਲਾਈਏ ਕਿਹਦਾ ਮੰਨ ਕੇ ਚਲੀਏ ਕਸੂਰ ਕਿ ਨਸ਼ਾ ਕਿੰਦਾ ਲੈ ਪਾਸਾ ਸਾਹਿਬ ਬਾਦ ਸਾਹਿਬ ਦੇਖੋ ਗੱਲ ਉੱਥੀ ਹੈ ਜਿੱਥੇ ਮੈਂ ਪਹਿਲੋਂ ਸੀ ਉੱਥੀ ਮੈਂ ਤੁਹਾਨੂੰ ਗੇਰ ਗੱਲ ਕਰਦਾ ਮੇਰੇ ਪੁਰਾਣੇ ਵੀ ਰਿਕਾਰਡ ਕਰ ਲਏ ਤੇ ਅੱਜ ਵੀ ਉਹੀ ਹੈ ਇਹ ਨਹੀਂ ਗੱਲ ਕਿ ਸਮੇਂ ਦੇ ਨਾਲ ਗੱਲ ਬਦਲ ਗਈ ਹੈ ਜੀ ਕਿ ਜਿੰਨਾ ਚਿਰ ਜਿਹੜੀ ਪੁਲਿਸ ਹੈ ਜਿਹੜੀ ਹੇਟਲੇ ਪੱਦਰ ਤੇ ਹੈ ਜੀ ਉਹ ਕੌਨਫੀਡੈਂਸ ਚ ਲੈ ਕੇ ਤੇ ਉਹ ਇਹਨੂੰ ਸੁਧਾਰ ਨੂੰ ਨਹੀਂ ਤੁਰਦੀ ਜੀ ਉੱਤੇ ਲੀਡਰ ਜਿੰਨੀਆਂ ਮਰਜ਼ੀ ਡਿੰਗਾ ਮਾਰ ਲੇ ਜੋ ਮਰਜ਼ੀ ਕਰ ਲਿਓ ਨਹੀਂ ਹੋ ਸਕਦਾ ਇੱਕ ਪੈਸਾ ਬਹੁਤ ਜ਼ਿਆਦਾ ਇਚ ਇਨਵੋਲਡ ਹੈ ਮਸ਼ੇਸ਼ ਕਿਉਂਕਿ ਮਨੀ ਮਨੀ ਬੜੀ ਸੌਖੀ ਬਣ ਜਾਣੀ ਹੈ ਹਮਮ ਬੇਚਿਆਂ ਵੱਲੋਂ ਪੈਸੇ ਬਹੁਤ ਜ਼ਿਆਦੇ ਬਣਦੇ ਆ ਸੋ ਹਰ ਕੋਈ ਬੰਦਾ ਬੰਦੀ ਵਿੱਚ ਬਣਨ ਦੀ ਕੋਸ਼ਿਸ਼ ਵੀ ਕਰਦਾ ਹੈ ਕਈ ਕੁਝ ਪੋਲੀਟੀਕਲ ਬੰਦੇ ਇਨਵੋਲਵ ਵੀ ਨੇ ਕੁਝ ਪੋਲੀਟੀਕਲ ਬੰਦੇ ਮਤਲਬ ਉਹਨਾਂ ਦੇ ਪੈ ਜਾਂਦੀ ਹੈ ਇਹ ਕਰਦੇ ਨਹੀਂ ਬਟ ਮੋਸਟਲੀ ਜਿੰਨਾ ਵੀ ਇਹ ਡਿਪਾਰਟਮੈਂਟ ਹੈ ਤਕਰੀਬਨ ਹੁਣ ਵੱਡੀਆਂ ਵੱਡੀਆਂ ਇਨਕੁਆਰੀਆਂ ਨੇ ਤੁਸੀਂ ਦੇਖੋ ਸਾਡੇ ਇੰਦਰਜੀਤ ਫੜਿਆ ਸੀ ਇੱਕ ਇਨਸਪੈਕਟਰ ਤਰਨਦਾਰ ਉਹਦੀ ਇਨਕੁਆਰੀ ਤਾਂ ਗਾਂ ਕਿਉਂ ਨਹੀਂ ਤਰੀ ਉਹ ਗਾਂ ਤੁਰਦੀ ਐ ਤੇ ਫਿਰ ਉਹ ਉਹ ਜਿਹੜੀ ਤੁਹਾਨੂੰ ਗੱਲ ਗਈ ਉੱਪਰਲੇ ਨੂੰ ਹੱਥ ਪੈਂਦਾ ਆ ਉੱਥੇ ਕਿਹਾ ਗਿਆ ਆ ਉੱਥੇ ਕਿ ਉੱਥੇ ਕਿ 47 ਵੀ ਉੱਥੇ ਰਹਿ ਗਈ ਉਹ ਲਗਾਤਾਰ ਲੱਗਾ ਰਿਹਾ ਕਿੱਦਾਂ ਲੱਗਾ ਰਿਹਾ ਉੱਥੇ ਹਮ ਹਮ ਕਿਸੇ ਨੇ ਕਿਸੇ ਨੇ ਕਦੀ ਉਹਦੇ ਅਲਗਾਂ ਜਾਣ ਦੀ ਕੋਸ਼ਿਸ਼ ਹੀ ਨਹੀਂ ਹੁਣ ਇਹੋ ਜੇ ਇੱਕ ਅੱਧਾ ਕੇਸ ਹੀ ਹੱਲ ਕਰ ਦਿਓ ਤੇ ਘਟੂ ਘਟ ਪਤਾ ਤੇ ਲੱਗ ਜਾ ਬਾਕੀਆਂ ਨੂੰ ਕਰਨ ਹੋ ਜੇ ਭਈ ਨਹੀਂ ਹਮ ਹਮ ਤੁਸੀਂ ਸਾਰਿਆਂ ਨੂੰ ਨਹੀਂ ਫੜ ਸਕਦੇ ਬਟ ਇੱਕ ਅੱਧੀ ਚੀਜ਼ ਨੂੰ ਹੱਥ ਤੇ ਪਾਓ ਜੀ ਹੁਣ ਵਿਜੀਲੈਂਸ ਤੁਹਾਡਾ ਇਰੀਗੇਸ਼ਨ ਘਟਾਲਾ ਇਹ ਕੋਣੀ ਗਾਂ ਤੁਰਦਾ ਹਮ ਹਮ ਮਸਲੀ ਤੇ ਇਹ ਹੈ ਕਿ ਇੰਨਾਂ ਚੀਜ਼ਾਂ ਨੂੰ ਮਤਲਬ ਅ ਅਫਸਰਸ਼ਾਈ ਜਿਹੜੀ ਆ ਜਾਂ ਜਿਹੜਾ ਸਿਸਟਮ ਉਹਨਾਂ ਦਾ ਵੱਡਾ ਉਤਰਾ ਬਣਿਆ ਹੋ ਮ ਉਹ ਨਹੀਂ ਅੱਗੇ ਤੁਰਨ ਦਿੰਦਾ ਸੋ ਅਸੀਂ ਪਹਿਲੋਂ ਵੀ ਇਹੋ ਗੱਲ ਕਰਦੇ ਸਾਂ ਅਸੀਂ ਅੱਜ ਵੀ ਇਹ ਗੱਲ ਕਰਦੇ ਆ ਅਸੀਂ ਤੇ ਆਵਾਜ਼ ਦੀ ਪਾਰਟੀ ਨੂੰ ਰਿਕੁਐਸਟ ਕਰਾਂਗੇ ਜੀ ਕਿ ਤੁਸੀਂ ਕੋਈ ਸਿਰੇ ਤੇ ਲਾ ਕੇ ਦਿਓ ਇੱਕ ਇੱਕ ਚੀਜ਼ ਨੂੰ ਹੁਣ ਤੇ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ 50 ਹਜ਼ਾਰ ਕਰੋੜ ਦਾ ਘਟਾਲਾ ਨਿਕਲਦਾ ਕੁਝ ਵੀ ਨਹੀਂ ਗਾ ਜੀ ਹੁਣ ਇਰੀਗੇਸ਼ਨ ਦਾ ਕਿੰਨੇ ਚਿਰ ਦਾ ਰੌਲਾ ਪੈਂਦਾ ਜਾ ਰਿਹਾ ਇਰੀਗੇਸ਼ਨ ਘਟਾਲਾ ਕਿਉਂ ਨਹੀਂ ਗਾਂ ਤੁਰਦਾ ਕਿਉਂਕਿ ਅਗਲੇ ਬੰਨੇ ਹੱਥ ਪਾਉਣਾ ਪੈਣਾ ਤੁਹਾਨੂੰ ਹੁਣ ਔਜਲਾ ਸਾਹਿਬ ਜਦੋਂ ਤੁਸੀਂ ਇਹ ਗੱਲ ਚੱਕਦੇ ਹੋ ਕੋਈ ਲੀਡਰ ਨਾਲ ਤੁਰਦਾ ਹੀ ਕਿ ਇਕੱਲੇ ਹੀ ਹੁੰਨੇ ਹੋ ਫਿਰ ਕਿੰਨੇ ਚਾਹੇ ਚਾਹੇ ਛੋਡੇ ਨੇ ਚਾਹੇ ਕਿਸੇ ਪਾਰਟੀ ਦੇ ਦੇਖੋ ਗੱਲ ਇਹ ਹੈ ਕਿ ਕਿਉਂਕਿ ਛੋਡੇ ਮਗਰ ਬਿਆਨ ਨਹੀਂ ਮੈਂ ਕਦੇ ਕਿਸੇ ਦਾ ਸੁਣਿਆ ਚੰਗੇ ਬੰਦੇ ਜਿਹੜੇ ਆ ਜੀ ਹਰ ਪਾਰਟੀਆਂ 'ਚ ਹੈਗੇ ਆ ਠੀਕ ਹੈ ਚੰਗੇ ਲੀਡਰ ਸਾਰੀਆਂ ਪਾਰਟੀਆਂ 'ਚ ਹੈਗੇ ਨਹੀਂ ਗੱਲ ਆਪਾਂ ਕਹਿ ਸਕਦੇ ਕਿ ਕਿਸੇ ਪਾਰਟੀ 'ਚ ਘੱਟ ਲੀਡਰ ਚੰਗੇ ਹੈਗੇ ਆ ਸੋ ਉਹ ਹੌਲੀ ਹੌਲੀ ਆਪਣੇ ਆਪ ਹੀ ਉਕਾਰਮਾ ਬਣ ਜਾਂਦਾ ਹੁੰਦਾ ਹੈ ਜੀ ਜੇ ਅੱਜ ਆਮ ਆਦਮੀ ਪਾਰਟੀ ਨਿਕਲੀ ਹੈ ਤੇ ਜੇ ਅਸੀਂ ਸਹੀ ਸਮੇਂ ਨਈ ਐਡਰੈਸ ਕਰ ਸਕੇ ਇਹਨਾਂ ਚੀਜ਼ਾਂ ਨੂੰ ਜੀ ਤੇ ਤਾਂ ਅਦਰਵਾਈਜ਼ ਤੁਸੀਂ ਵੇਖ ਲਓ ਨਾ ਆਪਣੇ ਪੁਰਾਣੀਆਂ ਪਾਰਟੀਆਂ ਦੋ ਹੀ ਸੀ ਕਾਂਦੀ ਦਾਲ ਜਾਂ ਕਾਂਗਰਸ ਜੇ ਅਸੀਂ ਨਹੀਂ ਸਹੀ ਤਰੀਕੇ ਨਾਲ ਡਰੈਸ ਚੀਜ਼ਾਂ ਕੀਤੀਆਂ ਸਹੀ ਸਮੇਂ 'ਚ ਉਹ ਗੱਲਾਂ ਨਹੀਂ ਉਠਾਈਆਂ ਜਾਂ ਉਹ ਚੀਜ਼ ਨੂੰ ਮਹਤਤਾ ਨਹੀਂ ਦਿੰਦੇ ਰਹੇ ਤੇ ਤਾਂ ਦੀ ਲੋਕਾਂ ਤੰਗ ਹੋ ਗਏ ਉਹਨਾਂ ਨੂੰ ਮਤਲਬ ਕੋਈ ਉਹ ਮਤਲਬ ਲੋਕਾਂ ਨੇ ਮਤਲਬ ਉਹਨਾਂ ਨੂੰ ਬਦਲਾ ਦੇਣਾ ਦੇ ਇੱਕ ਨਵਾਂ ਨਵਾਂ ਬਦਲ ਲੱਭਿਆ ਵੀ ਚਲੋ ਯਾਰ ਛੱਡੋ ਨਹੀਂ ਇਹ ਗੱਲ ਡਰੈਸ ਹੁੰਦੀ ਇਹਨਾਂ ਨੂੰ ਇਹਨਾਂ ਤੋਂ ਵੇਖ ਲੈਣੇ ਵੀ ਇਹ ਕੀ ਕਰਦੇ ਉਹ ਜਲਾ ਸਾਹਿਬ ਤੁਹਾਡੇ ਜਿਹੜੇ ਹਲਕੇ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਉਥੋਂ ਹੀ ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਮੈਂਬਰ ਬਣੇ ਸੀ ਜਣੀ 5 ਸਾਲ 4.5 ਸਾਲ ਉਹ ਮੁੱਖ ਮੰਤਰੀ ਰਿਹਾ ਕਦੇ ਬਾਰਬੂਰ ਖੜਕਾਇਆ ਉਹਨਾਂ ਦਾ ਕਿ ਭਾਈ ਆ ਕੁਝ ਹੋਈ ਜਾਂਦਾ ਪੰਜਾਬ ਚ ਕਿ ਤੂੰ ਹੀ ਵੀ ਕਹਿਆ ਚਲੋ ਛੱਡੋ ਭਰਾ ਐਮਪੀ ਬਣਿਆ ਕਿਹੜੀ ਗੱਲ ਹੈ ਨਹੀਂ ਨਹੀਂ ਦੇਖੋ ਜਦੋਂ ਮੈਂ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਉਹ ਕਿਉਂਕਿ ਉਦੋਂ ਪੰਜਾਬ ਦੀ ਇਲੈਕਸ਼ਨ ਸੀ 17 ਦੀ ਔਰ ਮੇਰੀ ਵੀ ਇਲੈਕਸ਼ਨ ਸੀ ਜੀ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕਰਦਾ ਰਿਹਾ ਕਪਤਾਨ ਸਾਹਿਬ ਨੂੰ ਮਿਲ ਕੇ ਵੀ ਕਿਸੇ ਤਰੀਕੇ ਨਾਲ ਲੋਜੇ ਪਰ ਖਲੋ ਖੈਰ ਉਹ ਬਿਜ਼ੀ ਜ਼ਿਆਦਾ ਸੀ ਉਹਨਾਂ ਕੋਲ ਟਾਈਮ ਘੱਟ ਸੀ 4 ਸਾਲ ਚੋਂ ਮੇਰਾ خیال ਮੈਂ ਮੈਕਸਿਮ 3 ਜਾਂ 4 ਵਾਰ ਹੀ ਮਿਲਿਆ ਹੂੰਗਾ ਆਫੀਸ਼ੀਅਲੀ ਯਾਨੀ ਸਾਲ ਦੀ ਇੱਕ ਐਵਰੇਜ ਇੱਕ ਮੀਟਿੰਗ ਹੀ ਸੀ ਐਵਰੇਜ ਇੱਕ ਮੈਂਬਰ ਪਾਰਲੀਮੈਂਟ ਦੇ ਸੋ ਮੁੱਦੇ ਸੀ ਸ਼ਹਿਰ ਦੇ ਬੜੇ ਵੱਡਾ ਇੱਕ ਤੇ ਸਾਡੇ ਗੰਦੇ ਨਾਲਾ ਚਾਰਸ਼ਫੇਰੇ ਦੋ ਚੱਲਦੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਤੋਂ ਘਟਾਵ ਡਰੇਨ ਹੈ ਤੇ ਕੇ ਸੀ ਇੱਕ ਆਰਟੀਕਲਚਰ ਯੂਨੀਵਰਸਿਟੀ ਸਾਡੀ ਆਉਣੀ ਸੀ ਉਹਦੀ ਜ਼ਮੀਨ ਕੁਇਰ ਦਾ ਮੁੱਦਾ ਸੀ ਉਹਦੇ ਮਗਰ ਲੱਗਾ ਸੀ ਤੇ ਉਹ ਵੀ ਚਲੋ ਖੈਰ ਹੁਣ ਐ ਸਰਕਾਰ ਚ ਆਏ ਉਹਦੇ ਆਰਡਰ ਹੋ ਗਏ ਨੇ ਤੇ ਕਿਉਂਕਿ ਉਹ ਸਰਕਾਰ ਸਰਕਾਰ ਦਾ ਪ੍ਰੋਜੈਕਟ ਹੈ ਠੀਕ ਹੈ ਜੀ ਆਰਡਰ ਹੀ ਕਰਨੇ ਸੀ ਜੀ ਸ਼ਹਿਰ ਪਹਿਲਾਂ ਆਰਡਰ ਵੀ ਨਹੀਂ ਹੁੰਦੇ ਸੀ ਉਹਨਾਂ ਕੋਲ ਟਾਈਮ ਨਹੀਂ ਸੀ ਹੈਗਾ ਖੈਰ ਉਹਦੋਂ ਨਹੀਂ ਕਰ ਸਕਦੇ ਠੀਕ ਹੈ ਜੀ ਤੇ ਉਹ ਆਰਡਰ ਹੀ ਹੋਣੇ ਸੀ ਆਰਡਰ ਇਹਨਾਂ ਨੇ ਹੁਣ ਪਾਸ ਕੀਤੇ ਨੇ ਰਿਕੁਆਇਰ ਕਰ ਲਿਆ ਜੀ ਸੋ ਅਸੀਂ ਹਰ ਜਿਹੜੇ ਦਵਾਰ ਖੜਾ ਪਰ ਮੈਨੂੰ ਅਫਸੋਸ ਹੀ ਇਸ ਗੱਲ ਦਾ ਕਿ ਕਪਤਾਨ ਸਾਹਿਬ ਸਾਡੇ ਬਹੁਤ ਹੀ ਸੀਨੀਅਰ ਔਰ ਬੜਾ ਵੱਡਾ ਇੱਕ ਤਜਰਬਾ ਰੱਖਣ ਵਾਲੇ ਇੱਕ ਥੰਮ੍ਹ ਨੇ ਰਾਜਨੀਤੀ ਦਾ ਪਰ ਅਮਰਸਰ ਵਾਲ ਜਿਸ ਤਰੀਕੇ ਨਾਲ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਸੀ ਨਹੀਂ ਦਿੱਤਾ ਉਹਨਾਂ ਨੇ ਔਜਲਾ ਸਾਹਿਬ ਦਿੱਲੀ ਤੁਸੀਂ ਜਾਂਦੇ ਸੀ ਸੈਸ਼ਨ 'ਚ ਹਿੱਸਾ ਲੈਂਦੇ ਸੀ ਉੱਪਰ ਕਿਤੇ ਗਾਂਧੀ ਪਰਿਵਾਰ ਦਾ ਬੂਹਾ ਖੜਕਾਉਂਦੇ ਕਿ ਭਾਈ ਨਹੀਂ ਗੱਲ ਸੁਣਦੇ ਦੇਖੋ ਉਹ ਸਾਰੇ ਕੀ ਪਤਾ ਕੀ ਚੀਜ਼ਾਂ ਖੋਈਆਂ ਹੋਣ ਕਿਸੇ ਨੇ ਕੀਤੀ ਹੋਣਗੇ ਸਾਰਾ ਕੁਝ ਵਾਪਰੇਆ ਵਾਪਰੇ ਅੱਛਾ ਚਲੋ ਖੈਰ ਮੇਰੀ ਆਦਤ ਨਹੀਂ ਹੈਗੀ ਇਦਾਂ ਦੀ ਮੈਂ ਕਿਉਂਕਿ ਮੇਰੇ ਕੋਲ ਆਪਣਾ ਕੰਮ ਮੈਂਬਰ ਪਾਰਲੀਮੈਂਟ ਦਾ ਬਹੁਤ ਜ਼ਿਆਦਾ ਸੀ ਹੋਰ ਕੰਮ ਸੀ ਚਲੋ ਜੇ ਇਹ ਨਹੀਂ ਕਰਦੇ ਤੇ ਬਾਕੀ ਕੰਮ ਕਰਦੇ ਰਹੇ ਹੂੰ ਹੂੰ ਤੇ ਕੰਮ ਤੇ ਉਹਦਾ ਹੀ ਉਹਦਾ ਹੀ ਨਹੀਂ ਮੁੱਕਦਾ ਠੀਕ ਹੈ ਜੀ ਸੋ ਇਹ ਕਿਉਂਕਿ ਇਹ ਮੇਰੇ ਜਿਹੇ اختیار ਦੇ ਅੰਦਰ ਨਹੀਂ ਸੀ ਹੈਗਾ ਮੈਂ ਸਮਝਦਾ ਕਿ ਮੈਂ ਬਹੁਤ ਯੂਨੀਅਰ ਹੈ ਔਰ ਸੀਨੀਅਰ ਲੋਕ ਬਹੁਤ ਬੈਠੇ ਨੇ ਜਿਹੜੇ ਚਿੰਤਾ ਕਰਦੇ ਪਾਰਟੀ ਦੀ ਜੀ ਉਹਨਾਂ ਕੀਤੀ ਵੀ ਹੈ ਔਰ ਬਦਲਾਅ ਵੀ ਹੋਇਆ ਬਦਲਾਅ ਵੀ ਹੋਇਆ ਔਇਲਾ ਸਾਹਿਬ ਮੈਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਚ ਆਲ ਜਾਣਾ ਮੈਂ ਪੰਜ ਚੀਜ਼ਾਂ ਤੁਹਾਡੇ ਸਾਹਮਣੇ ਰੱਖਣੀਆਂ ਪਹਿਲੀ ਵਾਰ ਕਿਸੇ ਸਰਕਾਰ ਨੇ ਕਿਹਾ ਕਿ ਅਸੀਂ ਕਣਕ ਛੋਣੇ ਤੋਂ ਬਿਨਾਂ ਮੂੰਗੀ ਦਾ ਮੁੱਲ ਦੇਾਂਗੇ ਕਿਹਾ ਉਹਦੇ ਤੋਂ ਬਾਅਦ ਆ ਜ਼ਮੀਨਾਂ ਛੜਾ ਹੋਈਆਂ ਕਿਉਂਕਿ 10000 ਏਕੜ ਦਾ ਉਹ ਦਾਵਾ ਕਰਦੇ ਆ ਸਰਕਾਰ ਥੋੜੀ ਵੀ ਰਹੀ ਐ ਸਰਕਾਰ ਅਕਾਲੀ ਭਾਜਪਾ ਦੀ ਰਹੀ ਐ ਅਸੀਂ ਕਦੇ ਮੁਹੰਮਦਾਂਦੀ ਦਾ ਜ਼ਿਕਰ ਸੁਣਿਆ ਨਹੀਂ ਤੀਸਰੇ ਨੰਬਰ ਦੇ ਉੱਤੇ ਸਭ ਤੋਂ ਬਾਅਦ ਬੰਦੇ ਥੋੜੇ ਫੜ ਕੇ ਉਹਨਾਂ ਨੇ ਅੰਦਰ ਦਿੱਤੇ ਐ ਥੋੜੀ ਪਾਰਟੀ ਦੇ ਬੰਦੇ ਇੱਕ ਤਾਂ ਆਪਣਾ ਵੀ ਦਿੱਤਾ ਉਹ ਬੰਦਾ ਬਾਹਰ ਆ ਗਿਆ ਇਹ ਸਾਰੀਆਂ ਚੀਜ਼ਾਂ ਚਾਹੇ ਉਹ ਆਮ ਆਦਮੀ ਕਲੀਨਿਕ ਬਣਾਉਣਾ ਪੰਜ ਸੱਤ ਚੀਜ਼ਾਂ ਨੇ ਜਿਹੜੀਆਂ ਲੋਕਾਂ ਦੇ ਮਾਰਨ 600 ਯੂਨਿਟ ਕਰ ਦਿੱਤੇ ਯਾਨੀ ਕੋਈ ਇੱਕ ਅੱਧਾ ਕੰਮ ਤੁਹਾਨੂੰ ਲੱਗਦਾ ਇਹਦੇ ਤੋਂ ਪਹਿਲਾਂ ਮੈਂ ਕਿਹਾ ਤੁਸੀਂ ਸਰਕਾਰ ਨੂੰ ਛਿੱਲਣ ਲੱਗੋ ਮੈਂ ਕਿ ਇੱਕ ਦਾ ਕੰਮ ਪੁੱਛਣਾ ਕਿ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਤੁਹਾਨੂੰ ਲੱਗਦਾ ਕਿ ਠੀਕ ਕੀਤਾ ਨਹੀਂ ਦੇਖੋ ਕੰਮ ਤੇ ਜਿਹੜੀ ਸਰਕਾਰ ਬਣਦੀ ਉਹਦਾ ਕੋਸ਼ਿਸ਼ ਹੁੰਦੀ ਹੈ ਠੀਕ ਕਰਨ ਦੀ ਜੀ ਪਰ ਕੀ ਉਹਨੂੰ ਇਨਜਾਮ ਤੱਕ ਪਹੁੰਚਾ ਸਕਦੇ ਨੇ ਵੱਡੀ ਗੱਲ ਤੇ ਇਹ ਹੈ ਠੀਕ ਹੈ ਕਿਉਂਕਿ ਜਿੰਨੀਆਂ ਜਿਹੜੀਆਂ ਇਹ ਕੰਮ ਸੀ ਪਹਿਲਾਂ ਵੀ ਸਰਕਾਰਾਂ ਕੋਸ਼ਿਸ਼ ਕਰਦੀਆਂ ਜਦੋਂ ਸਾਡੇ ਸਮੇਂ ਜਦੋਂ ਮੁੱਖ ਮੰਤਰੀ ਚੰਨੀ ਹੁਣੀ ਰਹੇ ਨੇ ਜੀ ਤੇ ਉਹਨਾਂ ਕੋਸ਼ਿਸ਼ ਕੀਤੀ ਕੁਝ ਮਸਲੇ ਉਹਨਾਂ ਹੱਲ ਕੀਤੇ ਵੀ ਬਿੱਲ ਵੀ ਘਟਾਏ ਬਿੱਲ ਮਾਫ ਵੀ ਹੋਏ ਜੇ ਲਾਲਕੀਰ ਦੇ ਅੰਦਰ ਘਰਾਂ ਦੀ ਘਰਾਂ ਦੀ ਰਜਿਸਟਰੀਆਂ ਵੀ ਉਹਨਾਂ ਨੇ ਕਿਹਾ ਜੀ ਉਹ ਬੜੀਆਂ ਜ਼ਰੂਰੀ ਨਹੀਂ ਨੇ ਵੈਸੇ ਉਹ ਮਤਲਬ ਆਪਾਂ ਨੂੰ ਲੱਗਦਾ ਨਹੀਂ ਹਰ ਪਿੰਡ ਦੇ ਵਿੱਚ ਘਟੋ ਘਟ ਜਿਹੜੇ ਗਰੀਬ ਪਰਿਵਾਰਾਂ ਨਾਲ ਉਹ ਰਜਿਸਟਰੀਆਂ ਨਹੀਂ ਲਾਲਕੀਰ ਦੇ ਅੰਦਰ ਉਹਨਾਂ ਇਹੋ ਜਿਹੇ ਮਸਲੇ ਕਈ ਸੀ ਜਿਹੜੇ ਉਹਨਾਂ ਨੇ ਚੱਕੇ ਤੇ ਜਿਹੜੀ ਜਿਦਾਂ ਹੁਣ ਇਹ ਕਰ ਰਹੇ ਨੇ ਹੁਣ ਮਸਲਾ ਇਹ ਕਿ ਇਹ ਜਿਹੜੇ ਮਸਲੇ ਚੱਕਦੇ ਇਹ ਕਹਿੰਦੇ ਸੀ ਓਵਰਨਾਈਟ ਅਸੀਂ ਕਰਦੇ ਆਂਗੇ ਠੀਕ ਹੈ ਜਦ ਕਿ ਓਵਰਨਾਈਟ ਕੁਝ ਨਹੀਂ ਹੁੰਦਾ ਟਾਈਮ ਲੱਗਦਾ ਹਮਮ ਪਰ ਅਸੀਂ ਇਹਨਾਂ ਨੂੰ ਕਿਹਾ ਮੌਕਾ ਤੁਹਾਨੂੰ ਦਿੱਤਾ ਜਾਂਦਾ ਇਹ ਨਹੀਂ ਗੱਲ ਅਸੀਂ ਕਵਾਂਗੇ ਵੀ 2 ਮਹੀਨੇ ਚ ਮਹੀ ਜਿਹੜੀ ਚੀਜ਼ਾਂ ਇਹ ਤੁਸੀਂ ਹੁਣ ਆਪ ਹੀ ਫਸਦੇ ਜੇ ਨਾ ਜਦੋਂ ਤੁਸੀਂ ਆਪ ਹੀ ਕਹਿੰਦੇ ਸੋ ਬਰਗਾੜੀ ਅਸੀਂ ਜਿਹੜਾ ਕਾਰਡ ਹੈ 24 ਘੰਟਿਆਂ 'ਚ ਹੱਲ ਕਰ ਦਾਂਗੇ ਹੁਣ ਕੇਜਰੀਵਾਲ ਸਾਹਿਬ ਬਹੁਤ ਰਿਕਾਰਡ ਕਿਆ ਹਮ ਹੁਣ ਅਸੀਂ ਤੇ ਉਹਨਾਂ ਨੂੰ ਨਹੀਂ ਕਿਹਾ ਕਰੋ ਅੱਜ ਕਿੰਨਾ ਚਿਰ ਹੋ ਗਿਆ ਜੀ ਜੀ ਨਸ਼ਾ ਕਹਿੰਦੇ ਅਸੀਂ ਮਹੀਨੇ 'ਚ ਖਤਮ ਕਰ ਦਿਆਂਗੇ ਹਮ ਹੁਣ ਅੱਜ ਤੁਸੀਂ ਦੱਸੋ ਪੰਜਾਬ 'ਚ ਕਿਤੇ ਤੁਸੀਂ ਆਪ ਹੀ ਕਹਿ ਰਹੇ ਜੇ ਲੋਕਾਂ ਦੀਆਂ ਗੱਲਾਂ ਆ ਰਹੀਆਂ ਨੇ ਹੁਣ ਤੇ ਅਸੀਂ ਨਹੀਂ ਹੈਗੇ ਉਹਨਾਂ ਤੇ ਪੁਸ਼ਤਾਨੀ ਪਾਰਟੀਆਂ ਨਹੀਂ ਹੈਗੀਆਂ ਉਹਨਾਂ ਤੇ ਇਹ ਨਹੀਂ ਇਸ ਤਰ੍ਹਾਂ ਦੇ ਕਈ ਮਸਲੇ ਜਿਹੜੇ ਇਹ ਕਹਿੰਦੇ ਸੀ ਹੁਣ ਜਿਵੇਂ ਟੈਂਕੀਆਂ ਤੇ ਚੜੇ ਸੀ ਇਹ ਕਹਿੰਦੇ ਵੀ ਜਦ ਤਨ ਅਸੀਂ ਆ ਗਏ ਉਹ ਤੋਂ ਬਾਅਦ ਕੋਈ ਟੈਂਕੀ ਤੇ ਨਹੀਂ ਚੜੂਗਾ ਜੀ ਸਾਰਾ ਪੰਜਾਬ ਟੈਂਕੀਆਂ ਤੇ ਚੜੇ ਭਰੇ ਪਏ ਨੇ ਮੁਲਾਜ਼ਮ ਹਮ ਹ ਕੋਈ ਕੋਈ ਕਿਸੇ ਮੰਗ ਕਰਕੇ ਕੋਈ ਕਿਸੇ ਮੰਗ ਦੇ ਕਾਰਨ ਸੋ ਮੇਰਾ ਮਕਸਦ ਕਹਿਣ ਦਾ ਹੈ ਕਿ ਜਿੰਨਾ ਚਿਰ ਤੁਸੀਂ ਜ਼ੋਰ ਜਿੰਨਾ ਵਿਰੋਧੀਆਂ ਨੂੰ ਥੱਲੇ ਲਾਉਣ ਤੇ ਲਾ ਰਹੇ ਜੇ ਉਹਨਾਂ ਤੁਸੀਂ ਜ਼ੋਰ ਕਿਤੇ ਪੰਜਾਬ ਨੂੰ ਅੱਗੇ ਲਿਜਾਣ ਤੇ ਲਾਓ ਉਹਨਾਂ ਦੀ ਪਾਲਿਸੀਆਂ ਚੰਗੀਆਂ ਕਰਨ ਤੇ ਲਾਓ ਜੇ ਕੋਈ ਚੰਗਾ ਕੰਮ ਕੀਤਾ ਉਹਨੂੰ ਚੰਗਾ ਕਹੋ ਇਹ ਦੇਉਗੇ ਜੀ ਚੰਗਾ ਕਰਨਗੇ ਬਿਲਕੁਲ ਉਹ ਤੇ ਸਾਡੀ ਦੇਖੋ ਸਾਡੇ ਐਲਓਪੀ ਬਾਜਵਾ ਸਾਹਿਬ ਕਹਿ ਚੁੱਕੇ ਨੇ ਪ੍ਰਧਾਨ ਨੇ ਕਿਹਾ ਵੀ ਇਹ ਕਰਨ ਸਹੀ ਅੱਗੇ ਓਕੇ ਅਸੀਂ ਇਹਨਾਂ ਦੀ ਚੰਗੀ ਗੱਲ ਦਾ ਅਸੀਂ ਵੈਲਕਮ ਕਰਾਂਗੇ ਠੀਕ ਹੈ ਪਰ ਜੇ ਕਰਨੀ ਨਹੀਂ ਠੀਕ ਹੈ ਤੁਸੀਂ ਜ਼ੋਰ ਐਡਵਰਟਾਈਜ਼ ਕਰੀ ਜਾਣਾ ਹੈ ਵੀ ਅਸੀਂ ਆ ਵੀ ਕਰਤਾ 30 ਹਜ਼ਾਰ ਮੁਲਾਜ਼ਮ ਕਦੋਂ ਦੇ ਪੱਕੇ ਹੋਣ ਦੇ ਜੀ ਜਦੋਂ ਦੀ ਸਰਕਾਰ ਬਣੀ ਪਹਿਲਾ ਫੈਸਲਾ ਸੀ ਇਹਨਾਂ ਦਾ ਹਮ ਹਮ ਅੱਜ 6-7 ਮਹੀਨੇ ਤੱਕ ਉਹ ਹੀ ਚੱਲੀ ਆਉਂਦਾ ਜੀ ਇੱਕ ਐਡਵਰਟਾਈਜ਼ਮੈਂਟ ਤੇ ਕਿੰਨਾ ਖਰਚਾ ਆਉਂਦਾ ਆਪਾਂ ਨੂੰ ਪਤਾ ਕਿੰਨਾ ਟੈਕਸਪੇਅਰ ਦਾ ਪੈਸਾ ਜਾਂਦਾ ਇਹ ਮਤਲਬ ਇਹ ਚੀਜ਼ਾਂ ਸੋਚਣ ਵਾਲੀਆਂ ਨੇ ਹੁਣ ਸਰਕਾਰ ਚੰਗਾ ਕੰਮ ਕਰੇ ਹਮੇਸ਼ਾ ਹੀ ਸਾਡੀ ਪਾਰਟੀ ਸਾਥ ਦੇਊਗੀ ਔਰ ਦਏ ਕਿ ਵੀ ਔਰ ਕਿ ਵੀ ਅਸੀਂ ਇਹ ਗੱਲਾਂ ਸਾਡੇ ਲੀਡਰ ਸਾਹਿਬਾਨ ਕਹਿ ਚੁੱਕੇ ਨੇ ਔਨ ਰਿਕਾਰਡ ਪਰ ਜਿੰਨੀਆਂ ਗੱਲਾਂ ਇਹ ਕਰਦੇ ਨੇ ਜਦੋਂ ਹੁਣ ਤੁਸੀਂ ਕਿਹਾਗੇ ਵਿਰੋਧੀਆਂ ਨੂੰ ਫੜ ਕੇ ਅੰਦਰ ਦੇ ਦਿਓ ਹਮ ਹੁਣ ਅਸੀਂ ਪਹਿਲੇ ਦਿਨ ਸਾਡੇ ਦੇ ਖੁਦ ਜਾ ਕੇ ਕਹੇ ਵੀ ਜਿਹੜੇ ਜਿਹੜੇ ਬੰਦੇ ਆ ਤੁਸੀਂ ਦੱਸ ਦਿਓ ਅਸੀਂ ਆ ਜਾਾਂਗੇ ਠੀਕ ਹੈ ਤੁਸੀਂ ਸਾਨੂੰ ਫੜ ਨਾ ਜਾਓ ਹਮ ਹ ਕਿ ਤੁਸੀਂ ਡਰਾਮਾ ਨਾ ਕ੍ਰੀਏਟ ਕਰੋ ਵੀ 4 ਵਜੇ ਰੇਡ ਮਾਰਿਆ ਛਾਪਾ ਮਾਰਿਆ ਤੁਸੀਂ ਦੱਸੋ ਕਿ ਫਲਾਣੇ ਬੰਦੇ ਨੇ ਆ ਕੇ ਇਨਵੈਸਟੀਗੇਸ਼ਨ ਜੁਆਇਨ ਕਰਨੀ ਕਰੇਗਾ ਹਮ ਹ ਉੱਤੇ ਯਕੀਨ ਨਹੀਂ ਆਇਆ ਆਜੂਗੇ ਪਹੁੰਚਿਆ ਨਹੀਂ ਸੀ ਜੀ ਉਹਦੇ ਮਗਰ ਉਹਨੂੰ ਮਲੋ ਦੇ ਰਾਹ 'ਚ ਉਹਨੂੰ ਫੜਨ ਚਲੇ ਗਏ ਹੂੰ ਹੂੰ ਤੁਸੀਂ ਉਹਨੂੰ ਫੋਨ ਕਰੋ ਜੇ ਨਹੀਂ ਆਉਂਦਾ ਦੋ ਦਿਨ ਭਾਵੇਂ ਤੁਸੀਂ ਜਿੰਨੂੰ ਮਰਜ਼ੀ ਚੱਕ ਲਿਓ ਭਾਵੇਂ ਸਾਰੇ ਨੂੰ ਚੱਕ ਲਿਓ ਜੀ ਅਸੀਂ ਤੁਹਾਡਾ ਕਦੇ ਇਹੋ ਜਿਹੀ ਗੱਲ ਨਹੀਂ ਕਰਾਂਗੇ ਪਰ ਇਹ ਇਹ ਕੀ ਹੈ ਇੱਕ ਚੀਜ਼ ਨੂੰ ਹਾਈਪ ਦੇਣੀ ਵੇਖੋ ਜਿਹੀ ਛਾਪਾ ਮਾਰ ਕੇ ਫੜ ਲਿਆ ਕਿ ਭੱਜ ਰਿਹਾ ਸੀ ਜਿਹਨੂੰ ਫੜਿਆ ਤੁਸੀਂ ਹੂੰ ਹੂੰ ਠੀਕ ਹੈ ਜੇ ਉਹਨੇ ਕ੍ਰਾਈਮ ਕੀਤਾ ਜੇ ਉਹਨੇ ਗਲਤ ਤੇ ਆ ਤੇ ਤੁਸੀਂ ਕਰੋ ਕਾਰਵਾਈ ਨਾ ਅੱਗੇ ਉਸਦੇ ਪਰ ਉਹਨਾਂ ਚੀਜ਼ਾਂ ਨੂੰ ਇੱਕ ਐਡਵਰਟਾਈਜ਼ ਕਰ ਕਰਕੇ ਔਰ ਇਨਜ਼ਾਮ ਉਹਦਾ ਕੀ ਨਿਕਲਦਾ ਇਹ ਤੇ ਕੋਰਟ 'ਚ ਜਾ ਕੇ ਪਤਾ ਲੱਗਣਾ ਨਾ ਪੀ ਜਦੋਂ ਹੁਣ ਜਮਾਨਤਾ ਹੋ ਜਾਂਦਾ ਧਰਮਸ਼ੋਤ ਵੀ ਜਮਾਨਤੇ ਬਾਹਰ ਆ ਗਿਆ ਪਹਿਲਾਂ ਉਹ ਤਾਂ ਕਹਿੰਦੇ ਸੀ 60 ਹਜ਼ਾਰ ਕਰੋੜ ਦਾ ਘਪਲਾ ਜੀ ਉਹਦਾ ਅਸਤੀਫਿਆਂ ਦਾ ਆਪਣਾ ਜੀ ਬ੍ਰੀਫੀਆਂ ਜਿਹੜੀਆਂ ਬ੍ਰੀਫੀਆਂ ਦਾ ਜੀ ਤਾਂ ਤੁਸੀਂ ਦੱਸੋ ਜੇ ਬ੍ਰੀਫੀਆਂ ਦਾ ਘਪਲਾ ਸੀ ਤਾਂ ਉਹ ਹੁਣ ਕਿੱਧਰ ਚਰੇ ਗਿਆ ਤੁਹਾਡਾ ਮਤਲਬ ਕਈ ਚੀਜ਼ਾਂ ਨੂੰ ਹਾਈਪ ਐਵੇਂ ਦੇ ਦਿੱਤੀ ਗਈ ਜਿੱਦਾਂ ਮਤਲਬ ਨਹੀਂ ਸੀ ਬਣਦਾ ਜਿੱਦਾਂ ਹੁਣ ਤੁਹਾਨੂੰ ਮੈਂ ਫੇਰ ਕਹਿ ਰਿਹਾ ਕਿ ਬਰਗਾੜੀ 24 ਘੰਟੇ ਚੱਲਣ ਵਾਲਾ ਮਸਲਾ ਨਹੀਂ ਸੀ ਸਵਿਰਤਾ ਨਾ ਲੱਗੂਗੇ ਤੁਸੀਂ ਆਪੋਜੀਸ਼ਨ ਪਾਰਟੀਆਂ ਨੂੰ ਵੀ ਬੁਲਾਓ ਉਹਨਾਂ ਨੂੰ ਬਹਿ ਕੇ ਗੱਲ ਕਰੋ ਭਾਈ ਅੱਜ ਅਸੀਂ ਹੱਲ ਕਰਨਾ ਚਾਹੁੰਦੇ ਜੇ ਕੋਈ ਸਾਡੇ ਜਿਵੇਂ ਐਚਐਮ ਰਹੇ ਨੇ ਹੋ ਜਾਂ ਉਹ ਮਿਸਟਰ ਰਹੇ ਨੇ ਸੁਖੀ ਰੰਡਾਵਾ ਜੀ ਰਹੇ ਨੇ ਉਹਨਾਂ ਨੂੰ ਬੁਲਾ ਲਓ ਵੀ ਤੁਸੀਂ ਕਿਥੋਂ ਕਿਥੇ ਤੱਕ ਗਏ ਸੋ ਜੀ ਸਾਨੂੰ ਅੱਗੇ ਦੱਸੋ ਅਸੀਂ ਅੱਗੇ ਤੁਰੀਏ ਕੋਈ ਅਫਸਰਤ ਨਹੀਂ ਵਿੱਚ ਕੋਈ ਮਤਲਬ ਸੱਜਾ ਖੱਬਾ ਕਰ ਰਿਹਾ ਪਤਾ ਲੱਗ ਜਾਊਗਾ ਪਰ ਅਸੀਂ ਇੱਕ ਮੁੱਦਾ ਹੀ ਇਹ ਫੜ ਲਿਆ ਵਾ ਵੀ ਤੁਹਾਨੂੰ ਦੱਸਿਆ ਕਿ ਜਿਹੜੀ ਪਾਰਟੀ ਆ ਪਾਵਰ 'ਚ ਆ ਜਾਂਦੀ ਆ ਉਹ ਜਿਹੜੀ ਆਪੋਜੀਸ਼ਨ ਆ ਉਹਨੂੰ ਮਾਰਨ ਤੇ ਲੱਕਤਰ ਲੈਂਦੀ ਆ ਔਰ ਜਿਹੜੇ ਕੰਮ ਨੇ ਉਹਨਾਂ ਨੂੰ ਸਿਰਫ ਖਾਣਾ ਪੂਰਤੀ ਕਰੀ ਜਾਂਦੇ ਨੇ ਚਲੋ ਜੇ ਕੋਈ ਕੀਤੇ ਹੋਣਗੇ ਉਹ ਲੋਕਾਂ ਤੱਕ ਪਹੁੰਚ ਜ ਜਾਣੇ ਆ ਪਹਿਲੇ ਕਮਾਂਡਰ ਰਿਜ਼ਲਟ ਤੇ ਤਿੰਨ ਮਹੀਨਿਆਂ ਚ ਆ ਗਿਆ ਸੀ ਲੋਕ ਸਭਾ ਇਲੈਕਸ਼ਨ 'ਚ ਤੇ ਬਾਕੀ ਅਗਲੀਆਂ ਚ ਆ ਜਾਊਗਾ ਆਇਲਾ ਸਾਹਿਬ ਤੁਸੀਂ ਲੀਡਰ ਹੋ ਉਹ ਵੀ ਲੀਡਰ ਨੇ ਆਮ ਆਦਮੀ ਪਾਰਟੀ ਵਾਲੇ ਹੁਣ ਤੁਸੀਂ ਸਾਨੂੰ ਦੱਸੋ ਆਮ ਲੋਕਾਂ ਨੂੰ ਕਿਹੜੇ ਹੁਸ਼ਾਲ ਮਾਰੀਏ ਕਿਉਂਕਿ ਜਦੋਂ ਚੰਨੀ ਸਾਹਿਬ ਦੀ ਸਰਕਾਰ ਸੀ ਨਾ ਅਸੀਂ ਪੂਰੇ ਸਫੇ ਦਾ ਅਖਬਾਰ ਚ ਇਸ਼ਤਿਹਾਰ ਦੇਖੀਦਾ ਸੀ ਉਹ 50 55 ਕੰਮ ਨਹੀਂ ਤਾਂ ਡੱਬੀਆਂ ਮਾਰ ਮਾਰ ਕੇ ਆ ਵੀ ਕਰਤਾ ਆ ਵੀ ਕਰਤਾ ਉਹ ਹੀ ਹੁਣ ਇਸ਼ਤਿਹਾਰ ਦੇਈ ਜਾਂਦੇ ਜੇ ਅਸੀਂ ਕਰਤਾ ਹੁਣ ਸਾਨੂੰ ਨਹੀਂ ਸਮਝ ਆਉਂਦੀ ਅਸੀਂ ਪਹਿਲੇ ਮੁੱਖ ਮੰਤਰੀ ਨੂੰ ਚੰਗਾ ਕਹੀਏ ਕਿ ਨੂੰ ਦੇਖੋ ਜੇ ਜੇ ਪਹਿਲਿਆਂ ਨੇ ਉਹ ਗੱਲਾਂ ਕੀਤੀਆਂ ਸੀ ਜੇ ਨਹੀਂ ਹੋ ਪਈਆਂ ਤਾਂ ਰਿਜ਼ਲਟ ਦੇਖ ਲਿਆ ਨਾ ਜੀ ਇਹੋ ਹੀ ਗਾਹ ਆਉਣਾ ਹੈ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਇਹਨਾਂ ਚੀਜ਼ਾਂ ਨੂੰ ਹੀ ਆਪਾਂ ਨੂੰ ਛੱਡਣਾ ਪਊਗਾ ਆਪਾਂ ਨੂੰ ਬੈ ਕੇ ਸਿਰ ਜੋੜ ਕੇ ਦੇਖੋ ਪੰਜਾਬ ਦੇ ਜਿਹੜੇ ਮਸਲੇ ਨੇ ਨਾ ਜਿੰਨਾ ਚਿਰ ਸਾਰੇ ਸਿਰ ਨਹੀਂ ਨਾ ਜੋੜਦੇ ਜੀ ਉਹ ਨਜਰ ਹੱਲ ਨਹੀਂ ਹੋਣੇ ਅੱਛਾ ਜੇ ਦੇਖੋ ਉਹ ਸਾਰੇ ਨਹੀਂ ਵੀ ਜੋੜਨਗੇ ਤੇ ਜਿਹੜੇ ਤੁਹਾਡੀ ਸੋਚ ਨਾਲ ਸਹਿਮਤ ਹੁੰਦੇ ਉਹ ਤੇ ਆਉਣਗੇ ਨਾ ਆਹੋ ਜੀ ਦੱਸੋ ਜੀ ਪੰਜਾਬ ਵਾਸਤੇ ਜੀ ਹੁਣ ਜੇ ਤੁਹਾਡੇ ਕੋਲ ਤਜਰਬਾ ਹੀ ਸਾਰਾ ਮਤਲਬ ਨਹੀਂ ਹੈਗਾ ਤੇ ਤੁਸੀਂ ਤਜਰਬੇਕਾਰ ਬੰਦਿਆਂ ਨੂੰ ਬੁਲਾ ਲਓ ਕਿ ਭਾਈ ਚਲੋ ਜਿੰਨਾਕ ਤੁਹਾਡੇ ਕੋਲ ਚੰਗਾ ਤੁਸੀਂ ਉਹ ਦੇ ਦਿਓ ਹੂੰ ਹੂੰ ਜਿਹੜੀ ਚੀਜ਼ ਚੰਗੀ ਲੱਗਦੀ ਰੱਖ ਲਓ ਜਿਹੜੀ ਨਹੀਂ ਲੱਗਦੀ ਨਾ ਕਰੋ ਜੀ ਹੁਣ ਤੁਸੀਂ ਨਵੇਂ ਸਿਰਿਓ ਆਪਣੀ ਮਰਜ਼ੀ ਨਾਲ ਤੁਸੀਂ ਕਰਨਾ ਚਾਹੋ ਕਰੋ ਜੀ ਸਦਕੇ ਕਿਉਂਕਿ ਲੋਕਾਂ ਨੇ ਮੈਂਡੇਟ ਦਿੱਤਾ ਤੁਹਾਨੂੰ ਤੁਸੀਂ ਕਰ ਸਕਦੇ ਜੀ ਪਰ ਕਿੰਨਾ ਤੁਸੀਂ ਕਰ ਪਾਓਗੇ ਇਹਦਾ ਤੁਹਾਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਣਾ ਹੈ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਆ ਮਤਲਬ ਸਾਡਾ ਕੰਮ ਬੋਲਦਾ ਆ ਇਹਦੇ ਨਾਲ ਨਹੀਂ ਅਸਰ ਕੋਈ ਹੋਣਾ ਅੱਜ ਤੁਸੀਂ ਦੇਖ ਲਓ ਹਾਲਾਤ ਥੱਲੇ ਕੀ ਆ ਜਦੇਤਾ ਹੀ ਇੱਕ ਬਦੀ ਲੈ ਲੋ ਵੱਡਾ ਮੁੱਦਾ ਆ ਇਸ ਵੇਲੇ ਜੀ ਤੇ ਹੁਣ ਹੁਣ ਦਿੱਤਾ ਕਿਉਂ ਵੀ 7000 ਰੁਪਏ ਸੈਕਟਾ ਮਿਲ ਰਹੀ ਹੁਣ ਇਹ ਦੱਸ ਸਕਦੇ ਨੇ ਸਰਕਾਰ ਨੂੰ ਪੀ ਕਿਉਂ ਮਿਲ ਰਹੀ 7000 ਰੁਪਏ ਜੇ ਕਿੱਥੇ ਜਾਵੇ ਗਰੀਬ ਹੁਣ ਹਮ ਹਮ ਠੀਕ ਹੈ ਸਾਡੇ ਵੇਲੇ ਤੇ 1700 1700 ਉਹ ਵੀ ਕਹਿੰਦੇ ਲੁੱਟ ਕੇ ਖਾ ਗਏ ਜੀ ਤੇ ਹੁਣ ਜਿਹੜਾ 17 1800 ਤੇ 5200 ਰੁਪਏ ਜਾ ਰਹੇ ਕਿਹਦੇ ਕੋ ਜਾ ਰਿਹਾ ਕੀ ਇਹ ਦੱਸਣਗੇ ਮਹਿਮ ਔਜਲਾ ਸਾਹਿਬ ਇੱਕ ਵਾਰੀ ਚੱਲੀ ਸੀ ਕਿ ਪਾਵਨ ਪਵਿੱਤਰ ਸ਼ਹਿਰ ਹੈ ਅੰਮ੍ਰਿਤਸਰ ਕਿ ਉਹਦੇ ਵਿੱਚ ਦਾਰੂ ਦਾ ਕੋਠੇਕਾ ਨਹੀਂ ਚਾਹੀਦਾ ਬੜਾ ਚਰਚਾ ਸੀ ਨਾ ਕਿ ਪਾਵਨ ਪਵਿੱਤਰ ਸ਼ਹਿਰ ਹੈ ਉੱਥੇ ਸ਼ਰਾਬ ਕੀ ਥੋੜਾ ਲੋਕ ਸਭਾ ਹਲਕਾ ਪਿਛਲੇ ਦਿਨਾਂ ਦੇ ਵਿੱਚ ਇੱਕ ਬੀਬੀ ਦੀ ਵੀਡੀਓ ਆਈ ਸੀ ਉਹ ਖੜੀ ਹੋਈ ਐ ਕਰੀ ਜਾਂਦੀ ਸੀ ਨਸ਼ੇ ਦੇ ਨਾਲ ਫਿਰ ਮੁੰਡਿਆਂ ਦੀਆਂ ਵੀਡੀਓਜ਼ ਆਉਂਦੀਆਂ ਵਿਗਦਾ ਨਸ਼ਾ ਦੇਖੋ ਮੈਂ ਜਦੋਂ ਪਾਰਲੀਮੈਂਟ ਜਦੋਂ ਇਲੈਕਸ਼ਨ ਮੁੱਕੀ ਸੀ ਜੀ ਤੇ ਪਹਿਲੀ ਚਿੱਠੀ ਡੀਜੀਪੀ ਨੂੰ ਮੈਂ ਲਿਖੀ ਮੁੱਕਦੇ ਐ ਇਲੈਕਸ਼ਨ ਜੀ ਮੈਂ ਕਿਹਾ ਕਿ ਸਾਡੇ ਤੇ ਇਲਜ਼ਾਮ ਉਹਦਾ ਵੀ ਸਰਕਾਰ ਦਾ ਦਬਾਅ ਠੀਕ ਹੈ ਜੀ ਡੀਜੀਪੀ ਸਾਹਿਬ ਇਲੈਕਸ਼ਨ ਮੁੱਕ ਗਈ ਆ ਰਿਜ਼ਲਟ ਜੇ ਆਉਣਾ ਲੇਟ ਜੀ ਆ ਤੁਹਾਡੇ ਕੋਲ ਸਪੈਨ ਹੈਗਾ 30 ਦਿਨਾਂ ਦਾ ਇਹ ਸਰਕਾਰ ਦਾ ਦਬਾਅ ਨਹੀਂ ਹੁਣ ਸਾਰਿਆਂ ਨੂੰ ਦੇ ਦਿਓ ਜਿਹੜਾ ਵੀ ਹੈਗਾ ਸਰਕਾਰ ਵਾਲਾ ਉਹਨੂੰ ਵੀ ਦਿਓ ਅੰਦਰ ਠੀਕ ਹੈ ਈ ਸਾਡੇ ਅਮਰਸਰ ਦੇ ਵਿੱਚ ਡੜਾ ਸੱਟਾ ਅਲਕੂਲ ਚਿੱਟਾ ਜੀ ਇਹਦੀ ਪਰਮਾਰਿਆ ਸਾਈਡਾਂ ਦੇ ਜਿੰਨੀਆਂ ਸਲਾਮ ਬੱਤੀ ਸਭ ਤੋਂ ਦੁੱਖ ਪਤਾ ਕੀ ਹੋਣ ਰਿਹਾ ਅੱਗੇ ਤੋਂ ਹੁੰਦਾ ਕੋਈ ਪੈਸੀਏ ਦਾ ਪੁੱਤ ਪੁੱਤ ਕਿਸੇ ਦਾ ਵੀ ਪੀਵੇ ਬਹੁਤ ਦੁੱਖ ਦੀ ਗੱਲ ਹੈ ਕਿਤੇ ਪੈਸੇ ਵਾਲੇ ਦਾ ਪੀਂਦਾ ਸੀ ਹੁਣ ਤੇ ਜਿਹੜਾ ਗਰੀਬ ਹੈ ਵਿਚਾਰਾ ਉਹ ਵੀ ਲੱਗ ਗਿਆ ਦਿਹਾੜੀ ਵਾਲਾ ਵੀ ਉਹ ਵੀ ਉਹਦਾ ਵੀ ਨਿਆਣਾ ਚਿੱਟੇ ਦੇ ਟੀਕੇ ਲਾਈ ਜਾਂਦਾ ਬੁਰਾ ਹਾਲ ਹੋਈ ਜਾਂਦੇ ਸੋ ਮੈਂ ਉਦੋਂ ਉਹਨਾਂ ਨੂੰ ਕਿਹਾ ਸੀ ਮੈਂ ਅਲਟੀਮੇਟਮ ਵੀ ਦਿੱਤਾ ਸੀ ਜੀ ਜੇ ਮੈਂ ਅਲਟੀਮੇਟਮ ਜਦੋਂ ਦਿੱਤਾ ਸੀ ਚਲੋ ਇਹਨਾਂ ਨੇ ਕੁਝ ਕੰਮ ਕਰਨਾ ਸ਼ੁਰੂ ਕੀਤਾ ਵੱਡੇ ਫੜੇ ਫਿਰ ਮੈਂ ਉਦੋਂ ਇਹਨਾਂ ਨੂੰ ਫਿਰ ਡੀਸੀ ਦੇ ਦਫ਼ਤਰ ਜਾ ਕੇ ਧਰਨਾ ਦੇ ਕੇ ਔਰ ਫਿਰ ਉੱਥੇ ਦੇ ਕੇ ਆਏ ਹਾਂ ਸੋ ਗੁਰੂ ਨਗਰੀ ਦੇ ਵਿੱਚ ਇਹਦਾ ਹੋਣਾ ਬੜਾ ਮਤਲਬ ਅਫਸੋਸਜਨਕ ਹੈ ਜਿਹੜਾ ਤੁਸੀਂ ਪੁੱਤਰ ਸ਼ਹਿਰ ਦੇ ਦਰਜੇ ਦੀ ਗੱਲ ਕਰਦੇ ਹੋ ਬਿਲਕੁਲ ਅਸੀਂ ਜਿਹੜਾ ਚਾਰਦੁਆਰੀ ਦੇ ਅੰਦਰ ਹੈ ਉੱਥੇ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਮਤਲਬ ਨਹੀਂ ਹੋਣੇ ਚਾਹੀਦੀਆਂ ਪਰ ਮਸਲਾ ਬਾਟ ਸਾਬ ਉਥੇ ਜਿੱਦਾਂ ਰੈਜ਼ੀਡੈਂਟ ਰਹਿੰਦੇ ਜਿਹੜੇ ਪੁਰਾਣੇ ਰਹਿੰਦੇ ਨੇ ਹਰ ਘਰ ਦੇ ਵਿੱਚ दारू ਦਾ ਤੇ ਸੇਵਨ तकरीबन ਹਰ ਦੂਜੇ ਚੌਥੇ ਘਰ ਦੇ ਅੰਦਰ ਹੈਗਾ ਹੈ ਜੀ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਰੋਕ ਨਹੀਂ ਸਕਦੇ ਤੇ ਅੰਮ੍ਰਿਤਸਰ ਇੱਕ ਟੂਰਿਸਟ ਸਿਟੀ ਹੈ ਜੀ ਠੀਕ ਹੈ ਪਵਿੱਤਰ ਸ਼ਹਿਰ ਹੈ ਹਮਮ ਔਰ ਪਵਿੱਤਰ ਸ਼ਹਿਰ ਦਾ ਦਰਜਾ ਜਿੰਦੇ ਮੰਨਦਾ ਵੀ ਇੱਕ ਇੱਕ ਏਰੀਆ ਤੱਕ ਹੋਣਾ ਚਾਹੀਦਾ ਵੀ ਇੰਨੇ ਕੇ ਏਰੀਏ ਦੇ ਵਿੱਚ ਤੁਸੀਂ ਆ ਚੀਜ਼ਾਂ ਨਹੀਂ ਲਗੋ ਤੇ ਉਹ ਚਾਰਦਵਾਰੀ ਦੇ ਅੰਦਰ ਹੈ ਵੀ ਆ ਵੀ ਤੁਸੀਂ ਆ ਚੀਜ਼ਾਂ ਨਹੀਂ ਕਰ ਸਕਦੇ ਪਰ ਫਿਰ ਵੀ ਤੁਹਾਨੂੰ ਪਤਾ ਜਦੋਂ ਛੋਟੀ ਛੋਟਾ ਮਤਲਬ ਛੋਟੇ ਛੋਟੇ ਗਲੀਆਂ ਨੇ ਛੋਟਾ ਮਤਲਬ ਘਰ ਵੀ ਨੇ ਉੱਥੇ ਵੱਡੀ ਵੱਡੀ ਸੰਘਣੀ ਐ ਉੱਥੇ ਕਈ ਵਾਰੀ ਇਹ ਜਿਹੇ ਚੀਜ਼ਾਂ ਦੀ ਮੁਸ਼ਕਲ ਆਉਂਦੀ ਐ ਪਰ ਜਿਹੜਾ ਮੇਨ ਚੀਜ਼ ਐ ਕਿ ਜਿਹਦਾ ਰੌਲਾ ਪੈਂਦਾ ਐ ਕਿਸ ਜਦੋਂ ਹੁਣ ਆ ਤੁਸੀਂ ਲੜਕੀ ਦੀ ਜਿਹੜੀ ਝੂਮਦੀ ਦੀ ਵੀਡੀਓ ਐ ਮਕਬੂਲਪੁਰਾ ਮੈਂ ਖੁਦ ਉੱਥੋਂ ਬੱਚੇ ਲਿਆ ਲਿਆ ਦਾਖਲ ਕਰਾਈ ਸੀ ਹਸਪੀਟਲ ਚ ਨਸ਼ੇ ਅਮਹਿਮ ਚ ਰਹੀ ਸੀ ਤੁਹਾਨੂੰ ਵਜੋਂ ਟੀਕੇ ਨਾਲ ਬੱਚੇ ਮਰਨੇ ਸ਼ੁਰੂ ਹੋਏ ਸਾਡੀ ਸਰਕਾਰ ਸੀ ਉਦੋਂ ਤੇ ਮੈਂ ਉਹ ਸਰਕਾਰ ਆਪਣੀ ਦੇ ਵਿੱਚ ਪਿੰਡਾਂ ਜੋ ਜਿੱਥੋਂ ਜਿੱਥੋਂ ਵੀ ਕਾਲ ਆਉਂਦੀ ਸੀ ਮੈਂ ਕਾਲ ਤੇ ਲੈ ਕੇ ਸਾਰੇ ਬੱਚੇ ਲਿਆ ਲਿਆ ਦਾਖਲ ਕਰਾਈ ਨਸ਼ਾ ਛਡੋ ਹਾਂ ਬਿਲਕੁਲ ਜੀ ਆਪ ਖੁਦ ਆਪਣੇ ਹੱਥਾਂ ਨਾਲ ਇਹ ਨਹੀਂ ਵੀ ਆਪਾਂ ਕਿਸੇ ਨੂੰ ਕਹਤਾ ਵੀ ਇੱਕ ਇੱਕ ਫੋਟੋ ਕਰਾ ਕੇ ਆਪ ਚਲੇਗੇ ਨਹੀਂ ਸਾਰਾ ਸਾਰਾ ਦੇਣਾ ਸੀ ਲਾਉਣੇ ਆ ਔਰ ਜਿਹੜੇ ਨਹੀਂ ਵੀ ਲਾਉਣਾ ਚਾਹੁੰਦੇ ਉਹਨਾਂ ਨੂੰ ਵੀ ਪਿਆਰ ਨਾਲ ਲਿਆ ਕੇ ਮਾਂ ਬਾਪ ਨੂੰ ਸਮਝਾ ਕੇ ਉੱਥੇ ਦਾਖਲ ਕਰਾਉਂਦੇ ਕਦੇ ਘਰੇ ਵੀ ਗਿਆ ਕਿਸੇ ਦੇ ਘਰੇ ਬਿਲਕੁਲ ਅੰਜੂ ਹੀ ਲੈ ਕੇ ਆਏ ਜੀ ਆਪ ਜਾ ਜਾ ਕੇ ਆਪ ਜਾ ਕੇ ਜੀ ਸਾਰੇ ਸੋ ਉਹ ਜਿੱਥੋਂ ਉਹ ਲੜਕੀ ਮੈਂ ਉੱਥੇ ਵੀ ਗਿਆ ਸਾਂ ਉੱਥੇ ਮੇਰੀ ਟਕਰਾਰ ਵੀ ਹੋਈ ਐ ਐਸਐਚਓ ਨਾਲ ਚੰਗਾ ਭਲੇ ਪਰਿਵਾਰ ਦਾ ਸੀ ਮੈਂ ਕਿਹਾ ਕੁਝ ਤੇ ਸ਼ਰਮ ਕਰੋ 200 ਗਾਜ ਤੇ ਵੇਖਦਾ ਤੁਹਾਡੇ ਹੂੰ ਹੂੰ ਇਸੇ ਮਕਬੂਲ ਪਰਾਇ ਜੀ ਸੁਪਰ ਹੁਣ ਅਜ ਦੇਖੋ ਉਹਦੇ ਆਉਣ ਨਾਲ ਹੁਣ ਉਸ ਦਿਨ ਜਿੱਦਨੇ ਵੀਡੀਓ ਆਈ ਉਸ ਤੋਂ ਅਗਲੇ ਤੋਂ ਦੋਹਾਂ ਤਿੰਨਾਂ ਦਿਨਾਂ ਬਾਅਦ ਪੁਲਿਸ ਘਰੋ ਘਰੀ ਤਰੀ ਫੇਰਦੀ ਤੇ ਮੈਂ ਕਿਹਾ ਜੀ ਇਹ ਕੰਮ ਤੁਸੀਂ ਸਮੇਂ ਨਾ ਕਰ ਲੋ ਹੂੰ ਹੂੰ ਤੇ ਆਹ ਚੀਜ਼ ਅਮਰਸਰ ਦੇ ਵਿੱਚ ਜਦੋਂ ਆ ਬਾਹਰ ਜਾਂਦੀ ਹੈ ਤਾਂ ਸਾਡੇ ਪੱਲੇ ਕੀ ਰਹਿੰਦਾ ਹੈ ਜੀ ਤੇ ਗੁਰੂ ਨਗਰੀ ਦੇ ਵਿੱਚ ਆਹ ਹਾਲਾਤ ਨੇ ਹੂੰ ਹੂੰ ਤੇ ਬਾਕੀ ਕਿਸ ਨੂੰ ਕੀ ਕਰੋਗੇ ਜੀ ਤੇ ਜਿਹੜੀ ਤੁਸੀਂ ਆ ਗੱਲ WhatsApp 'ਤੇ ਕਰਦੇ ਜੇ ਨਾ ਮੈਂ ਤੁਹਾਡੇ ਮਾਧਿਅਮ ਰਾਹੀਂ ਮਾਨ ਸਾਹਿਬ ਨੂੰ ਵੀ ਕਹਾਂਗੇ ਕਿ ਚਲੋ ਇਹ ਤੇ ਹੋ ਗਿਆ ਸਾਡੇ ਹੁਣ ਇੱਕ ਸਰਪੰਚ ਨੇ ਸਾਡੇ ਸਰਪੰਚ ਨੂੰ ਇਹਨਾਂ ਨੇ ਦਿੱਤਾ ਸੀ ਅੰਦਰ ਕਿਸੇ ਕਾਰਨ ਕਰਕੇ ਕੋਈ ਝਗੜਾ ਹੋਇਆ ਠੀਕ ਉਹ ਚੰਗੇ ਪਰਿਵਾਰ ਤੋਂ ਉਹਨਾਂ ਚਾਰ ਪੰਜ ਦੇ ਲੈ ਕੇ ਆਇਆ ਅੰਦਰ ਉਹ ਕਹਿੰਦਾ ਵਾ ਚੈਲੰਜ ਕਰਦਾ ਮਾਨ ਸਾਹਿਬ ਨੂੰ ਇਹ ਹੁਣ ਨਵੀਂ ਗੱਲ ਹੈ ਨਵੀਂ ਗੱਲ ਹੈ ਠੀਕ ਹੈ ਜੀ ਔਰ ਗੱਲ ਉਹਦੀ ਮੈਨੂੰ ਠੀਕ ਲੱਗੀ ਔਰ ਮੈਂ ਵੀ ਇਸ ਗੱਲ ਤੇ ਮਤਲਬ ਸਰਕਾਰ ਨੂੰ ਕਹੂੰਗਾ ਕਿ ਤੁਸੀਂ ਛੱਡੋ ਤੁਸੀਂ ਪੰਜਾਬ ਨੂੰ ਜੀ ਤੁਹਾਡੇ ਕੋਲ 65 67 77 ਕਿਲੇ ਦੇ ਜੇਲਾ ਨੇ ਜੀ ਤੁਸੀਂ ਜੇਲਾ ਜੋ ਚਿੱਟਾ ਖਤਮ ਕਰ ਦੋ ਤੇ ਕ੍ਰਾਈਮ ਖਤਮ ਕਰ ਲਓ ਇਹ ਮੰਨ ਲਾਂਗੇ ਵੀ ਠੀਕ ਹੈ ਜੀ ਸਰਕਾਰ ਹੈ ਕੀ ਯਾਨੀ ਕਿ ਜੇਲ੍ਹ ਦੀ ਚਾਰ ਦਿਵਾਰੀ ਦੇ ਅੰਦਰ ਅੰਦਰ ਜਿੱਥੇ ਸਿਕਿਉਰਟੀ ਹੁੰਦੀ ਹੈ ਸਿਕਿਉਰਟੀ ਉੱਤੇ ਉਹ ਬਕਾਇਦਾ ਇੱਕ ਸੁਬਡੈਂਟ ਲਗਾਇਆ ਡਿਪਟੀ ਸੁਬ ਚੱਪੇ ਚੱਪੇ ਤੇ ਮੁਲਾਜ਼ਮ ਤਾਇਨਾਤ ਨੇ ਜਾਨੀ ਜੇ ਉੱਥੋਂ ਹੀ ਨਸ਼ਾ ਖਤਮ ਕਰਦਣ ਵੱਡੀ ਗੱਲ ਹੈ ਅਸੀਂ ਕਹਾਂਗੇ ਉੱਥੋਂ ਖਤਮ ਕਰ ਦੋ ਅਸੀਂ ਸਰਕਾਰ ਨੂੰ ਭਗਵੰਤ ਮਾਨ ਨੂੰ ਸਨਮਾਨਤ ਕਰਾਵਾਂਗੇ ਵੀ ਉੱਥੇ ਕਰਾਈਮ ਖਤਮ ਕਰ ਦੇ ਮੈਂ ਦਾਅਵੇ ਨਾ ਕਹਿਨਾ ਕਿ ਮੈਂ ਮਾਨ ਸਾਹਿਬ ਨੂੰ ਸਨਮਾਨਤ ਕਰੂੰਗਾ ਤੂੰ ਜੇਲ੍ਹਾਂ ਦੇ ਵਿੱਚੋਂ ਨਸ਼ਾ ਤੇ ਟੈਲੀਫੋਨ ਬੰਦ ਕਰ ਦੇ ਨਹੀਂ ਇਦਾਂ ਤੁਹਾਨੂੰ ਕਿਉਂ ਲੱਗਦਾ ਕਿ ਨਹੀਂ ਹੋ ਸਕਦਾ ਭਾਈ ਜੀ ਫਿਰ ਤੁਸੀਂ ਮੈਂ ਮੈਂ ਤੁਹਾਨੂੰ ਇਹ ਤੇ ਪੁੱਛ ਰਿਹਾ ਜੀ ਵੀ ਜਿਹੜੇ ਬੰਦੇ ਪੰਜਾਬ ਨੂੰ ਸਹੀ ਕਰਨ ਤੋਂ ਰੇ ਹੈ ਜਿਹੜੇ ਸੁਧਾਰ ਘਰ ਸੀ ਜਿਹਨਾਂ ਨੂੰ ਸੁਧਾਰ ਕੇਂਦਰੀ ਸੁਧਾਰ ਘਰ ਕਹਿੰਦੇ ਸੰ ਜੇਲਾ ਨਹੀਂ ਚ ਕਹਿੰਦੇ ਜੀ ਸੁਧਾਰ ਕਰਦਾ ਇਹ ਹਾਲਾਤ ਹੈ ਕਿ ਉੱਥੇ 5-5 ਰੁਪਏ ਦਾ ਪੱਤਾ ਗੋਲੀਆਂ ਦਾ 200-200 ਦਾ ਵੇਕੰਡਿਆ ਹੈ ਨਹੀਂ ਉਹ ਸਰਪੰਚ ਸਾਹਿਬ ਨੇ ਆਪ ਦੱਸਿਆ ਮੈਂ ਨੇ ਜ ਉਹਨਾਂ ਨੇ ਔਰ ਰਿਕਾਰਡ ਮੇਰੇ ਨਾਲ ਉਹਨੂੰ ਸੱਦ ਕੇ ਵੀ ਕੀਤੀ ਗੱਲ ਹੁੰਦਾ ਭਾਜੀ ਜੋ ਨਰਕਿਆ ਤੁਸੀਂ ਦੱਸਿਆ ਉਹ ਕਿਉਂਕਿ ਜਦੋਂ ਅਸੀਂ ਜਾਂਦੇ ਹਾਂ ਨਾ ਜੀ ਉਦੋਂ ਜਦੋਂ ਪਤਾ ਆਉਂਦੇ ਨੇ ਉਦੋਂ ਸਾਰਾ ਕੁਝ ਸਾਫ਼ ਸੁਥਰਾ ਹੋ ਜਾਂਦਾ ਠੀਕ ਹੈ ਇਹ ਤੇ ਬੰਦਾ ਕੋਈ ਇਸ ਤਰੀਕੇ ਨਾਲ ਜਾ ਕੇ ਆ ਕੇ ਖਬਰ ਦਵੇ ਤੇ ਫੇਰ ਹੀ ਆ ਨਾ ਹੂੰ ਹੂੰ ਹੁਣ ਤੁਸੀਂ ਉਹਨੇ ਕਹਿੰਦਾ ਵੀ 1100 ਬੰਦੇ ਦੀਾਰ ਮਤਲਬ ਜੇਰ ਹੈ ਜੀ ਤੇ 10 ਕਿਲੋ ਦਾਲ ਲੱਗਦੀ ਹੈ ਤੇ 4 ਕਿਲੋ ਉਥੇ ਪਿਆਜ਼ ਲੱਗ ਉਹ ਤਾਂ ਸਭ 1100 ਬੰਦੇ ਦੀ ਰੋਟੀ ਪੱਕ ਸਕਦੀ ਹੈ 10 ਕਿਲੋ 10 ਕਿਲੋ ਦਾਲ ਨਾਲ ਸੋ ਮੈਂ ਇਹਦਾ ਤੁਹਾਡੇ ਮਾਦੇਬਰਾਈ ਮਾਨ ਸਾਹਿਬ ਨੂੰ ਰਿਕੁਐਸਟ ਕਰਦਾ ਕਿ ਤੁਸੀਂ ਪੰਜਾਬ ਦੀਆਂ ਜਿੰਨੀਆਂ ਜ਼ਿਲ੍ਹਾ ਨੇ ਤੁਸੀਂ ਉਹਨਾਂ ਨੂੰ ਠੀਕ ਕਰ ਲਓ ਪੰਜਾਬ ਨੂੰ ਚਲੋ ਛੱਡੋ ਉਹਨੂੰ ਸੈਕੰਡ ਦੇ ਰੱਖ ਲਓ ਉਹਨੂੰ ਵੇਖ ਲਾਂਗੇ ਚਲੋ ਕਿਵੇਂ ਫਿਰ ਸਲਾਹ ਕਰ ਲਾਂਗੇ ਕੀ ਹੋਊਗਾ ਜਦ ਦੋ ਸੋਚ ਲੈਣਗੇ ਤੁਸੀਂ ਜ਼ਿਲ੍ਹਾ ਠੀਕ ਕਰਕੇ ਵਿਖਾ ਦਿਓ ਅਸੀਂ ਤੁਹਾਨੂੰ ਸਨਮਾਨਤ ਕਰਾਂਗੇ ਪਰ ਅਜਲਾ ਸਾਹਿਬ ਫੇ ਗੱਲ ਕਿੱਦਾਂ ਬਣੂ ਜੇ ਤੁਹਾਡੀ ਸਰਕਾਰ ਤੋਂ ਵੀ ਨਹੀਂ ਹੋਇਆ ਜੇ ਇਹਨਾਂ ਨੂੰ ਵੀ ਲੱਗਦਾ ਨਹੀਂ ਹੁਣ ਆ ਫੇ ਅਸੀਂ ਕਿੱਥੇ ਛਾਲ ਮਾਰੀਏ ਸਾਨੂੰ ਦੱਸੋ ਮੈਂ ਬਾਟ ਸਾਹਿਬ ਬਾਟ ਸਾਹਿਬ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਸਾਡੀ ਸਰਕਾਰ ਮਾੜੀ ਸੀ ਸਾਡੀ ਸਰਕਾਰ ਦੇ ਬੰਦੇ ਗਲਤ ਸੀ ਲੋਕਾਂ ਵੀ ਫੈਸਲਾ ਕਰਤਾ ਮਾਨ ਸਾਹਿਬ ਨੇ ਵੀ ਕੋਈ ਥਾਂ ਇਹੋ ਜਣੀ ਛੱਡਿਆ ਜਿੱਥੇ ਸਾਡਾ ਕੋਈ ਨਾ ਸਾਨੂੰ ਭੰਡਿਆ ਹੋਵੇ ਜਨਾਬ ਕਸਰ ਛੱਡੀ ਹੋਵੇ ਹੁਣ ਤੇ ਮਾਨ ਸਾਹਿਬ ਦੇ ਕੋਲ ਪਾਵਰ ਹੈ ਜੀ ਉਹਨਾਂ ਦੇ ਵੀ ਅਸੀਂ ਮਤਲਬ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਦੇ ਹੂੰ ਹੂੰ ਇਹ ਭ੍ਰਿਸ਼ਟਾਚਾਰ ਤੁਸੀਂ ਬਰਦਾਸ਼ਤ ਨਹੀਂ ਕਰਦੇ ਲਾਅ ਐਂਡ ਔਰਡਰ ਤੁਸੀਂ ਰ ਤੁਸੀਂ ਇਹ ਪੰਜਾਬ ਦੀਆਂ ਜੇਲਾਂ ਨੂੰ ਹੀ ਜਿਹੜੀਆਂ ਚਾਰਦਵਾਰੀਆਂ ਹੋਈਆਂ ਨੇ ਇਹ ਚੇ ਵੀ ਨਹੀਂਗਾ ਵੀ ਪਿੰਡ ਵੀ ਪਿੰਡ ਹੈ ਜੀ ਦਿਖਿਲ ਰਿਹਾ ਪਤਾ ਨਹੀਂ ਹੁਣ ਕਿੱਧਰੋਂ ਆਉਣਾ ਕਿੱਧਰੋਂ ਜਾਣਾ ਹੈ ਹਮ ਹਮ ਤੇ ਜੇ ਤੁਸੀਂ ਜੇਲਾਂ ਇਹਨਾਂ ਨੂੰ ਸੁਧਾਰ ਸਕੀ ਤੇ ਫਿਰ ਆਪਣੇ ਹੱਥ ਵੀ ਖੜੇ ਕਰਦੇ ਹੋ ਵੀ ਸਾਡੇ ਨਹੀਂ ਵਸਦੀ ਗੱਲ ਪੰਜਾਬ ਤੇ ਬੜੇ ਦੂਰ ਦੀ ਗੱਲ ਹੈ ਪੰਜਾਬ ਤੇ ਹਣ ਡੱਡਾ ਵੱਡਾ ਆ ਸਰਦਾਂ ਖੁੱਲੀਆਂ ਨੇ ਪਾਕਿਸਤਾਨ ਨਾਲ ਵੀ ਲੱਗਦੀਆਂ ਨੇ ਤੇ ਦੂਜੇ ਸਟੇਟਾਂ ਨਾਲ ਵੀ ਲੱਗਦੀਆਂ ਹੋ ਸਕਦਾ ਆਪਾਂ ਨਾ ਕਰ ਸਕਦੇ ਹੋਈਏ ਪਰ ਜੇ ਤੁਸੀਂ ਇਹ ਜੇਲਾਂ ਨੂੰ ਪੰਜਾਬ ਦੀਆਂ ਨੂੰ ਹੀ ਸੁਧਾਰ ਲੋ ਤੇ ਮੇਰਾ ਖਿਆਲ ਹੈ ਕਿ ਇਹੋ ਤੁਹਾਡੀ ਵੱਡੀ ਪ੍ਰਾਪਤੀ ਹੋਊਗੀ ਹੈ ਸਰਕਾਰ ਦੀ ਔਰ ਇਹ ਤਾਨੂੰ ਤਰੀਫ ਵੀ ਕਰਾਂਗੇ ਉਹ ਜਿਹੜਾ ਸਭ ਪੰਜਾਬ ਦੇ ਲੋਕ ਤੁਸੀਂ ਕਹਾ ਕਿ ਅਮੀਰ ਅੱਗੇ ਕਰਦੇ ਸੀ ਥੋੜੇ ਬਹੁਤ ਤੇ ਹੁਣ ਕੁਝ ਗਰੀਬ ਵੀ ਲੱਗ ਪਿਆ ਆਰਥਿਕ ਪੱਖੋਂ ਤੇ ਕਮਜ਼ੋਰ ਜ਼ਿਆਦਾ ਲੱਗ ਪਏ ਕਾਰਨ ਕੀ ਲੱਗਦਾ ਪਿੱਛੇ ਜਾਨੀ ਮੈਂ ਮੈਂ ਬੇਨਤੀ ਕਰਦਾ ਮੈਂ ਆਮ ਕਰਦਾ ਹੋਵਾਂ ਮੈਨੂੰ ਪੜ੍ਹਾਈ ਚੰਗੀ ਮਿਲੇ ਮੈਨੂੰ ਪਿੰਡ ਚ ਲਾਇਬ੍ਰੇਰੀ ਮਿਲੇ ਸਟੇਡੀਅਮ ਮਿਲੇ ਕੋਚ ਮਿਲੇ ਮੈਨੂੰ ਆਸ ਹੋਵੇ ਕਿ ਭਾਈ ਜੇ ਮੈਂ ਬੀਏ ਕਰ ਲਈ ਐਮਏ ਕਰ ਲਈ ਐਮਐਡ ਕਰ ਲਈ ਐਮਲੇਵ ਕਰ ਲਈ ਮੈਨੂੰ ਕਿਤੇ ਨਾ ਕਿਤੇ ਢੋਈ ਮਿਲ ਜਾਣੀ ਆ ਤੇ ਜੇ ਉਹ ਢੋਈ ਨਾ ਮਿਲੀ ਮੈਨੂੰ ਰੋਜ਼ਗਾਰ ਨਾ ਮਿਲਿਆ ਮੈਨੂੰ ਬੇਰੋਜ਼ਗਾਰੀ ਥੋੜਾ ਬੋੜਾ ਪੱਤਾ ਮਿਲ ਜਾਣਾ ਹੈ ਇਹਦਾ ਮਤਲਬ ਕਿ ਜੇ ਅਸੀਂ ਨਿਰਾਸ਼ ਹੋਵਾਂਗੇ ਤਾਂ ਨਸ਼ਾ ਕਰਾਂਗੇ ਤਾਂ ਨਿਰਾਸ਼ਾ ਤਾਂ ਮੇਰੇ ਲੀਡਰਾਂ ਦੇ ਪੱਲੇਉ ਪਈ ਹੈ ਦੇਖੋ ਮੈਂ ਦੱਸਦਾ ਜਿਹੜੀ ਜਿਹੜੀ ਨਸ਼ਾ ਕਰਨ ਦੀ ਬਿਰਤੀ ਹੈ ਨਾ ਜੀ ਦੇਖੋ ਨਸ਼ਾ ਇੱਕ ਜਹੀ ਚੀਜ਼ ਹੈ ਕਿ ਚਾਹੇ ਉਹ ਚਾਹ ਦਾ ਲੱਗ ਜੇ ਤੇ ਚਾਹੇ ਸ਼ਰਾਬ ਦਾ ਲੱਗ ਜੇ ਕਿਸੇ ਦਾ ਵੀ ਲੱਗ ਜੇ ਬੰਦਾ ਉਹਦੇ ਨਾਲ ਤੁਰਿਆ ਜਾਂਦਾ ਫਿਰ ਜੀ ਉਹਨੂੰ ਫਿਰ ਉਹ ਚੀਜ਼ਾਂ ਹੁਣ ਕਈ ਬੰਦੇ 500 ਰੁਪਏ ਦਿਹਾੜੀ ਕਮਾਉਂਦੇ ਆ ਤੇ ਮਤਲਬ 200 ਦੀ ਸ਼ਰਾਬ ਪੀ ਲੈਂਦੇ ਆ ਘਰ ਚ ਜਿਹੜੇ ਮੱਧਮ ਵਰਗ ਵਾਲੇ ਕਈ ਵਾਰੀ ਘਰ ਚ ਕੁਝ ਹੋਰ ਚ ਪੂ ਵਾਵੇ ਨਾ ਆਵੇ ਹਜ਼ਾਰ ਦੀ ਬੋਤਲ ਜਰੂਰ ਆਣੀ ਛਾ ਮਨੂੰ ਟੇਬਲ ਤੇ ਇੱਕ ਮਤਲਬ ਸਾਈਕੀ ਇਹੋ ਜੀ ਬਣ ਜਾਂਦੀ ਹੈ ਸੋ ਗਰੀਬ ਤਬਕੇ ਦੇ ਵਿੱਚ ਨਸ਼ਾ ਜਿਹੜਾ ਵਾ ਕਿਉਂਕਿ ਇੱਕ ਤੇ ਆਮਦਨ ਦਾ ਸਾਧਨ ਹੈ ਉਹ ਕੀ ਕਰਦੇ ਨੇ ਕਿ ਉਹੀ ਵੇਚਣ ਵਾਲੇ ਨੇ ਹਮ ਹਮ ਤੇ ਜਦੋਂ ਵੇਚਦੇ ਵੇਚਣਾ ਹੈ ਤਾਂ ਉਹਨਾਂ ਕੋਈ ਨਾ ਕੋਤੇ ਉਹਦਾ ਵੀ ਸਵਾਦ ਲੈ ਲੈਣਾ ਹੈ ਉਹ ਚ ਫਸਦੇ ਜਾਂਦੇ ਆ ਹਮ ਹਮ ਜੋ ਤੱਕ ਬੇਰੋਜ਼ਗਾਰੀ ਦੀ ਸਮੱਸਿਆ ਤੁਸੀਂ ਕਹਿੰਦੇ ਜੇ ਬੇਰੋਜ਼ਗਾਰੀ ਹੈਗੀ ਆ ਪਰ ਉਹਦੇ ਚ ਮੈਂ ਇੱਕ ਚੀਜ਼ ਹੋਰ ਬਾਤ ਸਾਹਿਬ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਅੱਜ ਪੰਜਾਬ ਦੇ ਵਿੱਚ ਜਿੰਨੇ ਮੀ ਕਿੱਤੇ ਨੇ ਜੀ ਜਿਹੜੇ ਸਕਿਲਡ ਕਿੱਤੇ ਨੇ ਹਮਮ ਕੁਮਾਰ ਬਲ ਦਾ ਕੰਮ ਲਾ ਲੋ ਕੋਈ ਲੱਕੜ ਦਾ ਕੰਮ ਲਾ ਲੋ ਪੇਂਟ ਦਾ ਲਾ ਲੋ ਜਿਹਨੇ ਬਿਲਡਿੰਗ ਦੇ ਨਾਲ ਖਾਸ ਕਰਕੇ ਜਿਹੜੇ ਕੰਸਰਨ ਰੱਖਦੇ ਨੇ ਠੀਕ ਹੈ ਇਨਫਰਾਸਟ੍ਰਕਚਰ ਦੇ ਹਿਸਾਬ ਦੇ ਨਾਲ ਪਲੱਸ ਫੈਕਟਰੀਆਂ ਲਾ ਲੋ ਜਿੰਨੀਆਂ ਵੀ ਆ ਇੰਡਸਟਰੀ ਹੈ ਉੱਚ ਸਾਰੀ ਮੈਕਸਿਮ 80% ਲੇਬਰ ਜਿਹੜੀ ਹੈ ਉਹ ਸਾਰੀ ਬਾਹਰ ਦੀ ਆ ਕੇ ਕੰਮ ਕਰ ਰਹੀ ਹੈ ਪ੍ਰਵਾਸੀ ਮਜ਼ਦੂਰ ਪ੍ਰਵਾਸੀ ਮਜ਼ਦੂਰ ਸਾਡੇ ਉਥੇ ਕੰਮ ਹੀ ਨਹੀਂ ਕਰਦੇ ਇਹ ਤਾਂ ਹੁਣ ਕੀ ਕਰੀ ਇਹ ਤਾਂ ਗੱਲ ਹੀ ਸਮਝਾਉਂਦੀ ਸਾਨੂੰ ਜੀ ਜੇ ਤੇ ਹੋਵੇ ਵੀ ਚਲੋ ਸਾਡੇ ਕੋ ਫੈਕਟਰੀਆਂ ਨਹੀਂ ਹੈਗੀਆਂ ਹੁਣ ਫੈਕਟਰੀਆਂ ਹੈਗੀਆਂ ਨੇ ਸਾਰੀਆਂ ਫੈਕਟਰੀਆਂ ਚ ਪ੍ਰਵਾਸੀ ਮਜ਼ਦੂਰ ਨੇ ਆਪੇ ਜੁਰ ਰੋਟੀ ਖਾ ਸਕਦੇ ਸਾਡੇ ਨੂੰ ਕਿਉਂ ਨਹੀਂ ਮਿਲ ਸਕਦੀ ਮੈਂ ਇਹੀ 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 ਤੁਹਾਨੂੰ ਕਹਿ ਰਿਹਾ ਹੁਣ ਪਿੰਡ ਦਾ ਕੋਈ ਵੀ ਨੌਜਵਾਨ ਜਿਹੜਾ ਕੰਮ ਕਰਨ ਨੂੰ ਰਾਜੀ ਨਹੀਂਗਾ ਚਾਹੇ ਜ਼ਿਮੀਦਾਰ ਦਾ ਹੋਵੇ ਚਾਹੇ ਉਹ ਦੂਜਿਆਂ ਦਾ ਜੀ ਕੋਈ ਬੈਕਵਰਡ ਕਲਾਸ ਦਾ ਕੁਝ ਦੂਰ ਕਾਸ ਦਾ ਹੈ ਹੁਣ ਕੰਮ ਤੇ ਆਪਾਂ ਨੂੰ ਕਰਨਾ ਪੈਣਾ ਹੁਣ ਸਾਡੇ ਕੋ ਜੌਬ ਲੈਣ ਆਉਂਦੇ ਨੇ ਜੌਬ ਦਿਓ ਜੀ ਪੀ ਮਤਲਬ 10-12000 ਰੁਪਏ ਮਿਲ ਜੇ ਤੇ ਸਾਨੂੰ ਬੈਣ ਬੂਨ ਵਾਲਾ ਕੰਮ ਹੋਵੇ ਚ ਉਹ ਏਸੀ ਉਹ ਸੀ ਮਾੜਾ ਮੋਟਾ ਲੱਗਾ ਹੋਵੇ ਹੁਣ ਇਹ ਇੰਨੇ ਜਿਹਾ ਤੇ ਲੇਬਰ ਸਾਨੂੰ ਕਰਨੀ ਪੈਣੀ ਕਰਨੀ ਪੈਣੀ ਹੁਣ ਬਾਹਰ ਤੁਸੀਂ ਜਾਂਦੇ ਜੇ ਬਾਹਰ ਤੁਸੀਂ ਤੁਹਾਡੇ ਮਤਲਬ ਤੁਸੀਂ ਦੇਖਦੇ ਕੰਮ ਦਾ ਕੋਈ ਸਿਰਫ ਪੁੱਛਦੇ ਜੌਬ ਹੈਗੀ ਆ ਜੀ ਲੱਗ ਜਾਂਦੇ ਠਾ ਕਰਕੇ ਲੱਗ ਜਾਂਦੇ ਆ ਔਰ ਉਥੇ ਇਹ ਨਹੀਂ ਕਿ ਗੋਰੇ ਨਹੀਂ ਕਰਦੇ ਦੂਜੇ ਨਹੀਂ ਕਰਦੇ ਸਾਰੇ ਹੀ ਕਰਨ ਦੇ ਹਾਂ ਤੁਹਾਡੇ ਬਾਦੀ ਘਾਟੇ ਤਾਂ ਕਰਕੇ ਜੌਬ ਤੁਹਾਨੂੰ ਬਾਹਰ ਜਿਆਦੀਆਂ ਮਿਲ ਜਾਂਦੀਆਂ ਆਦਰਵਾਇਜ਼ ਨਹੀਂ ਤੇ ਉਹ ਵੀ ਉਥੇ ਕਰ ਸਕਦੇ ਆ ਪਰ ਸਾਡੇ ਬਰਤੀ ਕੰਮ ਦੀ ਘਟਦੀ ਜਾਂਦੀ ਹੈ ਜਿਹੜੀ ਸਭ ਤੋਂ ਚਿੰਤਾ ਦਾ ਵਿਸ਼ਾ ਹੈ ਅੱਜ ਕਹੀ ਜਾਂਦੇ ਨਾ ਕੰਮ ਨਹੀਂ ਹੈਗਾ ਤੁਸੀਂ ਦੇਖੋ ਲੁਧਿਆਣਾ ਹੈ ਸਾਰੀ ਇੰਡਸਟਰੀ ਜਿਹੜੀ ਹੈ ਉਹ ਸਾਰੇ ਪ੍ਰਵਾਸੀ ਆ ਕੇ ਚਲਾਉਂਦੇ ਨੇ ਆਪਣੀ ਕੋਈ ਨਹੀਂ ਚਲਾ ਸਕਦੇ ਅੱਫੇ ਕੋਈ ਇਹਨੇ ਪੰਜਾਬ ਚ ਰੋਜ਼ਗਾਰ ਨਹੀਂ ਰੋਜ਼ਗਾਰ ਆਪਾਂ ਕਿੰਨੂੰ ਗਿੰਦੇ ਹਾਂ ਜੀ ਇੱਥੇ ਰੋਜ਼ਗਾਰ ਗਿਣਿਆ ਜਾਂਦਾ ਵੀ ਲੱਖ ਰੁਪਏ 80000 ਵਾਲੀ ਸਰਕਾਰੀ ਤਨਖਾਹ ਹੋਵੇ 70000 ਵਾਲੀ ਆਪਣੀ ਮਰਜ਼ੀ ਨਾਲ ਜਾਵਾਂ ਆਪਣੀ ਨਾਲ ਆਵਾਂ ਤੇ ਗਰੰਟਡ ਹੋ ਜੇ ਕਿ ਮੇਰੀ ਲਾਈਫ ਸਿਕਿਉਰ ਹੋ ਗਈ ਹੈ ਹੁਣ ਬਾਹਰ ਕੋਈ ਸਰਕਾਰੀ ਜੋਬ ਹੈਗੀ ਹੈ ਤੁਸੀਂ ਆਪ ਦੱਸੋ ਬਾਹਰ ਸਾਰੀਆਂ ਪ੍ਰਾਈਵੇਟ ਨੇ ਪ੍ਰਾਈਵੇਟ ਪਤਾ ਨਹੀਂ ਉਹ ਮਹੀਨਾ ਚਲਣੀ ਕਿ 3 ਮਹੀਨੇ ਚਲਣੀ ਕਿ 6 ਮਹੀਨੇ ਚਲਣੀ ਹੈ ਪ੍ਰਾਈਵੇਟ ਦਾ ਜਵਾਬ ਦੇ ਦੇਣਾ ਹੈ ਹਾਂ ਬਿਲਕੁਲ ਪਰ ਜੇ ਤੁਸੀਂ ਕਰੋਗੇ ਜੀ ਅਗਲਾ ਤੁਹਾਨੂੰ ਵੱਧ ਡਾਲਰ ਵੀ ਦਿੰਦਾ ਤੇ ਤੁਹਾਨੂੰ ਜਾਣ ਵੀ ਨਹੀਂ ਦਿੰਦਾ ਹੂੰ ਹੂੰ ਜੇ ਤੁਸੀਂ ਕੰਮ ਕਰਦੇ ਜੇ ਉਹ ਤੁਹਾਨੂੰ ਤਰੱਕੀ ਵੀ ਦਿੰਦਾ ਤੁਹਾਨੂੰ ਕੰਮ ਵੀ ਮਿਲਦਾ ਪਰ ਇੱਥੇ ਇਹ ਚੀਜ਼ ਦਾ ਬੜਾ ਵੱਡਾ ਇੱਕ ਮਤਲਬ ਇਹ ਪਤਾ ਨਹੀਂ ਹੁਣ ਕਿਉਂ ਹੋ ਰਿਹਾ ਔਰ ਇਹਦੀ ਵਜ੍ਹਾ ਕੀ ਹੈ ਕੋਈ ਨਿਆਣਾ ਇਸ ਵੇਲੇ ਜਿਹੜਾ ਬਹੁਤੇ ਨਿਆਣੇ ਜਿਹੜੇ ਕੰਮ ਕਰਨਾ ਚਾਹੁੰਦੇ ਅੱਜ ਤੁਸੀਂ ਦੇਖੋ ਉਹ ਵਧੀਆ ਕੰਮ ਕਰ ਰਹੇ ਸਾਡਾ ਅੰਮ੍ਰਿਤਸਰ ਖਾਸ ਕਰਕੇ ਜਿਹੜਾ ਹਾਸਪੀਟਲਿਟੀ ਦੀ ਇੰਡਸਟਰੀ ਹੈ ਹੋਟਲ ਨਸੀ ਹੈ ਤੁਸੀਂ ਉਹਦੇ ਚ ਤਕਰੀਬਨ ਜਿਹੜੇ ਮੁੰਡੇ ਪੰਜਾਬੀ ਕੰਮ ਕਰਦੇ ਨੇ ਬੜਾ ਸੋਹਣਾ ਕੰਮ ਔਰ ਆਪਾਂ ਨੇ ਗਾਂ ਕੰਮ ਨੂੰ ਵਧਾਈ ਜਾਂਦੀ ਨੇ ਜੀ ਤੇ ਜਿਹੜੇ ਨਹੀਂ ਕਰਨਾ ਚਾਹੁੰਦੇ ਉਹਨਾਂ ਦੀ ਜਗ੍ਹਾ ਹੁਣ ਜਿਹੜੇ ਬਾਹਰੋਂ ਪ੍ਰਵਾਸੀ ਨੇ ਸਾਡੇ ਭਰਾ ਜੀ ਉਹ ਆ ਗਏ ਨੇ ਉਹ ਮਧ ਪ੍ਰਦੇਸ਼ ਤੋਂ ਆ ਗਿਆ ਕੋਈ ਕਸ਼ਮੀਰ ਤੋਂ ਆ ਗਿਆ ਕਿੱਥੇ ਆ ਗਿਆ ਪੈਰਸਾਂ ਦੇ ਵਿੱਚ ਵੇਟਰ ਦਾ ਕੰਮ ਵੀ ਜਿਹੜਾ ਵਾ ਮੈਕਸਿਮਮ ਉਹਨਾਂ ਕੋਲ ਹੈ ਸਾਡੇ ਨਿਆਣੇ ਮਤਲਬ ਕਿਸੇ ਨੂੰ ਪਾਣੀ ਪਿਉਣਾ ਵੀ ਮਤਲਬ ਉਹਨੂੰ ਜਦ ਕਿ ਅੱਗੇ ਸਾਡੇ ਇਹ ਸੁਭਾਅ ਚ ਹੁੰਦਾ ਹੈ ਕਿ ਨਹੀਂ ਯਾਰ ਸੇਵਾ ਕਰਨੀ ਉਹ ਵੀ ਨਹੀਂ ਸਾਡੇ ਨਿਆਣੇ ਕਰਨਾ ਚਾਹੁੰਦੇ ਆਇਲਾ ਸਾਹਿਬ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਤੁਸੀਂ ਆ ਕੇ ਲੀਡਰ ਬੰਦੇ ਅਸੀਂ ਜੋ ਮੰਨ ਕੇ ਚੱਲਦੇ ਹਾਂ ਕਿ ਭਾਈ ਲੀਡਰਾਂ ਨੂੰ ਆਮ ਬੰਦੇ ਦੀ ਮੁਸ਼ਕਲ ਦਾ ਨਹੀਂ ਪਤਾ ਹੁਣ ਜੇ ਤਾਂ ਆਮ ਘਰ ਦੇ ਵਿੱਚੋਂ ਕੋਈ ਬੰਦਾ ਆਇਆ ਹੋਵੇ ਤੁਸੀਂ ਕਦੇ ਤੁਹਾਨੂੰ ਲੱਗਾ ਹੋਵੇ ਕੋਠਾ ਚੋਂਦਾ ਕਿੱਦਾਂ ਹੁੰਦਾ ਪੱਠੇ ਕੀ ਹੁੰਦੇ ਕਦੇ ਤੁਹਾਨੂੰ ਜੇ ਤਾਂ ਕਿਉਂਕਿ ਤੁਸੀਂ ਲੀਡਰ ਹੋ ਤੁਸੀਂ ਆਮ ਲੋਕ ਨਹੀਂ ਜੇ ਤੁਹਾਨੂੰ ਪਤਾ ਹੋਵੇ ਕਿ ਜੂਨ ਦੇ ਵਿੱਚ ਜੇ ਕੱਦੂ ਕਰਨਾ ਪੈਂਦਾ ਮਈ ਚ ਕੱਦੂ ਕਰਨਾ ਪੈਂਦਾ ਤੇ ਉੱਪਰਲੇ ਪਾਸੇੋਂ ਗਰਮੀ ਕਿੰਨੀ ਖੁੰਦੀ ਹੈ ਜੇ ਤਾਂ ਕਦੇ ਕਹੀ ਜਿਹੜੀ ਹੈ ਉਹ ਪੁੱਠੀ ਸਿੱਧੀ ਫੜ ਕੇ ਪਾਈ ਕਿੱਦਾਂ ਰੋਡ ਡੋਡ ਜਿਹੜੀ ਉਹਨੂੰ ਬੰਦ ਕਰਨਾ ਕਿਉਂਕਿ ਆਮ ਬੰਦੇ ਦੀਆਂ ਮੁਸ਼ਕਲਾਂ ਕੋਈ ਬੰਦਾ ਬੱਸੇ ਚੜਦਾ ਉਹਨੂੰ ਪਤਾ ਹੈ ਕਿ ਭਾਈ ਜੇ ਬੱਸ ਸਟਾਪ ਨਹੀਂ ਬਣਿਆ ਤਾਂ ਗਰਮੀ ਚ ਕਿੱਦਾਂ ਖੜਨਾ ਹੈ ਉਹ ਮੁਸ਼ਕਲਾਂ ਲੀਡਰ ਨਹੀਂ ਜਾਣਦੇ ਹੁਣ ਤੁਸੀਂ ਤਾਂ ਮਿਲ ਜਾਂਦਾ ਤੁਹਾਨੂੰ ਤਾਂ ਭਾਈ ਥਾਲਾਂ ਚ ਪਰੋਸਿਆ ਹੈ ਭਾਈ ਟੱਬਰ ਦੇ ਵਿੱਚ ਵਾਟਸਐਪ ਇਥੋਂ ਨੰਗੇ ਗਏ ਆ ਚੋਂਦੇ ਮਕਾਨ ਵੀ ਸੀ ਸਾਡੇ ਮੈਂ ਉਹ ਚੋਂ ਉਹ ਤੁਸੀਂ ਸੰਭਾਲ ਦਿਓ ਕਿ ਸਾਨੂੰ ਮੈਂ ਦੱਸ ਰਿਹਾ ਹਾਂ ਜੀ ਤੇ ਅੱਜ ਜੀ ਚੋਂਦੇ ਮਕਾਨ ਮਕਾਨਾਂ ਚੋਂ ਨੰਗੇ ਆ ਔਰ ਖੱਥੀ ਵਾਈ ਕੀਤੀ ਆ ਔਰ ਤਪ ਦੀ ਝੋਨੇ ਵੀ ਲਾਉਂਦੇ ਰਹੇ ਕਣਕਾਂ ਵੀ ਵੜਦੇ ਰਹੇ ਆ ਟਿਕਟ ਪਰਿਵਾਰ ਚੋਂ ਕਿੰਨੇ ਦਵਾਈ ਪਰਿਵਾਰ ਚ ਟਿਕਟ ਹੈ ਹੀ ਕਿਸੇ ਕੋਲ ਨਹੀਂ ਮੈਨੂੰ ਪਹਿਲੀ ਮਿਲੀ ਹੈ ਜੀ ਪਰਿਵਾਰ ਸਿਆਸੀ ਨਹੀਂ ਸੀ ਬਿਲਕੁਲ ਨਹੀਂ ਜੀ ਕੀ ਕਰਦੇ ਸੀ ਪਰਿਵਾਰ ਵਾਲੇ ਪਰਿਵਾਰ ਇੱਕ ਸਧਾਰਨ ਕਿਸਾਨ ਪਰਿਵਾਰ ਸੀ ਪਿਤਾ ਜੀ ਜੌਬ ਕਰਦੇ ਸੀ ਪਹਿਲੋਂ ਮਿਲਟਰੀ ਸੀ ਮਿਲਟਰੀ ਤੋਂ ਬਾਅਦ ਜੌਬ ਛੱਡ ਕੇ ਤੇ ਉਹ ਆ ਗਏ ਅ ਗੋਣਾੜਕ ਦੇ ਯੂਨੀਵਰਸਿਟੀ ਚ ਪਹਿਲੋਂ ਥੋੜਾ ਜਿਹਾ ਇਰੀਗੇਸ਼ਨ ਆਫਿਸ ਸੀ ਜੀ ਫਿਰ ਇੱਥੇ ਆ ਗਏ ਕਲੈਰੀਕਲ ਜੌਬ ਸੀ ਉਹਨਾਂ ਕੋਲ ਤੇ ਸ਼ਹਿਰ ਲੱਗੇ ਜ਼ਮੀਨ ਸੀ ਜੀ ਤੋਂ ਜ਼ਮੀਨ ਜੋ ਸ਼ਹਿਰ ਵਾਦੇ ਕੁਦਰਤੀ ਗੱਲ ਹੈ ਉਹਨਾਂ ਨਾਲ ਉਹ ਅ ਮਤਲਬ ਪਲਾਟਿੰਗ ਚ ਆ ਜਾਂਦੀ ਠੀਕ ਹੈ ਜੀ ਸੋ 90 92 ਤੋਂ ਜਿਵੇਂ ਸ਼ੁਰੂ ਹੋਏ ਉਹ ਫਿਰ ਉਤੋਂ ਬਾਅਦ ਅਸੀਂ ਵਾਦੇ-ਵਾਦੇ ਹੌਲੀ-ਹੌਲੀ ਸਮਾਜ ਸੇਵੀ ਕੰਮਾਂ 'ਚ ਆ ਗਏ ਠੀਕ ਹੈ ਜੀ ਤੁਹਾਡੇ ਪਿੰਡਾਂ ਦੀ ਕੋਈ ਕੰਮ ਲੋਡ ਪੈਣੀ ਉੱਥੇ ਕੰਮ ਕਰ ਦੇਣਾ ਕੋਈ ਟਰੈਕਟਰ ਚਲਾਇਆ ਹੀ ਕਦੀ ਟਰੈਕਟਰ ਚਲਾਇਆ ਨਹੀਂ ਟਰੈਕਟਰ ਨਾਲ ਵਾਈ ਕਰਦੇ ਨੇ ਪ੍ਰੋਪਰ ਆਪਣੀ ਵਾਣੀ ਤੇ ਫਿਰ ਕਿਰਾਏ ਤੇ ਵੀ ਜਾ ਕੇ ਵਾਣੀ ਗੁਰਜੀਤ ਸਿੰਘ ਔਜਲਾ ਜਾਨੀ ਕਿਰਾਏ ਤੇ ਟਰੈਕਟਰ ਪਾਉਂਦਾ ਰਿਆ ਆਪਣਾ ਟਰੈਕਟਰ ਜਾ ਕੇ ਕਿਰਾਏ ਤੇ ਫਿਰ ਜ਼ਮੀਨ ਅਗਲੀ ਕਿਰਾਏ ਤੇ ਵੀ ਕਿਸੇ ਨੇ ਕੋਈ 10 ਕਿੱਲੇ ਵਾਉਣੇ ਤਾਂ ਉਹ ਚੱਲਦਾ ਹੁੰਦਾ ਸੀ 35-40 ਰੁਪਏ ਪਰੜ ਦਾ ਚੱਲਣਾ ਮਤਲਬ ਉਹ ਵੀ ਜਾਨੀ ਗੁਰਜੀਤ ਸਿੰਘ ਔਜਲਾ ਪਰਨਾ ਪਿੱਛੇ ਸਿੱਟ ਕੇ ਇਦਾਂ ਐ ਬਿਵਤੌਣ ਬਿਲਕੁਲ ਬਿਲਕੁਲ ਬਾਈ ਆਪਾਂ ਦੇਖੋ ਹੱਥੀ ਕੰਮ ਕੀਤੀ ਐ ਕੜਕਾ ਕੱਢਦੇ ਰਹ ਝੋਨੇ ਝਾੜਨੇ ਝੋਨੇ ਲਾਉਣੇ ਮੈਂ ਹੁਣ ਕਰੋਨਾ ਚ ਤੁਸੀਂ ਸ਼ਾਇਦ ਤੁਹਾਡੇ ਧਿਆਨ ਚ ਨਹੀਂ ਆਇਆ ਹੋਊਗਾ ਸਾਡੇ ਜਿਹੜੇ ਬੱਚੇ ਜਦੋਂ ਗਏ ਨਾ ਕਰੋਨਾ ਚ ਇੱਕਦਮ ਲੋਕੀ ਡਰ ਗਏ ਜੀ ਸਾਰੇ ਬੱਚੇ ਵਾਪਸ ਜਿੱਦਾ ਜਿੱਦਾ ਜਿੱਥੇ ਵੀ ਹੈਗਾ ਜੀ ਕੋਈ ਇੰਡੀਆ ਚ ਸੀ ਉਹਨੇ ਵਾਪਸ ਮੰਗਾਲਿਆ ਸਾਰੇ ਉੰਗਾਲੇ ਹੁਣ ਸ਼ਹਿਰ ਵਾਲੇ ਬੱਚੇ ਚਲੇ ਗਏ ਪਿੰਡਾਂ ਚ ਠੀਕ ਹੈ ਅਰਬਨ ਚ ਕੰਮ ਕਰਦੇ ਸੀ ਰੂਰਲ ਚਲੇ ਗਏ ਮੁਸ਼ਕਲ ਆ ਗਈ ਲੇਬਰ ਆਈ ਨਾ ਸਾਡੇ ਜੀ ਹੁਣ ਲੇਬਰ ਬਾਹਰ ਟ੍ਰੇਨਾਂ ਚਲਦੀਆਂ ਤੇ ਆਉਣੀ ਸੀ ਫਸ ਗਏ ਸਾਰੇ ਫਸ ਗਏ ਸਾਰੇ ਹੁਣ ਪਿੰਡਾਂ 'ਚ ਸਾਰੀ ਜਗ੍ਹਾ ਗੱਲ ਹੈ ਵੀ ਲੇਬਰ ਨਹੀਂ ਹੈਗੀ ਕਰੀਏਗੀ ਮੈਂ ਕਹੇਗੀ ਲੇਬਰ ਨਹੀਂ ਹੈਗੀ ਮੁੰਡੇ ਨੌਜਵਾਨ ਹੁਣ ਤੇ ਪਿੰਡਾਂ 'ਚ ਵਾਪਸ ਆ ਗਏ ਆਂਦੇ 'ਚ ਕੰਮ ਨਹੀਂ ਕਰਨਾ ਚਾਹੁੰਦਾ ਕਿ ਜਿਹੜਾ ਨੌਜਵਾਨ ਵਾਪਸ ਆ ਗਿਆ ਜੀ ਮੈਂ ਕਹਿਆ ਯਾਰ ਇਹ ਬੜੀ ਤੇ ਵਿਫਤਾ ਬਣੀ ਹੈ ਫਿਰ ਝੋਨਾ ਲਾਉਣਾ ਹੈ ਜੀ ਮੈਂ ਆਪਣਾ ਇੱਕ ਸਾਡਾ ਜਾਣਕਾਰ ਸੀ ਮੁੰਡਾ ਉਹਨੂੰ ਮੈਂ ਫੋਨ ਕੀਤਾ ਮੈਂ ਕਹਿਆ ਯਾਰ ਕਦੋਂ ਵੇਖਦੇ ਹੋਇਆ ਜੀ মিডিਆ ਨੂੰ ਬੁਲਾਇਆ ਮੈਂ ਕਹਿਆ ਉਹ ਚੱਲੀ ਠੀਕ ਹੈ ਮੈਂ ਕਹਿਆ ਆਪਾਂ ਲਾਉਨੇ ਝੋਨਾ ਅੱਛਾ ਆਪ ਝੋਨਾ ਲਾਇਆ ਫੇ ਆਪ ਝੋਨਾ ਲਾਇਆ ਔਰ ਤੁਸੀਂ ਯਕੀਨ ਕਰਿਓ ਉਹਦਾ ਅਸਰ ਇਹ ਨਾ ਹੋਇਆ ਕਿ ਪਿੰਡਾਂ ਦੇ ਵਿੱਚ ਲੋਕਾਂ ਫਿਰ ਆ ਬਹਿ ਕੇ ਕਹੇ ਯਾਰ ਜੇ ਸਾਡਾ ਇਹ ਮੈਂਬਰ ਪਾਰਲੀਮੈਂਟ ਚੋਂ ਨਾ ਲਾ ਸਕਦਾ ਤੇ ਤੁਹਾਨੂੰ ਕੀ ਤਕਰੀਫ ਹੈ ਤੁਸੀਂ ਸ਼ਹਿਰੋਂ ਆ ਗਏ ਇੱਥੇ ਦੋ ਦਿਨ ਆ ਸਾਡੇ ਨਾਲ ਕੰਮ ਮਾਪਾ ਬਾਬ ਨਾਲ ਹੱਥ ਨਹੀਂ ਮਿਟਾ ਸਕਦੇ ਇਹਦਾ ਅਸਰ ਹੋਇਆ ਕਿ ਆਪੋ ਆਪਣੇ ਖੇਤਾਂ 'ਚ ਲਾਉਣਾ ਆਪੋ ਆਪਣੇ 'ਚ ਜੇ ਅਜਿਹੇ ਫਰਜ਼ ਕਰੂ ਤਾਈ ਤਾਤੀ ਦੇ ਚਾਚਾਏ ਚਾਚੇ ਦੇ 7-8 ਮੁੰਡੇ ਜਿੱਦਾਂ ਰਾਲ ਕੇ ਬਾਰੀਸਰ ਲਾ ਲਓ ਬਾਰੀਸਰ ਲਾ ਲਓ ਠੀਕ ਹੈ ਤੇ ਜੇ ਕੋਈ ਮਤਲਬ ਗਰੀਬ ਪਰਿਵਾਰ ਦਾ ਬੱਚਾ ਬਾਹਰੋਂ ਆ ਗਿਆ ਤੇ ਉਹ ਜੇ ਬਾਹਰ ਨਹੀਂ ਗਿਆ ਉੱਥੋਂ ਬਾਹਰੋਂ ਆ ਗਿਆ ਤੇ ਇੱ ਅੱਜ ਉਹ ਕੰਮ ਹੀ ਕੰਮ ਜਦੋਂ ਕੰਮ ਹੱਥੀਂ ਜਾਣਦੇ ਹੋਈ ਹੈ ਨਾ ਤੇ ਕੋਈ ਦਿੱਕਤ ਨਹੀਂ ਸੋ ਇਹ ਸਾਰੇ ਕੰਮ ਅਸੀਂ ਹੱਥੀਂ ਕੱਢੇ ਆ ਠੀਕ ਹੈ ਜੀ ਵਾਈ ਖੇਤੀ ਦਾ ਕੰਮ ਵੀ ਕੱਢਿਆ ਔਰ ਜ਼ਿਮੀਂਦਾਰਾ ਵੀ ਕੱਢਿਆ ਔਰ ਵਪਾਰਕ ਤੌਰ ਤੇ ਵੀ ਅਸੀਂ ਜਿਹੜਾ ਕੰਮ ਕਰਦੇ ਹਾਂ ਕਰਦੇ ਹਾਂ ਜੀ ਪੰਜਾਬ ਦੇ ਲੋਕਾਂ ਬੰਦੇ ਨਿਰਵੋਟਾ ਪਾਦਨ ਦੇ ਦਾ ਮਤਲਬ ਤੁਹਾਡੇ ਸਾਹਮਣੇ ਬਣਾਇਆ ਜੀ ਕਾਉਂਸਲਰ ਵੀ ਉਹਨਾਂ ਡਟ ਕੇ ਬਣਾਏ ਸੀ ਕਾਉਂਸਲਰ ਵੀ ਉਦੋਂ ਸਾਡੀ ਆਪੋਜੀਸ਼ਨ ਪਾਰਟੀਆਂ ਦੀ ਬਣ ਨਹੀਂ ਦੇਣਾ ਠੀਕ ਪਰ ਲੋਕਾਂ ਨੇ ਲੱਤ ਲਾ ਕੇ ਬਣਾਇਆ ਸੀ ਠੀਕ ਹੈ ਜੀ ਔਰ ਇੱਕ ਵਾਹਿਦ ਇਲੈਕਸ਼ਨ ਹੋਈ ਸੀ ਪੰਜਾਬ 'ਚ ਹਮ ਹ ਤੁਸੀਂ ਨੇ ਸ਼ੁਰੂ ਚ ਗੱਲ ਕੀਤੀ ਸੀ ਮੈਂ ਕਿਹਾ ਸੀ ਚਲੋ ਕੋਈ ਗੱਲ ਨਹੀਂ ਹੁਣ ਫੇ ਅਸੀਂ ਵੀ ਲੀਡਰ ਘੇਰਨੇ ਹੁੰਦੇ ਆ ਬਿਲਕੁਲ ਚਾਹੀਦੇ ਵੀ ਤੁਸੀਂ ਕਿਹਾ ਜੀ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਅਸੀਂ ਜੰਤਰ ਮੰਤਰ ਤੇ ਬੈਠੇ ਰਾਤ ਨੂੰ ਤਾਂ ਘਰੇ ਜਾ ਕੇ ਸੌਂਦੇ ਹਣੇ ਸਰਕਾਰੀ ਕੋਠੀਆਂ ਮਿਲੀਆਂ ਔਜਲਾ ਸਾਹਿਬ ਹੁਣ ਮੁਕਰਿਓ ਨਾ ਇਸ ਗੱਲ ਤੋਂ ਵੀ ਜਦੋਂ মিডিਆ ਮੁੜੀਆਂ ਆਉਂਦਾ ਸੀ ਉਹਦੇ ਬਾਰੇ ਨਹੀਂ ਮੁਕਰਨਾ ਨਹੀਂ ਗਾ ਦੇਖੋ ਮੁਕਰਣ ਵਾਲੀ ਆਦਤ ਨਹੀਂ ਰੱਖੀ ਇਸ ਗੱਲ ਦੀ ਜੇ ਹੋਊਗਾ ਕੋਈ ਤਾਂ ਜਰੂਰ ਦੱਸਾਂਗੇ ਤੁਹਾਨੂੰ ਠੀਕ ਹੈ ਜੀ ਸੋ ਉਹ ਸਮਾਂ ਇਹੋ ਜਿਹਾ ਸੀ ਕਿ ਉਹਦੇ ਚ ਅਸੀਂ ਤੁਹਾਡੇ ਤੋਂ ਇਲਾਵਾ ਲੋਕ ਸਾਡੇ ਤੇ ਵੈਸੇ ਹੀ ਬੜੀ ਨਿਗਰ ਰੱਖੀ ਬੈਠੇ ਸੀ ਠੀਕ ਹੈ ਵੀ ਸ਼ਾਇਦ ਪਹਿਲਾਂ ਤਾਂ ਸਾਡਾ ਇਹ ਹੁੰਦਾ ਕਿ ਇਹਨਾਂ ਬੰਦਿਆਂ ਨੇ ਧਰਨਾ ਦਿੱਤਾ ਤੇ ਹੁਣ ਜਦੋਂ ਪੁਲਿਸ ਆ ਗਈ ਹੌਲੀ ਜਿਨਾਂ ਨੂੰ ਫੜ ਕੇ ਖੜਨਗੇ ਉਸ ਤੋਂ ਬਾਅਦ ਧਰਨਾ ਮੁੱਕ ਜਾਣਾ ਇਹਨਾਂ ਦਾ ਜੀ ਆਮ ਤੌਰ ਤੇ ਇਹ ਹੁੰਦਾ ਆ ਤੇ ਇਹ ਲੋਕਾਂ ਦੇ ਮਨ ਦੀ ਇੱਕ ਧਾਰਨਾ ਸੀ ਠੀਕ ਹੈ ਤੇ ਉਹ ਲੋਕਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਬੜੇ ਪੱਕੇ ਮੰਨ ਲਏ ਹੂੰ ਹੂੰ ਕਿਉਂਕਿ ਅਸੀਂ ਤੇ ਤਰਲ ਮੱਛੀ ਹੋਣ ਦੇ ਅਸੀਂ ਕਿਉਂਕਿ ਜਿਹਦੇ ਮਨ ਚ ਦਰਦ ਹੈ ਉਹਨੂੰ ਤੇ ਤਕਲੀਫ ਹੋਣੀ ਹੈ ਜੀ ਅਸੀਂ ਤੇ ਜਦੋਂ ਜਿੱਦੜ ਸਾਡੀ ਆ ਤੁਸੀਂ ਉਦੋਂ ਦੀਆਂ ਵੀਡੀਓ ਵੇਖੋ ਜਦੋਂ ਬਿਲ ਆਏ ਅਸੀਂ ਤੇ ਮਰਨ ਤੱਕ ਗਏ ਵੀ ਸਾਡਾ ਵੀ ਕਰਾਂਗੇ ਕੀ ਵੀ ਜੇ ਤੁਸੀਂ ਹਾਲ ਸਾਰਾ ਕੁਝ ਕਰਤਾ ਤੇ ਸਾਡੇ ਮਨ ਚ ਤੇ ਦਰਦ ਸੀ ਪਰ ਲੋਕ ਆਪਣੀ ਜਗ੍ਹਾ ਸੱਚੇ ਸੀ ਕਿਉਂਕਿ ਇਦਾਂ ਹੁੰਦਾ ਆ ਠੀਕ ਹੈ ਤੇ ਉਹ ਫਿਰ ਤੁਸੀਂ ਵੇਖੋ ਕਿ ਰਾਤਾਂ ਤੱਕ ਅਸੀਂ ਰਾਤ ਲਗਾਤਾਰ ਹੀ ਉੱਥੇ ਰਹਿੰਦੇ ਸਾਂ ਕਦੇ ਸੁੱਤੇ ਰਾਤ ਉੱਥੇ ਪੂਰੀ ਰਾਤ ਉੱਥੇ ਸੁੱ ਉਸੀਂ ਲਗਾਤਾਰ ਸਾਰੇ ਇਕੱਠੇ ਰਹੇ ਅਸੀਂ ਕਿਉਂਕਿ ਤਿੰਨ ਅਸੀਂ ਮੈਂਬਰ ਪਾਰਲੀਮੈਂਟ ਸਾਂ ਮੈਂ ਸੀ ਰਵਨੀਤ ਬਿੱਟੂ ਸੀ ਜਸਪੀਰ ਗਿੱਲ ਡਿੰਪਾ ਜੀ ਤੇ ਨਾਲ ਕੁਲਬੀਰ ਜੀ ਦਾ ਠੀਕ ਹੈ ਉੱਤੇ ਇਕੱਠੇ ਸਾਂ ਫਿਰ ਅਸੀਂ ਕਿਉਂਕਿ ਪਿੱਛੋਂ ਵੀ ਹੁਣ ਦੇਖੋ ਪਿੱਛੇ ਵੀ ਪ੍ਰਭਾਵ ਇਹ ਸੀ ਕਿ ਯਾਰ ਤੁਸੀਂ ਸਾਡੇ ਲੋਕ ਲੋਕ ਸਾਡੇ ਕੰਮ ਕੌਣ ਕਰੂਗਾ ਤੁਸੀਂ ਇੱਥੇ ਫਿਰ ਅਸੀਂ ਹਫਤਾ ਹਫਤਾ ਆਪਣਾ ਬੰਨ ਲਿਆ ਸੀ ਵੀ ਦੋ ਬੰਦੇ ਹਫਤੇ ਐਸੇ ਹੋਣਗੇ ਦੋ ਅਗਲੇ ਹਫਤੇ ਆਉਣਗੇ ਮੱਛਰ ਮੱਛਰ ਲੜਿਆ ਉੱਥੇ ਪੂਰਾ ਡਟ ਕੇ ਦੇਖੋ ਭਾਈ ਮੱਛਰ ਜਾਲੀ ਲਾਈ ਹੁੰਦੀ ਹੈ ਬਾਕੀ ਸਾਰੇ ਪੱਤਰਕਾਰ ਭੈਣ ਭਰਾ ਤੁਸੀਂ ਤਾਂ ਚਲੋ ਉਸ ਸਮੇਂ ਬਾਹਰ ਸੋ ਜੀ ਪਰ ਇੱਥੇ ਜਿੰਨੇ ਵੀ ਕਿਉਂਕਿ ਸਾਡੇ ਆਪੋਜੀਸ਼ਨ ਵਾਲੇ ਵੀ ਜਿਹੜੇ ਸੀ ਉਹ ਚਾਹੁੰਦੇ ਸੀ ਕਿ ਵੇਖੋ ਜੀ ਰਾਤ ਬੁਖਾ ਦੀਏ ਬਥੇ ਕੋਈ ਹੈ ਨਹੀਂ ਖਾਲੀ ਪਿਆ ਟੈਂਡ ਉਹ 2 ਵਜੇ 3 ਵਜੇ 4 ਵਜੇ ਆ ਜਾਂਦੇ ਸੀ ਹੂੰ ਹੂੰ ਤੇ ਅਸੀਂ ਤਾਂ ਚਲੋ ਖੈਰ ਉਹ ਉਹ ਆਪਣੀ ਡਿਊਟੀ ਕਰਦੇ ਅਸੀਂ ਆਪਣੀ ਕਰ ਲਏ ਸਾਂ ਔਜਲਾ ਸਾਹਿਬ ਮੈਨੂੰ ਇੱਕ ਗੱਲ ਦੱਸਿਓ ਇਦਾਂ ਤਾਂ ਨਹੀਂ ਕਦੀ ਲੱਗਦਾ ਯਾਰ ਫਸ ਗਏ ਨਾ ਪੰਗਾ ਲੈਂਦੇ ਤਾਂ ਵਧੀਆ ਕਿ ਮਨਜ ਭਾਵਨਾ ਸੀਗੀ ਨਹੀਂ ਕਦੀ ਇਦਾਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਆਈ ਕਿਉਂਕਿ ਅਸੀਂ ਮਨ ਚ ਲੈ ਕੇ ਬੈਠੇ ਸਾਂ ਜੀ ਔਰ ਇਹ ਅਸੀਂ ਪਹਿਲਾਂ ਅਨਾਉਂਸ ਕੀਤਾ ਵੀ ਅਸੀਂ ਧਰਨਾ ਜਦ ਦਿਨ ਧਰਨਾ ਚੁੱਕਣਗੇ ਉਹ ਤੋਂ ਦੋ ਦਿਨ ਬਾਅਦ ਚੁੱਕਾਂਗੇ ਠੀਕ ਹੈ ਜਿੱਦਾਂ ਕਿਸਾਨ ਜਾਣਗੇ ਅਸੀਂ ਦੋ ਦਿਨ ਬਾਅਦ ਹੀ ਚੁੱਕਿਆ ਸੀ ਜਿੱਦਨੇ ਮੁੜਨਗੇ ਵੀ ਇੱਕ ਦਾ ਰਾਜੋ ਫੇਰਨਾ ਮੋੜਾ ਨੂੰ ਵੀ ਅਸੀਂ ਫੇਰ ਕਹਿਣ ਵੀ ਰਾਜ ਯਾਰ ਚੇਤਾ ਭੁੱਲ ਗਿਆ ਸੀ ਕੋਈ ਆ ਵੀ ਮੁੱਦੇ ਰਹਿ ਗਏ ਤਾਂ ਆਪਾਂ ਰੁਕਣਾ ਹੈ ਜੇ ਤੇ ਅਸੀਂ ਕਹਿੰਦੇ ਜਿੱਦਨੇ ਮੁੜ ਕੇ ਪਹੁੰਚ ਜਾਣਗੇ ਤੇ ਫੇਰ ਅਸੀਂ ਚੁੱਕਾਂਗੇ ਤੇ ਫੇਰ ਚੱਕਿਆ ਸੀ ਅਸੀਂ ਔਰ ਧਰਮਾ ਵੀ ਕੇਜਰੀਵਾਲ ਸਾਹਿਬ ਜਿੱਥੋਂ ਐਮਐਲਏ ਬਣਦੇ ਜੰਤਰ ਮੰਤਰ ਉੱਥੇ ਲਾਇਆ ਜਿੱਥੇ ਕਿਹਨੂੰ ਲਾਉਣ ਵੀ ਨਹੀਂ ਦਿੰਦੇ ਠੀਕ ਹੈ ਔਰ ਪੁਲਸ ਨਾਲ ਵੇਰ ਕੇ ਲਾਇਆ ਸੀ ਪੁਲਸ ਚੱਕਦੀ ਸੀ ਫਿਰ ਫਿਰ ਜਦੋਂ ਇਹੋ ਜੇ ਕੰਮ ਕਰਨ ਜਿਹੜੇ ਜਥੇਬੰਦੀਆਂ ਤੁਰੀਆਂ ਜੀ ਧਰਨਾ ਲਾਉਣ ਵੀ ਦਿੱਲੀ ਤੁਰੇ ਸੀ ਇਹਨਾਂ ਨੂੰ ਰਾਜ ਰੋਗ ਦਿੱਤਾ ਗਿਆ ਅਸੀਂ ਕਹਾਂ ਕੋਈ ਨਹੀਂ ਜੇ ਤੁਹਾ ਤੁਸੀਂ ਨਹੀਂ ਨਾ ਪਹੁੰਚ ਸਕੇ ਤੇ ਸਾਡੇ ਸਾਡੇ ਤੁਹਾਡੇ ਪੁੱਤ ਇੱਥੇ ਬੈਠੇ ਨੇ ਅਸੀਂ ਕਰਾਂਗੇ ਜਿੰਨੀ ਚਾਰਾ ਜੋਈ ਸਾਡੇ ਕੋ ਉਹ ਔਇਲਾ ਸਾਹਿਬ ਹੁਣ ਇੱਕ ਸਾਲ ਤੇ ਮੈਨੂੰ ਐ ਲੱਗਦਾ ਹੈ ਕਿ ਵੱਧ ਤੋਂ ਵੱਧ ਜੇ ਆਪਾਂ ਸਿਰੇ ਲਾ ਲਈਏ ਤਾਂ 4 ਮਹੀਨੇ ਇਲੈਕਸ਼ਨ ਚ ਤੁਹਾਡੀ ਚੋਣ ਦੁਆਰਾ ਲੋਕ ਸਭਾ ਦੀ ਹੋਣੀ ਹੈ ਟਿਕਟ ਤਾਂ ਸੈਟਿੰਗ ਹੈ ਮੈਨੂੰ ਮਿਲ ਹੀ ਜਾਂਦੀ ਹੈ ਹੁਣ ਤਾਂ ਕੋਈ ਰੌਲਾ ਨਹੀਂ ਸੁਖਣਾ ਦੋ ਵਾਰੀ ਬਣੇ ਹੋ ਆਪੋਜੀਸ਼ਨ ਵੀ ਪਾਰਟੀ ਚ ਕੋਈ ਨਹੀਂ ਤੇ 6 ਮਹੀਨੇ ਪਹਿਲਾਂ ਪ੍ਰਚਾਰ ਸ਼ੁਰੂ ਹੋ ਜਾਣਾ ਜਾਨੀ ਕੁੱਲ ਮਿਲਾ ਕੇ ਤੁਹਾਡੇ ਕੋਲ ਸਾਲ ਮਸਾਈਆਂ ਕੀ ਦੱਸੋਗੇ ਲੋਕਾਂ ਨੂੰ ਕਿ ਗੁਰਜੀਤ ਸਿੰਘ ਔਜਲਾ ਸਾਹਿਬ ਨੇ ਐਤਕੀ ਕੀ ਕਰ ਦਿੱਤਾ ਐਸਾ ਕਿਹੜਾ ਕੱਦੂ ਜਤੀਰ ਮਾਰਿਆ ਐਮਪੀ ਬਣ ਕੇ ਕਿਹੜਾ ਕੋ ਮਸਲਾ ਹੱਲ ਕਰਾਇਆ ਕਿਹੜੀਆਂ ਕੋ ਗਰੰਟਾ ਵੰਡੀਆਂ ਚਾਹੇ ਕੇਂਦਰ ਸਰਕਾਰ ਤੋਂ ਕੋ ਪ੍ਰੋਜੈਕਟ ਲਿਆਂਦਾ ਕਿ ਭਾਈ ਲੋਕੋ ਮੇਰੇ ਕੋਲ ਵੋਟਾਂ ਪਾ ਦਿਓ ਮੈਂ ਤਾਂ ਪੁੱਛਿਆ ਕਿਉਂਕਿ ਜਿਹੜੇ ਅਰਵਿੰਦ ਕੇਜਰੀਵਾਲ ਦੀਆਂ ਬਦਖੋਈਆਂ ਕਰਦੀ ਹੈ ਕਾਂਗਰਸ ਪਾਰਟੀ ਉਹ ਕਹਿੰਦੇ ਸੀ ਜੇ ਮੈਂ ਦਿੱਲੀ 'ਚ ਕੰਮ ਕੀਤਾ ਤਾਂ ਵੋਟਾਂ ਪਾ ਦਿਓ ਨਹੀਂ ਤਾਂ ਰਹਿਣ ਤੇ ਤੁਹਾਡੇ ਕੋਲ ਕੁਝ ਦੱਸਣ ਹੋਇਆ ਨਹੀਂ ਇਹੀ ਇਹੀ ਗ বিজে গুরুજી দোয়লে নম্বর স্যার দি কাম ਕੀਤਾ জি তো ভোট আ পাও যে ਨਹੀਂ ਕੀਤਾ تے نہ পাও ਕਹੋਗੇ 100% ਕਹੂੰਗਾ ਅਸੀਂ ਅੱਜ ਕਲਪ ਮੈਂ بار بار ਦਿਖਾਉਣੀ ਆ ਮੈਂ ਅੱਜ ਤੁਹਾਨੂੰ ਕਹਿ ਦਿੰਨਾ ਠੀਕ ਹੈ ਕਿ ਜੇ ਇਹ ਗੁਰੂ ਨਗਰੀ ਦੇ वास्ते ਕੰਮ ਕੀਤਾ ਹੋਊਗਾ ਤੇ ਮੈਨੂੰ ਵੋਟ ਪਾਇਓ ਜੇ ਨਹੀਂ ਕੀਤਾ ਤੇ ਨਾ ਪਾਇਓ ਤੁਸੀਂ ਸਟੇਟਮੈਂਟ ਪੜੀ ਦੇ چلے ਮੈਂ ਦੇ ਦਿੱਤੀ ਜੀ আচ্ছা ਠੀਕ ਹੈ ਜੇ ਕੀਤੇ ਆ ਤੇ ਫਿਰ ਬੰਦਾ ਬੰਦਾ ਡਰਦਾ ਤੇ ਤਾਂ ਹੀ ਨਹੀਂ ਨਾ ਜਪੈਰ ਤੇ ਤਾਂ ਹੀ ਥੜਕਣਗੇ ਨਾ ਜ ਨਹੀਂ ਕੀਤਾ ਕੋਈ ਤੇ ਠੀਕ ਹੈ ਜੀ ਜੇ ਕੰਮ ਕੀਤੇ ਹੋਣਾ ਤੇ ਫਿਰ ਤੇ ਨਹੀਂ ਕੋਈ ਆਪਣਾ ਸਟੇਟਮੈਂਟ ਦੇ ਉਹਨੂੰ ਪਰੌਬਲ ਮੈਂ ਦੇਂ ਜੀ ਜਿੰਨੇ ਕਿਸੇ ਨੇ ਕੰਮ ਨਹੀਂ ਕੀਤਾ ਜੀ ਸੂਪਰ ਮਾਤਮਾ ਨੇ ਮਿਹਰ ਰੱਖੀ ਆ ਅਸੀਂ ਹਰ ਖਿੱਤੇ ਤੇ ਕੰਮ ਕੀਤਾ ਉਹ ਡਿਟੇਲ ਦੇ ਵਿੱਚ ਅਸੀਂ ਹੁਣ ਮੇਰਾ ਖਿਆਲ ਜਨਵਰੀ ਫਰਵਰੀ ਤੋਂ ਅਸੀਂ ਆਪਣਾ ਸਾਰਾ ਦੁਬਾਰਾ ਕਿਉਂਕਿ ਬਹੁਤ ਚਿਰ ਬਾਅਦ ਲੋਕਾਂ ਨੂੰ ਵੀ ਕਈਰ ਚੇਤੇ ਆ ਭੁੱਲ ਜਾਂਦਾ ਵੀ ਕਿਹੜੇ-ਕਿਹੜੇ ਕੰਮ ਸੀ ਕਿੱਦਾਂ ਹੋਏ ਆ ਜੀ ਅਸੀਂ ਉਹਨੂੰ ਰਿਵਿਊ ਲੋਕਾਂ ਦੇ ਸਾਹਮਣੇ ਰੱਖੀ ਜਾਣੇ ਆ ਹਮ ਹਮ ਡੇ ਬਾਈ ਡੇ ਤੇ ਮੇਰਾ ਖਿਆਲ ਵੀ 365 ਦਿਨ ਸਾਡੇ ਕੋ ਘੱਟ ਹੋਣਗੇ ਆਪਣੀ ਗੱਲ ਦੱਸਣ ਵਾਸਤੇ ਵੀ ਹੋਇਲਾ ਸਾਹਿਬ ਗੁੱਸਾ ਨਾ ਕਰਿਓ ਨਹੀਂ ਨਹੀਂ ਗੁੱਸਾ ਨਹੀਂ ਗੱਲ ਬੰਦੀ ਲੰਘਾ ਖੁੱਲਿਆ ਸੀ ਸ੍ਰੀ ਕਰਤਾਰਪੁਰ ਸਾਹਿਬ ਦਾ ਜੀ ਮੈਨੂੰ ਕਦੇ ਨਹੀਂ ਸੀ ਆਸ ਕਿਉਂਕਿ ਸਿੱਦੇ ਛੋਟੇ ਹੁੰਦੇ ਸੀ ਕੁਲਦੀਪ ਸਿੰਘ ਬਡਾਲਾ ਸਾਹਿਬ ਜਾਂਦੇ ਹੁੰਦੇ ਸੀ ਅਰਦਾਸ ਕਰਨ ਤੇ ਖਬਰ ਲਗਣੀ ਅਖਬਾਰਾਂ 'ਚ ਪੜ੍ਹਦੀਆਂ ਸੋਸ਼ਲ ਮੀਡੀਆ ਤੋਂ ਤਾਂ ਹੋ ਹੀ ਨਹੀਂ ਸੀ ਕਿ ਭਾਈ ਅਰਦਾਸ ਹੋਈ ਹੈ ਉੱਥੇ ਗੁਰਜੀਤ ਸਿੰਘ ਔਜਲਾ ਗੁਰੂ ਨਗਰੀ ਤੋਂ ਚੁਣ ਕੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਗਏ ਆ ਥੋੜਾ ਕੋ ਨਾ ਤੇ ਪਾਉਣ ਜੁਗਾ ਯੋਗਦਾਨ ਹੈਗਾ ਕਿਤੇ ਗਲਗਲ ਚੱਕੀ ਕਦੀ ਅਜੇ ਤੱਕ ਕੋਈ ਇੱਕ ਰਿਕਾਰਡ ਰਕੂੜੋ ਵੀ ਉਦੋਂ ਹੀ ਨਾ ਦੱਸਿਓ ਰਿਕਾਰਡ ਚਾਹ ਤਾਂ ਦੱਸਿਓ ਪਾਟ ਸਾਹਿਬ ਮੈਂ ਇਹਨਾਂ ਜਿਹੜੀ ਆ ਤੁਸੀਂ ਹੁਣ ਗੱਲ ਕਰ ਲਈ ਨਾ ਆਸਤੇ ਜੀ ਤੇ ਮੇਰੇ ਵੀ ਰੌਂਗਟੇ ਜੇ ਖੜੇ ਹੋ ਗਏ ਕਿਉਂਕਿ ਮੈਨੂੰ ਲੱਗਦਾ ਰੱਬ ਨੇ ਬਣਾਇਆ ਮੈਨੂੰ ਕਿਸੇ ਕਾਰਨ ਕਰਕੇ ਸੀ ਹਮਮੈਂ ਮੈਂ ਨਾ ਜਦੋਂ 2000 ਆਪਣੇ ਕੋ ਟਾਈਮ ਹੈਗਾ ਹੈਗਾ ਜੀ ਕੋਈ ਨਹੀਂ ਮੈਂ ਜਦੋਂ 2000 17 ਚ ਪਹਿਲੀ ਨਹੀਂ ਬਣਿਆ ਨਾ ਤੇ ਉਸ ਤੋਂ ਪਹਿਲਾਂ ਮੈਂ ਇਹ ਨਾਲੇ ਤਿਆਰੀ ਕਰਦਾ ਸੀ ਐਮਐਲਏ ਦੀ ਠੀਕ ਹੈ ਜੀ ਤੇ ਮੈਨੂੰ ਸਾਡੇ ਪਿੰਡ ਦੇ ਮੀਰਾਕੋਟ ਦੇ ਸਾਡੇ ਜਾਣਨ ਵਾਲੇ ਬੰਦੇ ਡਾਕਟਰ ਅਨਸਾਨ ਸਿੰਘ ਦਾ ਪਰਿਵਾਰ ਹੈ ਉੱਥੇ ਰਹਿੰਦੇ ਡੇਰੇ ਬਾਬੇ ਇਹਨਾਂ ਨੇ ਹਮਮ ਉਹਨਾਂ ਮੈਨੂੰ ਬੁਲਾਇਆ ਕਿ ਤੇ ਮੱਥਾ ਟੇਕ ਦਿਓ ਠੀਕ ਹੈ ਤੁਸੀਂ ਗਰੂ ਨਗਰੂ ਨਾਲਕ ਦੇ ਇੱਥੇ ਡੇਰੇ ਬਾਬੇ ਨਾਲ ਕੇ ਮੱਥਾ ਟੇਕ ਕੇ ਜਾ ਤੇ ਮੈਂ ਤੁਹਾਨੂੰ ਇਹ ਵੀ ਕਹਿ ਸਕਦਾ ਵੀ ਮੈਂ ਗਿਆ ਸੀ ਮੈਂ ਕਦੀ ਗਿਆ ਨਹੀਂ ਸੀ 45 ਸਾਲ ਦੀ ਉਮਰ ਤੱਕ ਵੀ ਮੈਂ ਕਦੀ ਡੇਰੇ ਬਾਬੇ ਨਾਨਕ ਨਹੀਂ ਸੀ ਗਿਆ ਠੀਕ ਹੈ ਜੀ ਅੱਛਾ ਮੰਨ ਗਏ ਹੋ ਜੀ ਨਹੀਂ ਜਿਹੜੀ ਦੇਖੋ ਮੈਂ ਵਟਸਐਪ ਮੈਂ ਤੁਹਾਨੂੰ ਇੱਕ ਗੱਲ ਕਹਾਂ ਜਿਹੜੀ ਗੱਲ ਕਵਾਂਗੇ ਮੇਰੇ ਮੇਰੀ ਆਦਤ ਨਹੀਂ ਹੈ ਕਿ ਗੱਲ ਬਣਾ ਕੇ ਪੇਸ਼ ਕਰਨ ਜਿਹੜੀ ਨਹੀਂ ਹੈਗੀ ਹੈਗੀ ਜਿਹੜੀ ਨਹੀਂ ਹੈਗੀ ਉਹ ਨਹੀਂ ਹੈਗੀ ਨਹੀਂ ਹੈਗੀ ਹੁਣ ਏਡੇ ਵੱਡੇ ਜੇ ਗੱਲ ਏਡੇ ਵੱਡੇ ਕਾਰਜ ਦੀ ਗੱਲ ਕਰ ਰਹੇ ਹਾਂ ਤੇ ਫਿਰ ਉੱਚ ਝੂਠ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਚਲੋ ਮੈਂ ਗਿਆ ਮੈਨੂੰ ਲੈ ਕੇ ਗਏ ਮੈਨੂੰ ਇਹ ਵੀ ਨਹੀਂ ਪਤਾ ਕਿ ਰਸਤਾ ਇੱਥੋਂ ਖੁੱਲਣ ਦੀ ਇੱਥੇ ਕੋਈ ਚੱਲਦੀ ਆ ਚੱਲ ਅਸੀਂ ਦਰਸ਼ਨ ਮੇਲੇ ਕੀਤੇ ਜਾ ਕੇ ਉੱਥੇ ਜੋ ਦਰਸ਼ਨ ਮੇਲੇ ਕੀਤੇ ਤੇ ਕੁਦਰਤੀ ਗੱਲ ਹੈ ਥੱਲੇ ਪੱਤਰਕਾਰ ਸੀ ਉਹਨਾਂ ਪੁੱਛ ਲਿਆ ਜੀ ਤੁਸੀਂ ਇਹਦੇ ਬਾਰੇ ਕੀ ਕਰੋਗੇ ਜੀ ਤੇ ਉਹਨਾਂ ਮੈਨੂੰ ਦੱਸਿਆ ਕਿ ਇੱਥੋਂ ਰਸਤਾ ਮੰਗਦੀ ਐ ਸੰਗਤ ਉੱਥੇ ਜਾ ਕੇ ਪਤਾ ਲੱਗਾ ਭਾਈ ਗੁਲਦੀਪ ਸਿੰਘ ਮਡਾਲਾ ਜੀ ਦਾ ਉੱਥੇ ਜ਼ਿਕਰ ਹੋਇਆ ਕਿ ਉਹ ਅਰਦਾਸ ਕਰਦੇ ਉਹਨਾਂ ਦੀ ਹਰ ਮਹੀਨੇ ਆਉਂਦੇ ਨੇ ਇੱਥੇ ਤੇ ਹੋਰ ਵੀ ਸੰਗਤਾਂ ਦੀਆਂ ਬੜੀਆਂ ਅਰਦਾਸਾਂ ਨੇ ਇਸ ਕੰਮ ਦੇ ਵਿੱਚ ਜੀ ਉਮਰ ਕਹਿ ਲੱਗੇ ਜੀ ਤੁਸੀਂ ਕੁਝ ਕਰੋਗੇ ਮੈਂ ਕਿਹਾ ਜੇ ਮੈਂ ਐਮਐਲਏ ਬਣਿਆ ਤੇ ਮੈਂ ਇਹਦੇ ਲਈ ਜਰੂਰ ਕੰਮ ਕਰੂੰਗਾ ਇਹਨੂੰ ਖੋਲਾ ਹੁੰਦੀ ਕੋਸ਼ਿਸ਼ ਕਰਾਂਗੇ ਉਹ ਹੁੰਦਾ ਜੀ ਕਈ ਆਏ ਕਈ ਗਏ ਤੇ ਬਿਆਨ ਦੇ ਜਾਂਦੇ ਆ ਤੇ ਮੁੜ ਕੇ ਕੋਈ ਪੱਤਰਕਾਰ ਵੀ ਕਹਿੰਦਾ ਉਹ ਵੀ ਕੋ ਤੁਹਾਡੇ ਮਤਲਬ ਸੁਭਾਤਾ ਸੀ ਉਹ ਕਹਿੰਦਾ ਭਈ ਬੜੇ ਆਉਂਦੇ ਬੜੇ ਜਾਂਦੇ ਆ ਤੇ ਇਥੇ ਬਿਆਨ ਦੇ ਜਾਂਦੇ ਆ ਉਹਨਾਂ ਗੱਲ ਜਿਵੇਂ ਬੰਦੇ ਦੇ ਦਿਮਾਗ ਚ ਪੈ ਜਾਂਦੀ ਹੁਣ ਮੈਨੂੰ ਤਾਂ ਪਤਾ ਨਹੀਂ ਸੀ ਵੀ ਇਹ ਐਮਐਲਏ ਦਾ ਕੰਮ ਹੀ ਨਹੀਂ ਹੈਗਾ ਕੰਮ ਤੇ ਮੈਂਬਰ ਪਾਰਲੀਮੈਂਟ ਦਾ ਜੇ ਕੋਈ ਕਰ ਸਕਦਾ ਹੋਊਗਾ ਤੇ ਅੱਛਾ ਹਲਕਾ ਵੀ ਮੇਰਾ ਨਹੀਂ ਉਹ ਗਰਦਾਸਪੁਰ ਚ ਪਿੰਦਾ ਪਰ ਬਾਬੇ ਨਾਨਕ ਦਾ ਘਰ ਸਾਂਝ ਤੋ ਮੈਂ ਉਹ ਗੱਲ ਕਹਿ ਦਿੱਤੀ ਹੁਣ ਮੇਰੀ ਚਲੋ ਕਿਸੇ ਵੀ ਕਾਰਨ ਟਿਕਟ ਮੈਨੂੰ ਐਮਐਲਏ ਦੀ ਨਹੀਂ ਮਿਲੀ ਮੈਨੂੰ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਦਿੱਤੀ ਠੀਕ ਹੈ ਜੀ ਉਦਾਂ ਵੱਡਾ ਹੋ ਗਿਆ ਉਦਾਂ ਚਲੋ ਰੱਬ ਲਓ ਔਰ ਪਹਿਲੀ ਵਾਰ ਮੈਂ ਬਣਿਆ ਜੀ ਨਾ ਮੈਂ ਐਮਐਲਏ ਰਿਆ ਨਾ ਮੈਨੂੰ ਕੋਈ ਤਜਰਬਾ ਪਤਾ ਕਿ ਮੈਂ ਕਹਾਂ ਕਿ ਮੈਨੂੰ ਬੜਾ ਤਜਰਬਾ ਸੀ ਕਿਵੇਂ ਕੰਮ ਹੋਣੇ ਆ ਕਿਵੇਂ ਬਿੱਲ ਪੇਸ਼ ਹੋਣੇ ਆ ਕਿਵੇਂ ਗੱਲ ਕਰਨੀ ਜੀ ਕੁਦਰਤੀ ਜਦੋਂ ਸਾਡੇ ਜਦੋਂ ਮੈਂ ਬਣਿਆ ਤੇ ਸਾਡੀ ਸਾਨੂੰ ਪੁੱਛਿਆ ਗਿਆ ਵੀ ਤੁਸੀਂ ਕਿਹੜੀ ਕਮੇਟੀ ਲਓਗੇ ਸਾਡੇ ਦਫ਼ਤਰ ਚੋਂ ਕਾਂਗਰਸ ਦੇ ਬਹਿਖਿਆ ਜੀ ਕਮੇਟੀ ਕੀ ਹੁੰਦੀ ਆ ਉਹਦੇ ਜੀ ਸਟੈਂਡ ਪਾਰਲੀਮੈਂਟ ਸਟੈਂਡਿੰਗ ਕਮੇਟੀ ਹੋਰ ਇਹਦਾ ਬੜਾ ਤਕੜਾ ਰੋਲ ਹੁੰਦਾ ਹੈ ਠੀਕ ਹੈ ਜੀ ਤੇ ਇਹਦੇ 20 ਐਮਪੀ ਹੁੰਦੇ ਆ ਲੋਕ ਸਭਾ ਦੇ 10 ਰਾਜ ਸਭਾ ਦੇ ਤੇ ਸਾਰੀਆਂ ਪਾਰਟੀਆਂ ਦੇ ਰਲੇ ਹੁੰਦੇ ਕੋਈ ਨਹੀਂ ਵੀ ਇੱਕ ਪਾਰਟੀ ਦੀ ਇੱਕ ਕਮੇਟੀ ਆ ਤੇ ਜਿਹੜੀ ਇਹ ਗੱਲ ਕੋਈ ਕਰ ਦੇਣਾ ਤੇ ਉਹਦੇ ਸਰਕਾਰ ਤਵੱਜੂਂ ਦਿੰਦੀ ਹੈ ਠੀਕ ਹੈ ਸੋ ਮੈਨੂੰ ਉਹਨੇ ਕਿਹਾ ਜੀ ਤੁਸੀਂ ਮੈਂ ਮੈਂ ਕਿਹਾ ਜੀ ਕਿਹੜੀ ਕਮੇਟੀਾਂ ਦੇ ਡਿਫੈਂਸ ਦੀ ਮੈਂ ਕਿਹਾ ਜੀ ਮੈਂ ਡਿਫੈਂਸ ਸੀ ਕੀ ਕਰਨਾ ਮੇਰਾ ਕੰਮ ਨਹੀਂ ਕੋ ਕੈਪਟਨ ਸਾਹਿਬ ਸੀ ਮੇਰੇ ਤੋਂ ਪਹਿਨੋ ਉਹ ਡਿਫੈਂਸ ਦੀ ਕਮੇਟੀ ਦਾ ਮੈਂਬਰ ਸੀ ਉਹਨੇ ਕਿਹਾ ਵੀ ਜੇ ਐਮਪੀ ਉੱਥੋਂ ਆਏ ਤਾਂ ਚਲੋ ਮੈਂਬਰ ਵੀ ਉਹੀ ਬਣ ਜੇ ਮੈਂ ਕਿਹਾ ਜੀ ਮੈਂ ਉਹ ਨਹੀਂ ਲੈਣੀ ਜੀ ਮੈਨੂੰ ਕੋਈ ਕਿਸਾਨਾਂ ਵਾਲੀ ਦੇ ਦਿਓ ਕੋ ਰੇਲਵੇ ਵਾਲੀ ਦੇ ਦਿਓ ਕੋ 에ਰਪੋਰਟ ਵਾਲੀ ਕੋਈ ਜਿਹੜੇ ਮੁੱਦੇ ਸੀ ਮੇਰੇ ਲੱਗੇ ਠੀਕ ਹੈ ਤੇ ਮੈਂ ਦੋਦੀ ਉਹਦੇ ਤੇ ਧਿਆਨ ਨਾ ਸੋਚੇ ਹੂੰ ਹੂੰ ਚਲੋ ਮੈਨੂੰ ਕਿਸੇ ਨੇ ਜਦੋਂ ਮੈਂ ਮੈਂ ਨਾ ਕਰਤੀ ਥੋੜੇ ਚਿਰ ਬਾਅਦ ਮੈਂ ਕਿਸੇ ਨੇ ਸਲਾਹ ਕੀਤੀ ਉਥੇ ਅਸੀਂ ਨਾ ਕਰਤੀ ਤੇ ਉਹਦੇ ਪਰ ਫਿਲ ਵੀ ਹੋ ਗਈ ਕਿਉਂਕਿ ਦੀ ਡਿਮਾਂਡ ਜ਼ਿਆਦੀ ਹੈ ਉਥੇ ਕੁਦਰਤੀ ਜਿਵੇਂ ਸਾਡੇ ਸ਼ਸ਼ੀ ਥਰੂਰ ਚੇਅਰ ਜਨ ਸੀ ਉਹਦੋਂ ਐਕਸਟਰਨਲ ਫੇਅਰ ਕਮੇਟੀ ਦੀ ਸਟੈਂਡਿੰਗ ਕਮੇਟੀ ਦੀ ਇਹਨਾਂ ਦਾ ਪੀਏ ਖੜਾ ਸੀ ਠੀਕ ਹੈ ਮੇਨਾਂ ਦਾ ਸਾਡੇ ਇੱਕ ਮੈਂਬਰ ਦੀ ਲੋੜ ਹੈ ਤੇ ਤੁਸੀਂ ਸਾਡੇ ਕੋ ਆ ਜਾਓ ਕਿਉਂਕਿ ਹਰ ਇੱਕ ਨੂੰ ਲੋੜ ਹੁੰਦੀ ਹੈ ਵੀ ਸੇ ਮੇਰੀ ਪਾਰਟੀ ਦਾ ਬੰਦਾ ਆ ਜਾਏ ਕੋਈ ਕੱਲ ਨੂੰ ਕੋਈ ਮਤਾ ਪਾਸ ਕਰਨਾ ਕੋਸ਼ਿਸ਼ ਕਰਨਾ ਤੇ ਵੱਧ ਹੁੰਦਾ ਜੀ ਮੈਂ ਤੁਹਾਡੀ ਕਾਦੀ ਕਮੇਟੀਾਂ ਦੇ ਐਕਸਟਰਨਲ ਫੇਰ ਮੈਂ ਉੱਚ ਗਿਆ ਹੁੰਦਾ ਅਦੇ ਪਾਸਪੋਰਟ ਤੇ ਜਿੰਨੇ ਬਾਟਰ ਦੇ ਏਰੀਏ ਮੈਨੂੰ ਹੋਰ ਗੱਲ ਤੇ ਸੁਝੀ ਨਹੀਂ ਮੈਂ ਹਰ ਪਾਸਪੋਰਟਾਂ ਵਾਲਾ ਕੰਮ ਠੀਕ ਹੈ ਉਹ ਸਾਡੇ ਪੈਰਾਂ ਰੋਲਾ ਕੋਈ ਨਾ ਕੋਈ ਪਿਆ ਰਿੰਦਾ ਚਲੋ ਹੱਲ ਕਰਾਂਗੇ ਜੀ ਮੈਂ ਬਣ ਗਿਆ 15 ਦਿਨਾਂ ਦਾ ਟੂਰ ਬਣ ਗਿਆ ਟੂਰ ਉਥੋਂ ਦਾ ਬੜਿਆ ਨਹੀਂ ਹਮ ਹਮ ਕਰਤਾਰਪੁਰ ਸਾਹਿਬ ਦਾ ਤਾਂ ਕੋਈ ਜਿਕਰੀਆ ਨਹੀਂ ਹੋ ਗਿਆ ਉਹਨਾਂ ਨੂੰ ਵੀ ਨਹੀਂ ਪਤਾ ਜੀ ਫਿਰ ਉਹ ਕਰਤਾਰਪੁਰ ਸਾਹਿਬ ਵਿੱਚ ਐਡ ਕਰਾਇਆ ਠੀਕ ਹੈ ਤੇ ਔਰ ਉੱਥੇ ਕਮੇਟੀ ਮੈਂ ਲੈ ਕੇ ਗਿਆ ਜੀ ਸਾਰੀ ਲਾਂਗੇ ਦੇ ਕੋਲ ਸ਼ਸ਼ੀ ਤਰੂਰ ਹਣੀ ਬਕਾਇਦਾ ਗਏ ਚੇਅਰਮੈਨ ਸੀ ਲਾਂਗੇ ਦੇ ਉੱਤੇ ਹੋਰ ਵੀ ਕੋ ਐਮਪੀ ਸੀ ਐਮਪੀ ਮੇਰਾ 12 13 ਐਮਪੀ ਨਾਲ ਗਏ ਸੀ ਠੀਕ ਹੈ ਜੀ ਔਨ ਰਿਕਾਰਡ ਆ ਸੋ ਔਨ ਰਿਕਾਰਡ ਗਏ ਨੇ ਇਸ ਕਰਾਤਾ ਕਿਹੜੇ ਸਾਲ ਦੀ ਗੱਲ ਹੋਊਗੀ 17 ਦੀ ਜਦੋਂ ਮੈਂ ਬੜਿਆ 15 ਦਿਨਾਂ ਵਾ 20 ਦਿਨਾਂ ਵਾ ਕਮੇਟੀ ਚ ਰਹੀ ਜੀ ਉੱਥੇ ਕੋਈ ਟੂਰ ਮੈਂ ਨਹੀਂ ਬਣਾਇਆ ਮੈਂ ਫੇਰ ਤੁਹਾਨੂੰ ਕਹਿੰਦਾ ਨਾ ਮੈਂ ਕਮੇਟੀ ਦਾ ਨਾ ਮੈਂ ਟੂਰ ਬਣਾਉਂ ਚ ਪਰ ਪਹਿਲਾਂ ਬੜਿਆ ਸੀ ਤੇ ਮੈਂ ਵਿੱਚ ਐਡ ਕਰਾਤਾ ਮੈਂ ਕਿਹਾ ਜੀ ਉੱਥੇ ਕਿਉਂਕਿ ਦਿਮਾਗ ਸੀ ਮੇਰੇ ਉੜੀ ਗਏ ਨੇ ਕਿ ਕੁਝ ਬੜੇ ਆਏ ਬੜੇ ਗਏ ਉਹ ਤੇ ਮੈਂ ਉਹਨਾਂ ਨੂੰ ਪੁੱਛਿਆ ਨਾ ਮੈਂ ਕਿਹਾ ਜੀ ਇਹ ਹੁੰਦਾ ਹੈ ਕਿ ਜੀ ਇਹ ਜਿਹੜੇ ਜਿਹੜੇ ਮਸਲਿਆਂ ਦੇ ਨਾਲ ਸਰਦਾਂ ਦੇ ਲੱਗਦੇ ਉਹਨਾਂ ਦੀ ਵੀ ਗੱਲ ਜਿਹੜੀ ਕਮੇਟੀ 'ਚ ਆਪਾਂ ਕਰ ਸਕਦੇ ਹਾਂ ਠੀਕ ਹੈ ਸੋ ਉਹਦਾ ਉਹਦਾ ਹਿੱਸਾ ਸੀ ਸਾਰੀ ਜਦੋਂ ਮੈਂ ਸਟੱਡੀ ਕੀਤਾ ਇਸ ਚੀਜ਼ ਜੀ ਸੋ ਉੱਥੇ ਕਮੇਟੀ ਚਲੇ ਗਏ ਅਸੀਂ ਕਮੇਟੀ ਨੂੰ ਜਾ ਕੇ ਉੱਥੇ ਵਿਖਾਇਆ ਮੌਕੇ ਤੇ ਹੁਣ ਇੱਕ ਗੱਲ ਕਹੇ ਦੇਣੀ ਦੂਰੋਂ ਹੋਰ ਹੁੰਦੀ ਹੈ ਜਦੋਂ ਅੱਖੀਂ ਵੇਖ ਲੋ ਅੱਖੀਂ ਵੇਖਦਾ ਫਰਕ ਹੁੰਦਾ ਜੀ ਸੋ ਜਦੋਂ ਕਮੇਟੀ ਵਾਪਸ ਆਈ ਦਿੱਲੀ ਫਿਰ ਉਹ ਕਮੇਟੀ ਦੇ ਵਿੱਚ ਕਿਉਂਕਿ ਉਹਦੇ ਮੈਂਬਰ ਸਾਡੇ ਰਾਹੁਲ ਗਾਂਧੀ ਵੀ ਉਹਦੇ ਮੈਂਬਰ ਸੀ ਸ਼ਰਦ ਪੁয়ারਜੀ ਦੀ ਬੇਟੀ ਉਹ ਵੀ ਉਹਦੀ ਮੈਂਬਰ ਸੀ ਸੁਪਰੀਆ ਸੁੱਲੇ ਜੀ ਜੈ ਬਚਨ ਜੀ ਵੀ ਉਹਦੇ ਮੈਂਬਰ ਸੀ ਅਮਰ ਸਿੰਘ ਡਾਕਟਰ ਕਰਨ ਸਿੰਘ ਹੁਣੀ ਸਾਰੇ ਮਤਲਬ ਬੜੇ ਬੜੇ ਬੜੀ ਪਾਵਰਫੁਲ ਕਮੇਟੀ ਹੈ ਠੀਕ ਹੈ ਜੀ ਸੋ ਫਿਰ ਮੈਂ ਸਾਰਿਆਂ ਨੂੰ ਰਿਕਵੈਸਟ ਕੀਤੀ ਇਸ ਗੱਲ ਦੀ ਕਿਉਂਕਿ ਉਦੋਂ ਥੋੜਾ ਜਿਹਾ ਸਾਡਾ ਤਕਰਾਰ ਬਹੁਤ ਚੱਲਦੀ ਸੀ ਪਾਕਿਸਤਾਨ ਦੇ ਨਾਲ ਸਾਡੇ ਸਿਰ ਸਿਰ ਵੱਢ ਕੇ ਲੱਗੀ ਸੀ ਆਪਣੇ ਆਰਮੀ ਦੇ ਫੌਜੀਆ ਦੇ ਚੀਦ ਹੋ ਗਈ ਸੀ ਸਾਡੇ ਉਦੇ ਕਰਕੇ ਸਾਰੇ ਹਿੰਦੁਸਤਾਨ 'ਚ ਤਕਰਾਰ ਸੀ ਤੇ ਅਸੀਂ ਕਿਹਾ ਜੀ ਮੈਂ ਕਿਹਾ ਦੇਖੋ ਇਹ ਗੁਰੂ ਨਾਨਕ ਦਾ ਸ਼ਾਂਤੀ ਦਾ ਇੱਕ ਮਾਰਗ ਬਣਨਾ ਹੈ ਜੀ ਤੇ ਜੇ ਕਿਰਪਾ ਕਰਕੇ ਤੁਸੀਂ ਇਹਦੇ 'ਚ ਸਿਫਾਰਿਸ਼ ਕਰ ਦਿਓ ਕਰਨਾ ਨਾ ਕਰਨਾ ਸਰਕਾਰ ਦਾ ਕੰਮ ਹੈ ਜੀ ਤੁਸੀਂ ਸਿਫਾਰਿਸ਼ ਤੇ ਕਰੋ ਹੂੰ ਹੂੰ ਸੋ ਉਹ 'ਚ ਰਿਟਨ ਅਸੀਂ ਸਬਮਿਟ ਕੀਤੀ ਰਿਪੋਰਟ ਕਮੇਟੀ ਦੀ ਉਹਦੇ ਵਿੱਚ ਬਕਾਇਦਾ ਇਹਦਾ ਜ਼ਿਕਰ ਕਰਕੇ ਠੀਕ ਹੈ ਔਰ ਉਹ ਇੱਕ ਕੱਲ ਨੂੰ ਕੋਈ ਲਾਂਗੇ ਦੀ ਕੋਈ ਪ੍ਰੋਬਲਮ ਆ ਜਾਏ ਕੋਈ ਗੱਲਬਾਤ ਹੋਵੇ ਜੀ ਸਰਕਾਰ ਕੋਈ ਐਵੀਡੈਂਸ ਹੈ ਕਰਨਾ ਸੀ ਕਿਉਂ ਖੋਲਿਆ ਜੀ ਤੋ ਕਹਿਣਗੇ ਸਟੈਂਡਿੰਗ ਕਮੇਟੀ ਦੀ ਸਿਫਾਰਿਸ਼ ਤੇ ਖੋਲਿਆ ਸੋ ਉਹ ਅਸੀਂ ਪੇਸ਼ ਕੀਤੀ ਲੋਕ ਸਭਾ ਚ ਸਾਡੀਆਂ ਰਿਪੋਰਟ ਜਦੋਂ ਪੇਸ਼ ਕਰਦੇ ਹਾਂ ਦਸੰਬਰ ਚ 17 ਚ ਅਕਤੂਬਰ ਪਹਿਲੇ ਦੂਜੇ ਮਹੀਨੇ ਸਾਨੂੰ ਜਵਾਬ ਆ ਗਿਆ ਕਿਉਂਕਿ ਉਹਨਾਂ ਨੇ ਲੋਕ ਸਭਾ ਜੀ ਜਵਾਬ ਦੇਣਾ ਜੋ ਸਟੈਂਡਿੰਗ ਕਮੇਟੀ ਦਾ ਜਵਾਬ ਮਿਲਦਾ ਹੈ ਜਿਹੜਾ ਉਹ ਐਕਸਟਰਨਲ ਫੇਅਰ ਨੇ ਜਵਾਬ ਦਿੱਤਾ ਨਾ ਮਿਨਿਸਟਰੀ ਸੀ ਉਹਨਾਂ ਨੇ ਕਿਹਾ ਜੀ ਬਿਲਕੁਲ ਅਸੀਂ ਇਹਦੇ ਤੇ ਤਵਜੂ ਕਰਾਂਗੇ ਰਿਟਨ ਹੈ ਉਹਦੇ ਵਿੱਚ ਰਿਟਨ ਹੈ ਦੋਵੇਂ ਚੀਜ਼ਾਂ ਆਨਸਰ ਵੀ ਰਿਟਨ ਹੈ ਔਰ ਰਿਪੋਰਟ ਸਬਮਿਟ ਜੀ ਤੁਸੀਂ ਇਕੋ ਐਮਪੀ ਸੀ ਉਹ ਚ ਆ ਮੈਂ ਨਹੀਂ ਉਸ ਕਮੇਟੀ 'ਚ ਬ੍ਰਹਮਪੁਰਾ ਸਾਹਿਬ ਵੀ ਹੈਗੇ ਸੀ ਪਰ ਉਹ ਆਉਂਦੇ ਨਹੀਂ ਸੀ ਹੁੰਦੇ ਉਹ ਕੱਟ ਆਉਂਦੇ ਸੀ ਠੀਕ ਹੈ ਜੀ ਉਸ ਸ਼ਾਇਦ ਸਿੱਧ ਨਹੀਂ ਸੀ ਜੀ ਉਹ ਨਹੀਂ ਹੁੰਦੇ ਉਸ ਕਮੇਟੀ 'ਚ ਕੱਟ ਸੀ ਤੁਸੀਂ ਉਹ ਫਿਰ ਉਸ ਕਮੇਟੀ ਦੇ ਵਿੱਚ ਅਸੀਂ ਉਹ 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 ਬਣ ਗਿਆ ਸ਼ੁਰੂ ਹੋ ਗਿਆ ਕੰਮ ਫਿਰ ਜਿਹੜੀ ਸਾਡੀ ਸੈਂਟਰ ਗਵਰਨਮੈਂਟ ਹੈ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਫਿਰ ਕੋਸ਼ਿਸ਼ ਕਰਕੇ ਉਸ ਸਮੇਂ ਨਵਾਜ਼ ਸ਼ਰੀਫ ਸਨ ਜੀ ਉਹਨਾਂ ਨਾਲ ਇਹਨਾਂ ਨੂੰ ਕੋਈ ਜਿਹੜਾ ਜਿੱਦਾਂ ਜੋ ਮੇਰੇ ਕੋਲ ਇਨਫੋਰਮੇਸ਼ਨ ਸੀ ਕਿ ਜਿਹੜਾ ਸ਼ੇਖ ਸੀਯੂਐਚ ਦਾ ਉਹਦੇ ਥਰੂ ਗੱਲਬਾਤ ਕਰਕੇ ਤੇ ਇਹਨੂੰ ਉਹਨਾਂ ਨੇ ਲਾਈਨ ਲਾਈਨ ਚ ਲਿਆਂਦਾ ਜੀ ਤੇ ਫਿਰ ਆ ਕੇ ਉਦੋਂ ਗਵਰਨਮੈਂਟ ਚੇਂਜ ਹੋ ਗਈ ਇਮਰਾਨ ਖਾਨ ਆ ਗਏ ਹਮ ਹਮ ਤੇ ਕੁਦਰਤੀ ਗੱਲ ਜਿਹੜਾ ਉਦੋਂ ਪ੍ਰਾਈਮ ਮਿਨਿਸਟਰ ਸੀ ਜੀ ਫਿਰ ਅੱਗੇ ਉਹਨਾਂ ਨੇ ਕਿ ਕਿਉਂਕਿ ਇਹ ਗੱਲਾਂ ਨੇ ਅ 2018 ਦੀ ਸਟਾਰਟ ਦੀ ਹੈ ਉਹ ਆਉਂਦੇ ਕਰੀਬ ਅਕਤੂਬਰ ਨਵੰਬਰ ਅਕਤੂਬਰ ਚ ਅਕਤੂਬਰ ਚ ਆਉਂਦੇ ਨੇ ਤੇ ਨਵੰਬਰ ਦਸੰਬਰ ਚ ਦਾ ਦੁਗਟ ਨੋ ਜਾਂਦਾ ਸੋ ਇਹ ਪਰਮਾਤਮਾ ਨੇ ਜਿਹੜੀ ਸੇਵਾ ਦਾ ਯੋਗਦਾਨ ਹੈਗਾ ਹੀ ਉਹ ਚ ਇਹ ਜਿਹੜਾ ਜਿਹੜਾ ਰਿਟਨ ਹੈ ਜੀ ਤੁਹਾਡੇ ਜਿਹੜੀ ਚੀਜ਼ ਇੱਕ ਪੁਖਤਾ ਸਬੂਤ ਹੈ ਜੀ ਔਰ ਉਸ ਤੋਂ ਉਸ ਤੋਂ ਪਹਿਲਾਂ ਉਹਦੋਂ ਕਿ ਮੈਂ ਖਲਾਇਆ ਜੀ ਮੈਂ ਵੀ ਕੋਸ਼ਿਸ਼ ਕੀਤੀ ਸੀ ਮੇਰਾ ਨਾ ਇੱਕ ਮੰਨਣਾ ਹੈ ਜੀ ਵੇਖੋ ਮੈਨੂੰ ਜੋ ਰੱਬ ਨੇ ਡਿਊਟੀ ਦਿੱਤੀ ਮੈਂ ਕਰਤੀ ਐ ਕਿ ਇਕੱਲੇ ਦਾ ਮੇਰਾ ਵੀ ਰੋਲ ਨਹੀਂ ਹੋ ਸਕਦਾ ਉਹਦਾ ਬਹੁਤ ਅਰਦਾਸਾਂ ਬਹੁਤ ਬੇਨਤੀਆਂ ਉਸ ਸਮੇਂ ਕਾਗਜ਼ ਵੀ ਜਿਹੜਾ ਲੱਗਾ ਹੋਊਗਾ ਉਹ ਵੀ ਕਿਸੇ ਨੇ ਬਣਾਇਆ ਸੀ ਕੋਈ ਪੈਨ ਉਸ ਸਮੇਂ ਦੀ ਸ਼ਾਈ ਵੀ ਕਿਸੇ ਦੀ ਲੱਗੀ ਹੋਊਗੀ ਬਹੁਤ ਲੋਕਾਂ ਦਾ ਵੱਡਾ ਯੋਗਦਾਨ ਸੀ ਉਹਦੇ 'ਚ ਫਿਰ ਮੈਂ ਸੋਚਿਆ ਕਿ ਗੁਰਜੀਤ ਮੈਂ ਮੈਂ ਨਾ ਮੈਂ ਉਹ ਕੰਮ ਬੱਕਰੀ ਵਾਲਾ ਨਾ ਕਰੋ ਕਿ ਤੁਸੀਂ ਮੈਂ ਕੀਤਾ ਮੈਂ ਕਰ ਰਹਿਆਂ ਮੈਂ ਕਿਹਾ ਜੇ ਰੱਬ ਨੇ ਪਤਾ ਨਹੀਂ ਕਿਹਦੇ ਕਿਹਦੇ ਮੇਰੇ ਤੋਂ ਪਹਿਲਾਂ ਕਿੰਨੀਆਂ ਅਰਦਾਸਾਂ ਸੀ ਮੈਂ ਤਾਂ ਇੱਕ ਜਰੀਆ ਬਣਿਆ ਮੈਂ ਤੁਹਾਨੂੰ ਕਹਣਾ ਰੱਬ ਨੇ ਜਿਵੇਂ ਕੋਈ ਚੀਜ਼ ਮਿਲ ਕੇ ਬਣਾਈਆਂ ਹੁੰਦੀਆਂ ਨੇ ਜਦੋਂ ਉਹਨੂੰ ਇੱਥੋਂ ਦੇਖਦੇ ਆ ਨਾ ਸਾਰੀਆਂ ਘਟਨਾਵਾਂ ਐਵੇਂ ਵਾਪਰਦੀਆਂ ਕਿ ਜਿਵੇਂ ਪ੍ਰੋਈਆਂ ਹੁੰਦੀਆਂ ਉਹਨੇ ਬਾਰੀ ਸਿਰ ਠੀਕ ਹੈ ਜੀ ਮੇਰਾ ਪਾਕਿਸਤਾਨ ਜਾਣ ਦਾ ਕੋਈ ਮਨ ਨਹੀਂ ਸੀ ਮੈਨੂੰ ਪਤਾ ਹੀ ਨਹੀਂ ਕਿ ਪਾਕਿਸਤਾਨ ਜਾਣਾ ਹੈ ਜੀ ਮੈਨੂੰ ਫੋਨ ਆਉਂਦਾ ਹੈ ਕਿ ਕੈਪਟਨ ਸਾਹਿਬ ਦਾ ਕਿ ਕਿੱਥੇ ਜੇ ਮੈਂ ਖਾ ਜੀ ਮੈਂ ਅੰਮ੍ਰਿਤਸਰ ਆਂਦੇ ਕੱਲ ਸਾਡੇ ਵਾਈਸ ਪ੍ਰੈਜ਼ੀਡੈਂਟ ਆਏ ਸੀ ਹਮਮ ਕੰਟਰੀ ਦੇ ਜਿਹੜੇ ਉਹਦਾ ਕਰਨਾ ਹਮਮ ਦੁਗਟਨ ਜਿਹੜਾ ਇੱਥੇ ਕਿਧਰ ਡੇਰਾਬਾ ਬਣਾਣ ਖੜੀ ਸਾਈਡ ਤੇ ਆਂਦੇ ਸਵੇਰੇ ਹਾਲ ਹਰਕੀ ਪੌਲੀ ਦਾ ਜਲ ਉਹਦੀ ਚਾਂਦੀ ਦੀ ਗਾਗਰ ਚ ਲੈ ਕੇ ਆਉਣਾ ਠੀਕ ਹੈ ਮੈਂ ਕਿਹਾ ਜੀ ਆਜੂਗਾ ਹੁਣ ਐਤਵਾਰ ਦਾ ਦਿਨ ਸੀ ਮੈਂ ਕਿਹਾ ਹੁਣ ਚਾਂਦੀ ਦੀ ਗਾਗਰ ਕਿੱਥੋਂ ਲੱਭਾਂ ਸ਼ਖਰੀ ਦਿਨੀ ਵੀ ਸੀ ਰਾਤ ਦਾ ਰਾਤ ਸ਼ਾਮੀ ਉਹਨਾਂ ਕਹਿੰਦਾ ਜੀ ਰਾਤ ਮਤਲਬ 7-8 ਵਜੇ ਦੀ ਗੱਲ ਹੈ ਮੈਂ ਦੁਬਾਰਾ ਬੈਕ ਕਾਲ ਕੀਤੀ ਮੇਰੇ ਦਿਮਾਗ ਚ ਉਹ ਮੈਂ ਕਿਹਾ ਯਾਰ ਚਾਂਦੀ ਦਾ ਪ੍ਰਬੰਧ ਕਰ ਲਾਂਗੇ ਮੈਂ ਕਿਹਾ ਜੀ ਇੱਥੇ ਦਗਟ ਹੋਣਾ ਇੱਕ ਪਾਕਿਸਤਾਨ ਹੋਣਾ ਜੀ ਤੁਹਾਡੀ ਜਾਇਜ਼ਤ ਹੋਵੇ ਤਾਂ ਮੈਂ ਪਾਕਿਸਤਾਨ ਵੀ ਜਾਵਾਂ ਭੀ ਜੇ ਹੁਣ ਜਲ ਖੜ ਨਹੀਂ ਹੈ ਹੈ ਇੱਧਰ ਵੀ ਜਾਵਾਂਗੇ ਤੇ ਉਧਰ ਵੀ ਦੇਵਾਂ ਉਹ ਕਹਿੰਦੇ ਜਾਓ ਜੀ ਉਹਨਾਂ ਨੇ ਉਸੇਲੇ ਸੈਕਟਰੀ ਨੂੰ ਕਹੇ ਸੈਕਟਰੀ ਦਾ ਮੈਨੂੰ ਫੋਨ ਆ ਗਿਆ ਚਲੋ ਮੈਂ ਵੀਜ਼ਾ ਅਪਲਾਈ ਕਰਤਾ ਖੈਰ ਉੱਥੇ ਵੀ ਜਲ ਲੈ ਕੇ ਗਏ ਹਰਕੀ ਪੌੜੀ ਇੱਧਰ ਵੀ ਤਿਹਾਰਕੀ ਪੌੜੀ ਦਾ ਜਲ ਪਾਕਿਸਤਾਨ ਵੀ ਲਿਜਾਣ ਦਾ ਮੌਕਾ ਹੈ ਮੌਕਾ ਮਿਲਿਆ ਅੱਛਾ ਹੁਣ ਜੇ ਇਹੋ ਜੀ ਦਿਮਾਗ ਪੋਲੀਟੀਕਲ ਹੁੰਦਾ ਜੀ ਤੇ ਮੈਂ ਉਚਾਰਾ ਜੋਰੀ ਕਰਦਾ ਨਾ ਲਾਉਂਦਾ ਕਿ ਮੈਨੂੰ ਜਾਣਾ ਚਾਹੀਦਾ ਜੀ ਮੈਨੂੰ ਮੈਂ ਤੇ ਰਾਮ ਨਾਲ ਬੈਠਾ ਮੇਰਾ ਦੋਸਤ ਵੀ ਇਹੀ ਹੋਟਲ ਤੇ ਬੈਠੇ ਡਿਨਰ ਕਰਨ ਲੱਗੇ ਜੀ ਆਇਆ ਸੀ ਤੇ ਬਸ ਉੱਥੇ ਹੀ ਫੋਨ ਆਇਆ ਉੱਥੇ ਫੋਨ ਆਇਆ ਤੇ ਹੁਣ ਕਿੱਦਾਂ ਇੱਕ ਕੁਦਰਤੀ ਹੈ ਨਾ ਜੇ ਮੈਂ ਕਾਰਜ ਕੀਤਾ ਸੀ ਤੇ ਰੱਬ ਲੈ ਕੇ ਵੀ ਗਿਆ ਦੋਵਾਂ ਥਾਂਾਂ ਤੇ ਵਿਦ ਬਣ ਗਈ ਨਹੀਂ ਤੇ ਉਹਨੇ ਅੱਛਾ ਤੁਸੀਂ ਕਹਿੰਦੇ ਨਾ ਕਿ ਤੂੰ ਵਿੱਚ ਮਤਲਬ ਤੁਸੀਂ ਦੱਸਿਆ ਕਿਉਂ ਨਹੀਂ ਤੁਸੀਂ ਜ਼ਿਕਰ ਕਿਉਂ ਨਹੀਂ ਕੀਤਾ ਜੇ ਜ਼ਿਕਰ ਨਹੀਂ ਵੀ ਕੀਤਾ ਤੇ ਮੈਂ ਇਸ ਕੰਮ 'ਚ ਵੀ ਨਹੀਂ ਹੈਗਾ ਕਿ ਮੈਂ ਜਾ ਕੇ ਉੱਥੇ ਪਹੁੰਚਣਾ ਆਇਆ ਜਾਂ ਮੈਂ ਹਰ ਕੀ ਪੌੜੀ ਦਾ ਜਲ ਵੀ ਰੱਬ ਨੇ ਜੀ ਜਿੰਨੇ ਜੋ ਕੀਤਾ ਸੀ ਤਾਂ ਉਹਦੇ ਥਰੂ ਲੈ ਕੇ ਗਏ ਪਾਕਿਸਤਾਨ ਵੀ ਲੈ ਕੇ ਗਏ ਜੀ ਚੰਗਾ ਕੰਮ ਭਗਵੰਤ ਮਾਨ ਦੀ ਸਰਕਾਰ ਕਰੂਗੀ ਤਾਂ ਅਸੀਂ ਸਾਥ ਦੇਵਾਂਗੇ ਬਿਲਕੁਲ ਦੇਵਾਂਗੇ ਜੀ ਅਸੀਂ ਤਾਂ ਪੰਜਾਬ ਦੇ ਪੰਜਾਬ ਵਾਸਤੇ ਜਿਹੜਾ ਬੰਦਾ ਚੰਗਾ ਕੰਮ ਕਰੂਗਾ ਗੁਰੂ ਨਗਰੀ ਲਈ ਕਰੂਗਾ ਅਸੀਂ ਹਮੇਸ਼ਾ ਉਹਦਾ ਸਾਥ ਦੇਵਾਂਗੇ ਤੁਹਾਡੀ ਪਾਰਟੀ ਦਾ ਕੋਈ ਬੰਦਾ ਅਗਲੇ ਸਬੂਤਾਂ ਸਹਿਤ ਫੜ ਲੈਣ ਕੇ ਪਾਈ ਇਹਨਾਂ ਨੇ ਮਾੜਾ ਚੰਗਾ ਕੰਮ ਕੀਤਾ ਸੀ ਤਾਂ ਫੇ ਵੀ ਸਾਥ ਦੇਵਾਂਗੇ ਬਿਲਕੁਲ ਜਿੰਨਾ ਚਿਰ ਇਹ ਪ੍ਰੂਫ ਨਹੀਂ ਕਰ ਦਿੰਦੇ ਦੇਖੋ ਇਹਨਾਂ ਨੂੰ ਪ੍ਰੂਫ ਕਰਨੇ ਪੈਣਗੇ ਉਪਰ ਜੀ ਠੀਕ ਹੈ ਜੀ ਇਹ ਕੋਰਟ ਚ ਪ੍ਰੂਵ ਕਰਨਗੇ ਅਸੀਂ ਬਿਲਕੁਲ 100% ਦਾ ਸਾਥ ਦੇਵਾਂਗੇ ਕਹਾਂਗੇ ਤੂੰ ਚੰਗਾ ਬੰਦ ਤੂੰ ਫੜ ਕੇ ਅੰਦਰ ਦਿੱਤਾ ਬਹੁਤ ਚੰਗਾ ਕੀਤਾ ਥੋੜੇ ਸੱਜਣ ਮਿੱਤਰ ਨੇ ਸਰਕਾਰੀ ਜ਼ਮੀਨ ਦੱਬੇ ਹੋਊਗੀ ਤਾਂ ਇਹ ਛਡਾਉਣਗੇ ਤਾਂ ਸਾਥ ਦੇਵੋਗੇ ਬਿਲਕੁਲ ਮੈਂ ਤਾਂ ਕਹਿ ਰਿਹਾ ਛਡਾਉਣ ਜੀ ਅਸੀਂ ਦੇ ਅਸੀਂ ਦੇ ਡੇ ਵੰਨ ਤੋਂ ਕਹਿ ਰਹੇ ਆ ਦੇਖੋ ਵੱਡਾ ਮਸਲਾ ਇਹਦੇ ਚ ਸਰਕਾਰੀ ਜ਼ਮੀਨਾਂ ਸ਼ਾਇਦ ਤੁਹਾਨੂੰ ਘੱਟ ਲੱਭਣਗੀਆਂ ਕਿਸੇ ਕੋ ਦੱਬੀਆਂ ਦਬਾਈਆਂ ਚ ਰੋ ਉਹ ਵੀ ਹੋਣਗੇ ਵੱਡਾ ਮਸਲਾ ਇਹ ਹੈ ਵੀ ਇਹ ਪੰਜਾਬ ਨੂੰ ਲੁੱਟ ਕੇ ਗਿਆ ਕਿੱਧਰ ਹੈ ਠੀਕ ਹੈ ਤੁਸੀਂ ਇਹ ਅੰਦਾਜ਼ਾ ਤੁਸੀਂ ਅਫਸਰਾਂ ਦੀ ਅੱਗੇ ਗੱਲਬਾਤ ਕੀਤੀ ਤੁਸੀਂ ਬਾਹਰ ਬੈਠੇ ਇਹ ਦੱਸੋ ਵੀ ਜਿਹੜੇ ਬਾਹਰ ਬੈਠੇ ਤੁਹਾਡੇ ਆਹ ਰਿਤਗਿਰ ਦੇ ਨਿਗਾਹ ਮਾਰੋ ਵੀ ਕਿੰਨੇ ਅਫਸਰਾਂ ਦੇ ਪਰਿਵਾਰ ਉੱਥੇ ਸੈੱਟ ਹੋਏ ਠੀਕ ਹੈ ਤੇ ਕਿੰਨੇ ਕਿੰਨੇ ਕਾਰੋਬਾਰ ਇਹ ਚੈੱਕ ਕਰ ਲਓ ਇਹ ਸਾਰਾ ਇੱਥੋਂ ਹੀ ਸਮਾਣ ਗਿਆ ਇੱਥੋਂ ਹੀ ਗਿਆ ਪੰਜਾਬ ਦੇ ਲੋਕਾਂ ਦੇ ਗਿਆ ਸੌਦਾ ਤੇ ਫਿਰ ਕਿੱਥੋਂ ਗਿਆ ਇੱਕ ਤਨਖਾਹ ਤੇ ਹੁੰਨੀ ਹੈ ਨਾ ਹੁਣ ਮੇਰੀ ਮੇਰਾ ਵੀ ਮੇਰਾ ਵੀ ਕਾਊਂਟ ਬੰਗਾ ਲਓ ਨਾ ਚੈੱਕ ਕਰ ਲਿਓ ਕੀ ਹੈ ਅਕਾਊਂਟ 'ਚ ਗੱਲ ਇਹ ਤੇ ਤਨਖਾਹ ਤੇ ਉਹੀ ਹੈ ਨਾ ਡੇਢ 2 ਲੱਖ ਮਿਲਣੀ ਹੈ ਠੀਕ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਇੰਨੇ ਨੇ ਵੱਡੇ ਇਹ ਗੱਲ ਕਰਨ ਦੀ ਹੋएगी ਤੂੰ ਗੱਲ ਗੱਲਾਂ ਤੇ ਦੇਖੋ ਇਹ ਹੈਗੀਆਂ ਨੇ ਜੇ ਜੇ ਉਹ ਚੰਗਾ ਕਰਨਗੇ ਪੰਜਾਬ ਵਾਸਤੇ ਤੇ ਆਬਵੀਸਲੀ ਅਸੀਂ ਤੇ ਮੈਂ ਛੇ ਉਹਨਾਂ ਦੇ ਨਾਲ ਰਵਾਂਗੇ ਔਰ ਜਿਹੜਾ ਪੰਜਾਬ ਲਈ ਚੰਗਾ ਕਰੂਗਾ ਉਹਦੀ ਸੁੱਖ ਵੀ ਮੰਗਾਗੇ ਜੀ ਠੀਕ ਹੈ ਜੀ ਔਇਲਾ ਸਾਹਿਬ ਲੰਬੀ ਹੋ ਗਈ ਗੱਲਬਾਤ ਤੁਹਾਡੀ ਪਾਰਟੀ ਦੀਆਂ ਕਈ ਗੱਲਾਂ ਹਾਈ ਕਮਾਂਡ ਦੀਆਂ ਕਰਨੇ ਅਗਲੀ ਵਾਰੀ ਰੱਖ ਲਿਆ ਮੈਂ ਤੁਹਾਡੇ ਹਲਕੇ 'ਚ ਵੀ ਜਾਣਾ ਲੋਕਾਂ ਤੋਂ ਪੁੱਛ ਕੇ ਆਉਣਾ ਕਿ ਤੁਸੀਂ ਠੀਕ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਨਹੀਂ ਪੁੱਛਣਾ ਚਾਹੀਦਾ ਜੀ ਦੇਖੋ ਸਾਡਾ ਤੇ ਮੈਂ ਤੁਹਾਨੂੰ ਕਹਿ ਰਿਹਾ ਜੀ 5 ਸਾਲਾਂ ਬਾਅਦ ਆ ਹੁਣੇ ਹੀ ਤੇ ਹਿਸਾਬ ਹੀ ਦੇਣਾ ਉਹਨਾਂ ਨੂੰ ਜੀ ਅਗਲਾ ਤਾਂ ਨਵਾਂ ਚੁਣਨਾ ਹੈ ਠੀਕ ਹੈ ਪਤਾ ਨਹੀਂ ਉਹਨਾਂ ਮੇਰੇ ਹਿਸਾਬ ਦੇ ਯਕੀਨ ਕਰਨਾ ਕਿ ਉਹਨਾਂ ਨਵਾਂ ਚੁਣਨਾ ਹੈ ਠੀਕ ਹੈ ਜੀ ਮੈਂ ਤਾਂ ਆਪਣੀ ਪਹਿਲੀ ਡਿਊਟੀ ਨਿਭਾਈ ਆਪਣੀ ਜੋ ਮੈਨੂੰ ਪਹਿਲਾਂ ਉਹਨਾਂ ਨੇ ਜ਼ਿੰਮੇਵਾਰੀ ਨਿਭਾਈ ਉਹਦੇ ਉਹੀ ਨਿਭਾਉਣੀ ਹੈ ਅੱਗੇ ਹਜੇ ਤੇ ਵੇਦੀ ਫਿਰ ਅਗਲੇ ਉਹਨਾਂ ਦੀ ਮਰਜ਼ੀ ਬਹੁਤ ਮਿਹਰਬਾਨੀ ਜੀ ਸ਼ੁਭ ਬਹੁਤ ਸ਼ੁਕਰੀਆ ਬਾਟ ਸਾਹਿਬ ਧੰਨਵਾਦ ਸਤਿ ਸ੍ਰੀ ਅਕਾਲ ਜੀ ਸੋ ਗੁਰਜੀਤ ਸਿੰਘ ਔਜਲਾ ਸਾਹਿਬ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਜਵਾਬ ਬੇਬਾਕੀ ਦੇ ਨਾਲ ਹੀ ਦਿੱਤੇ ਆ ਇਹ ਵੀ ਦੱਸ ਦਿੰਦਾ ਕਿ ਭਾਈ ਮੁੱਖ ਮੰਤਰੀ ਸਾਹਿਬ ਨੂੰ ਥੋੜਾ ਹੀ ਬਾਰੀ ਮਿਲਣ ਦਾ ਮੌਕਾ ਮਿਲ ਭਗਵੰਤ ਮਾਨ ਸਾਹਿਬ ਨੂੰ ਕਿਹਾ ਕਿ ਜੇਲ੍ਹਾਂ ਦੇ ਵਿੱਚੋਂ ਨਸ਼ਾ ਬੰਦ ਕਰਦੇ ਹੋ ਤੁਹਾਨੂੰ ਸਨਮਾਨਿਤ ਕਰਦੇ ਹਾਂਗੇ ਤੀਸਰਾ ਉਹ ਕਹਿੰਦੇ ਕਿ ਭਾਈ ਲੋਕਾਂ ਤੋਂ ਵੋਟਾ ਇਦਾਂ ਮੰਗਣੀਆਂ ਕਿ ਜੇ ਕੰਮ ਕੀਤੇ ਹੈ ਜੇ ਅਧਿਕਾਰਾਂ ਦੀ ਵਰਤੋਂ ਲੋਕਪੱਖੀ ਕੀਤੀ ਹੈ ਤਾਂ ਵੋਟ ਪਾ ਦਿਓ ਨਹੀਂ ਤਾਂ ਰਹਿਣ ਦਿਓ ਜਿੱਦਾਂ ਕੇਜਰੀਵਾਲ ਸਾਹਿਬ ਨੇ ਪੰਜਾਬ ਦੀ ਇਲੈਕਸ਼ਨ ਚ ਕੀਤਾ ਸੀ ਚੌਥਾ ਅਫਸਰ ਸ਼ਾਈ ਦਾ ਮੁੱਦਾ ਉਹਨਾਂ ਨੇ ਇੱਕ ਵਾਰ ਫੇਰ ਛੜਿਆ ਪਹਿਲੀ ਵਾਰ ਹੀ ਨਹੀਂ ਛੇੜਿਆ ਲੰਬੇ ਸਮੇਂ ਤੋਂ ਚੱਕਦੇ ਆ ਰਹੇ ਕਿ ਭਾਈ ਸਿਆਸਤਦਾਨ ਨੱਥ ਪਾ ਸਕਦੇ ਆ ਪਰ ਵਿਲ ਪਾਵਰ ਥੋੜੀ ਆ ਤੇ ਅਫਸਰ ਸ਼ਾਈ ਨੇ ਸਭ ਤੋਂ ਵੱਧ ਸਮੱਸਿਆ ਜਿਹੜੀ ਉਹ ਖੜੀ ਕਰਤੀ ਇਹ ਵੀ ਕਹਤਾ ਕਿ ਅਫਸਰ ਇਮਾਨਦਾਰ ਵੀ ਹੈਗੇ ਆ ਸੋ ਹੁਣ ਦੇਖਦੇ ਆ ਥੋੜੀ ਪ੍ਰਤੀਕਿਰਿਆ ਕੀ ਆਉਂਦੀ ਆ ਸ਼ੁੱਧ ਠੀਕ ਪੰਜਾਬੀ ਪਾਸ਼ਾ ਦੇ ਵਿੱਚ ਐਨ ਜ਼ਾਬਤੇ ਦੇ ਵਿੱਚ ਰਹਿ ਕੇ ਤੁਸੀਂ ਆਪਦੀਆਂ ਟਿੱਪਣੀਆਂ ਜਿਹੜੀਆਂ ਉਹ ਕਰਦੇ ਹੋ ਕੋਈ ਹੋਰ ਸਵਾਲ ਜਿਹੜਾ ਤੁਹਾਨੂੰ ਲੱਗੇ ਕਿ ਔਜਲਾ ਸਾਹਿਬ ਤੋਂ ਪੁੱਛਣਾ ਬੇਹੱਦ ਜ਼ਰੂਰੀ ਹੈ ਤੁਸੀਂ ਲਿਖਦੇ ਹੋ ਹਾਕ ਮਾਰ ਲਵਾਂਗੇ ਜੇ ਆ ਜਾਣਗੇ ਤਾਂ ਭਾਈ ਪੁੱਛ ਲਵਾਂਗੇ ਇੱਥੇ ਦਿਓ ਪਰ ਮਿਸਿੰਗ ਬਾਟ ਨੂੰ ਆ ਗਿਆ ਦੇਖਦੇ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ